अजीत राही दा नॉवल धुख दी धूनी दा दूसरा भाग पंजवांग। पूरन दे आउण नाल चिंती ते उहदे जीवन वांग सखणे विहड़े च मानू विआह वर्गी रौनक लग पई सी। चिंती दे जोबन दे ढलदे परछावें फिर तो जवान लगन लग पए सन। उह कल्ली पूरन कोल चुबारे चानी बहानी कई वार जांदी, कई वार जदों मुड़दी उहदे दिल दी धड़कन तेज़ होई हुंदी। ਉਹ ਕਿੰਨਾ ਕਿੰਨਾ ਚਿਰ ਆਪਣੀ ਨੂੰਹਾਂ ਦੀਆਂ ਨਜ਼ਰਾਂ ਤੋਂ ਨਜ਼ਰਾਂ ਚੁਰਾ ਚੁਰਾ ਰੱਖਦੀ ਅਤੇ ਅੱਖਾਂ 'ਚ ਆਏ ਹਾਣੀ ਦੇ ਪਿਆਰ ਦੇ ਖੁਮਾਰ ਨੂੰ ਤੱਤੀ ਵਾਹ ਨਾ ਲੱਗਣ ਦਿੰਦੀ। ਉਹਦੀਆਂ ਦਰਾਣੀਆਂ ਜਠਾਣੀਆਂ ਕਈ ਵਾਰ ਉਹਨੂੰ ਇਕੱਲੀ ਨੂੰ ਛੇੜਦੀਆਂ, ਕਹਿੰਦੀਆਂ ਨਹੀਂ ਚਿੰਤੀਏ, ਇੰਝ ਲੱਗਦਾ ਜਿਵੇਂ ਤੂੰ ਦੂਜੀ ਵਾਰ ਮੁਕਲਾਵੇ ਆਈ ਹੋਵੇਂ। ਅਤੇ ਉੱਪਰੋਂ ਸ਼ਰਮਸਾਰ ਅਤੇ ਅੰਦਰੋਂ ਸਵਾਦ ਸਵਾਦ ਜੀ ਹੁੰਦੀ ਅਤੇ ਕਹਿੰਦੀ ਨਹੀਂ ਲੁੱਚੀਓ, ਤੁਸੀਂ ਸਾਰੀ ਉਮਰ ਮੁਕਲਾਵੇ ਹੰਢਾਏ ਨੇ ਅਤੇ ਮੇਰੀ ਪਿਛਲੀ ਉਮਰ ਦੇ ਕੁਝ ਦਿਨਾਂ ਦੇ ਮੁਕਲਾਵੇ ਦਾ ਤੁਹਾਨੂੰ ਕਿਉਂ ਸਾੜਾ ਹੁੰਦਾ। ਅਤੇ ਫਿਰ ਜਦੋਂ ਕੋਈ ਬਹੁਤੀ ਮੂੰਹ ਫੱਟ ਚਾਂਬਲ ਕੇ ਪੁੱਛਦੀ ਨਹੀਂ ਸੱਚੀ ਦੱਸ ਕਿੰਝ ਬੀਤੀ ਮੁਕਲਾਵੇ ਵਾਲੀ ਰਾਤ, ਅਤੇ ਚਿੰਤੀ ਸਵਾਦ ਸਵਾਦ ਹੋਈ ਕਹਿੰਦੀ ਜਿਵੇਂ ਤੁਹਾਡੀ ਰੋਜ਼ ਬੀਤਦੀ ਹੈ। ਔਰਤਾਂ ਭਾਵੇਂ ਮਰਦਾਂ ਦੇ ਮੂੰਹੋਂ ਕੋਈ ਵੀ ਅਸ਼ਲੀਲ ਸ਼ਬਦ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਣ, ਪਰ ਆਪ ਜਦ ਇਕੱਠੀਆਂ ਹੁੰਦੀਆਂ ਨੇ ਅਤੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਸ਼ਾਇਦ ਸ਼ੈਤਾਨ ਨੂੰ ਵੀ ਕੰਨਾਂ 'ਚ ਉਂਗਲੀਆਂ ਦੇਣੀਆਂ ਪੈ ਜਾਣ। ਪੂਰਨ ਜਦੋਂ ਵਿਹੜੇ 'ਚ ਪਰਿਵਾਰ ਦੇ ਭਰੇ ਹੋਏ ਬਾਗ 'ਚ ਬੈਠਦਾ ਤਾਂ ਉਹਨੂੰ ਇੱਕ ਅਨੋਖਾ ਜਿਹਾ ਸਵਾਦ ਮਹਿਸੂਸ ਹੁੰਦਾ। ਜਦੋਂ ਤਾਰੋ ਕਦੀ ਕਦੀ ਲਾਡ ਨਾਲ ਪੂਰਨ ਦੇ ਗਲ 'ਚ ਬਾਹਵਾਂ ਪਾ ਕੇ ਪੁੱਛਦੀ ਬਾਬਾ ਜੀ ਮੇਰਾ ਭਾਈਆ ਕਦੋਂ ਆਊ, ਤਾਰੋ ਦੀ ਇਹ ਗੱਲ ਸੁਣ ਕੇ ਚੰਨੋ ਦੇ ਸੀਨੇ 'ਚ ਇੱਕ ਲਾਟ ਜੀ ਨਿਕਲ ਜਾਂਦੀ ਅਤੇ ਉੱਤਰ ਸੁਣਨ ਲਈ ਉਹਦੀਆਂ ਅੱਖਾਂ ਹੋਰ ਲਿਸ਼ਕ ਪੈਂਦੀਆਂ, ਦਿਲ ਤੇਜ਼ ਤੇਜ਼ ਧੜਕਣ ਲੱਗ ਪੈਂਦਾ ਅਤੇ ਪੂਰਨ ਤਾਰੋ ਨੂੰ ਗੋਦੀ 'ਚ ਲੈਂਦਾ ਕਹਿੰਦਾ ਪੁੱਤ ਤੇਰਾ ਡੈਡ ਤਾਂ ਹੁਣ ਤੇਰੇ ਵਿਆਹ 'ਤੇ ਹੀ ਆਊਗਾ, ਜੇ ਤੂੰ ਉਹਨੂੰ ਸੱਦਣਾ ਤਾਂ ਛੇਤੀ ਵੱਡੀ ਹੋ ਜਾ। ਅਤੇ ਚੰਨੋ ਨੂੰ ਲੱਗਦਾ ਜਿਵੇਂ ਇਹ ਵਰਿਆਂ ਦਾ ਸਮਾਂ ਜੁੱਗਾਂ 'ਚ ਡਾ ਲੰਮਾ ਹੋਵੇ ਅਤੇ ਚਿੰਤੀ ਵਿੱਚੋਂ ਹੀ ਬੋਲ ਪੈਂਦੀ ਦਿੱਤੇ ਦੇ ਭਾਈਆ ਇਹ ਤੂੰ ਕੀ ਡੈਡ ਡੈਡ ਅਤੇ ਮੁੰਡਿਆਂ ਨੂੰ ਫਲੇ ਫਲੇ ਕਹਿੰਦਾ ਰਹਿੰਦਾ, ਸਾਨੂੰ ਨਹੀਂ ਇਹਦੀ ਸਮਝ ਪੈਂਦੀ, ਸਿੱਧੀ ਗੱਲ ਕਰਿਆ ਕਰ। ਅਤੇ ਪੂਰਨ ਅੱਗੋਂ ਹੱਸ ਕੇ ਕਹਿੰਦਾ ਉੱਥੇ ਸਾਰੇ ਬਾਪ ਨੂੰ ਡੈਡ ਅਤੇ ਮਾਂ ਨੂੰ ਮੰਮਾ ਕਹਿੰਦੇ ਨੇ। ਚਿੰਤੀ ਨੂੰ ਲੱਗਾ ਜਿਵੇਂ ਉਹਦੇ ਸਰੀਰ ਦੀਆਂ ਗੁਲਾਈਆਂ ਕਿਸੇ ਨੇ ਲੋਕਾਂ ਸਾਹਮਣੇ ਨੰਗੀਆਂ ਕਰਤੀਆਂ ਹੋਣ ਅਤੇ ਸ਼ਰਮ ਨਾਲ ਇਕੱਠੀ ਜਿਹੀ ਹੋ ਗਈ। ਨੂੰਹਾਂ ਨੇ ਵੀ ਘੁੰਡ 'ਚ ਹੀ ਮੂੰਹ 'ਚ ਲੀੜੇ ਦੇ ਕੇ ਹਾਸਾ ਮਸੀ ਰੋਕਿਆ ਅਤੇ ਪੂਰਨ ਨੇ ਦੱਸਿਆ ਕਿ ਨੌਜਵਾਨ ਮੁੰਡਿਆਂ ਨੂੰ ਯੰਗ ਫੈਲੋ ਕਹਿੰਦੇ ਨੇ। ਹੁਣ ਪ੍ਰੀਤੋ ਪੂਰੇ ਦਿਨਾਂ 'ਤੇ ਸੀ। ਇੱਕ ਦਿਨ ਸਵੇਰੇ ਪ੍ਰੀਤੋ ਨੂੰ ਮੱਠੀ ਦਰਦ ਸ਼ੁਰੂ ਹੋ ਗਈ। ਦੁਪਹਿਰ ਤਾਈਂ ਜਦ ਪਿੰਡ ਦੀ ਦਾਈ ਆਈ ਤਾਂ ਉਹਨੂੰ ਜੰਮਣ ਪੀੜਾਂ ਜ਼ੋਰਾਂ 'ਤੇ ਲੱਗ ਚੁੱਕੀਆਂ ਸੀ। ਦੁਪਹਿਰ ਢਲਦੀ ਕਰਦੀ ਨੂੰ ਪ੍ਰੀਤੋ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਸੀ। ਘਰ 'ਚ ਮਾਨੋ ਖੁਸ਼ੀਆਂ ਦਾ ਹੜ ਆ ਗਿਆ। ਅੱਜ ਚੰਨੋ ਵੀ ਖੁਸ਼ ਸੀ, ਪਤਾ ਨਹੀਂ ਕਿਉਂ ਉਹਨੂੰ ਪ੍ਰੀਤੋ ਅਤੇ ਉਹਦੇ ਨਵਜੰਮੇ ਬੱਚੇ 'ਤੇ ਪਿਆਰ ਜਿਹਾ ਆ ਰਿਹਾ ਸੀ। ਸ਼ਾਇਦ ਉਹਦੇ ਦਿਲ ਦੇ ਕਿਸੇ ਕੋਨੇ 'ਚ ਦੱਬੀ ਮਮਤਾ ਉਸਲ ਵੱਟੇ ਲੈ ਰਹੀ ਸੀ। ਆਂਢ ਗੁਆਂਢ ਦੇ ਪਿੰਡ 'ਚ ਗੁੜ ਵੰਡਿਆ ਗਿਆ। ਪ੍ਰੀਤੋ ਦੇ ਪੇਕੀ ਪਤਾਸੇ ਦੇ ਕੇ ਲਾਗੀ ਘੱਲਿਆ ਗਿਆ। ਮੰਗਲ ਨੇ ਅਜੇ ਇਕੱਲੇ ਨੇ ਨਹੀਂ ਸੀ ਪੀਤੀ, ਇਸ ਖੁਸ਼ੀ ਨੂੰ ਸਾਂਝੀ ਕਰਨ ਲਈ ਉਹਦੇ ਨਾਲ ਉਹਦਾ ਬਾਪ ਅਤੇ ਵੱਡਾ ਭਰਾ ਵੀ ਸ਼ਾਮਲ ਸੀ। ਇੱਥੋਂ ਤੱਕ ਕਿ ਅੱਜ ਉਹਨੇ ਪੀਤੂ ਅਤੇ ਗੇਲੂ ਨੂੰ ਵੀ ਹਾੜਾ ਹਾੜਾ ਦੇ ਦਿੱਤਾ। ਤਾਰੋ ਨਵਜੰਮੇ ਬੱਚੇ ਦੇ ਪਿਲਪਲੇ ਜਿਹੇ ਹੱਥਾਂ ਨੂੰ ਆਪਣੇ ਨਿੱਕੇ ਨਿੱਕੇ ਹੱਥਾਂ 'ਚ ਹੌਲੀ ਹੌਲੀ ਪਲੋਸਦੀ ਹੋਈ ਖੁਸ਼ੀ 'ਚ ਬੋਰੀ ਹੋਈ ਫਿਰਦੀ ਆਖ ਰਹੀ ਸੀ ਸਾਡੇ ਘਰ ਕੋਕੋ ਮੇਰਾ ਵੀਰ ਦੇ ਕੇ ਗਈ ਆ। ਅਤੇ ਫਿਰ ਉਹ ਚੰਨੋ ਨੂੰ ਕਹਿਣ ਲੱਗੀ ਬੀਬੀ ਕੋਕੋ ਕਦੋਂ ਆਈ ਸੀ, ਮੈਨੂੰ ਤਾਂ ਦਿਸੀ ਨਹੀਂ। ਅਤੇ ਚੰਨੋ ਹੱਸਦੀ ਆਖਣ ਲੱਗੀ ਕੋਠੇ ਉੱਤੋਂ ਦੀ ਮੋਗੇ ਥਾਣੀ। ਅਤੇ ਪ੍ਰੀਤੋ ਅਤੇ ਤੇਰਵਾਂ ਨਹਾਉਣ ਤੋਂ ਅਗਲੇ ਦਿਨ ਹੀ ਲੋਹੜੀ ਸੀ। ਇਸ ਦਿਨ ਪੂਰਨ ਦੇ ਘਰ ਵਿਆਹ ਵਰਗੀ ਰੌਣਕ ਸੀ। ਘਰ 'ਚ ਬਾਲੀ ਗਈ ਧੂਣੀ ਦੁਆਲੇ ਰਾਤ ਨੂੰ ਪਿੰਡ ਦੀਆਂ ਤੀਵੀਆਂ ਅਤੇ ਪ੍ਰੀਤੋ ਦੇ ਪੇਕਿਆਂ ਤੋਂ ਆਈਆਂ ਭਰਜਾਈਆਂ ਨੇ ਨੱਚ ਨੱਚ ਵਿਹੜਾ ਪੁੱਟਣਾ ਲੈ ਲਿਆ। ਪਤਾ ਨਹੀਂ ਕਿਹੜੇ ਵੇਲੇ ਪ੍ਰੀਤੋ ਦੀ ਕਿਸੇ ਭਰਜਾਈ ਨੇ ਜਦੋਂ ਇਹ ਬੋਲੀ ਪਾਈ ਬੱਲੇ ਬੱਲੇ ਵੀ ਤੇਲੀਆਂ ਬਣਾਉਣ ਵਾਲਿਆ ਤੇਰਾ ਭਰ ਕੇ ਜਹਾਜ਼ ਡੁੱਬ ਜਾਵੇ। ਅਤੇ ਚੰਨਣ ਨੂੰ ਇੰਝ ਲੱਗਾ ਜਿਵੇਂ ਤੇਲੀਆਂ ਬਣਾਉਣ ਵਾਲੇ ਦਾ ਜਹਾਜ਼ ਨਹੀਂ ਉਹਦਾ ਆਪਣਾ ਦਿਲ ਡੁੱਬ ਚੱਲਿਆ ਹੋਵੇ ਅਤੇ ਉਹ ਤੋਂ ਆਪਾਂ ਸਾਂਭਿਆ ਨਾ ਗਿਆ। ਉਹ ਭੱਜ ਕੇ ਆਪਣੇ ਅੰਦਰ ਜਾ ਕੇ ਮੰਜੇ 'ਤੇ ਚੁਫਾਲ ਜਾ ਡਿੱਗੀ। ਉਹਨੂੰ ਪਤਾ ਨਾ ਲੱਗਾ ਕਦੋਂ ਗਿੱਧਾ ਖਤਮ ਹੋਇਆ, ਕਦੋਂ ਤੀਵੀਆਂ ਆਪੋ ਆਪਣੀ ਘਰਾਂ ਅਤੇ ਮੇਲਣਾ ਆਪੋ ਆਪਣੀ ਥਾਈਂ ਜਾ ਟਿੱਕੀਆਂ। ਅੱਜ ਉਹਦੇ ਸੁਪਨੇ ਵਿੱਚ ਬੰਤਾ ਆਇਆ ਸੀ ਅਤੇ ਉਹਦੇ ਮੂਹਰੇ ਮੂਹਰੇ ਭੱਜਾ ਜਾ ਰਿਹਾ ਸੀ ਅਤੇ ਉਹਦੇ ਪਿੱਛੇ ਪਿੱਛੇ ਸਾਹੋ ਸਾਈ ਹਾਈ ਹੋਈ ਦੌੜੀ ਜਾ ਰਹੀ ਸੀ। ਉਹਨੂੰ ਲੱਗਾ ਸੀ ਜਿਵੇਂ ਉਹ ਕਦਮ ਅੱਗੇ ਪੁੱਟਦੀ ਹੈ ਪਰ ਉਲਾਂਘ ਪਿੱਛੇ ਵੱਲ ਨੂੰ ਭਰੀ ਜਾਂਦੀ ਹੈ ਅਤੇ ਬੰਤਾ ਜਿਵੇਂ ਹਵਾ ਦੇ ਘੋੜੇ 'ਤੇ ਸਵਾਰ ਗਗਨਾਂ ਦੀ ਹਿੱਕ ਨੂੰ ਚੀਰਦਾ ਹੋਇਆ ਦੇ ਸੱਦੇ ਵੱਲ ਉੱਡਦਾ ਜਾ ਰਿਹਾ ਹੋਵੇ। ਉਹ ਅਚਾਨਕ ਉਹਦੀਆਂ ਅੱਖਾਂ ਤੋਂ ਓਹਲੇ ਹੋ ਗਿਆ।
ਉਹ ਦੁਹੱਥੜ ਮਾਰ ਕੇ ਧਰਤੀ 'ਤੇ ਡਿੱਗ ਪਈ ਅਤੇ ਉਹਦੀ ਚੀਕ ਨਿਕਲ ਗਈ। ਉਹ ਘਬਰਾਈ ਹੋਈ ਉੱਠੀ। ਉਹਦਾ ਸਰੀਰ ਠੰਡ ਵਿੱਚ ਵੀ ਅਤੇ ਰੇਲੀਓ ਤਰੇਲੀ ਹੋਇਆ ਪਿਆ ਸੀ। ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ। ਉਹਨੇ ਹੱਥ ਜੋੜ ਕੇ ਕਿੰਨੀ ਵਾਰ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ। ਪਾਣੀ ਦਾ ਗਲਾਸ ਪੀਣ ਪਿੱਛੋਂ ਦਿਲ ਦੀ ਧੜਕਣ ਹੌਲੀ ਹੌਲੀ ਆਪਣੀ ਅਸਲੀ ਚਾਲੇ ਚੱਲਣ ਲੱਗੀ ਤਾਂ ਬਾਕੀ ਦੀ ਰਾਤ ਉਹਦੀਆਂ ਅੱਖਾਂ 'ਚ ਹੀ ਲੰਘ ਗਈ। ਸਵੇਰੇ ਜਦ ਚਿੰਤੀ ਗੁਰਦੁਆਰੇ ਜਾਣ ਲਈ ਉੱਠੀ ਤਾਂ ਚੰਨੋ ਵੀ ਉੱਠ ਖੜੀ ਹੋਈ ਅਤੇ ਉਹ ਚਿੰਤੀ ਨੂੰ ਕਹਿਣ ਲੱਗੀ, ਬੇਬੇ ਜੀ ਮੈਨੂੰ ਵੀ ਸਵੇਰ ਨੂੰ ਆਪਣੇ ਨਾਲ ਹੀ ਗੁਰਦੁਆਰੇ ਲੈ ਚੱਲਿਓ। ਚਿੰਤੀ ਦਾ ਚੰਨੋ ਦੀ ਹਾਲਤ ਦੀ ਕਲਪਨਾ ਕਰਕੇ ਇੱਕ ਹੌਕਾ ਜੰਮਣ ਤੋਂ ਪਹਿਲਾਂ ਹੀ ਮਰ ਗਿਆ। ਉਹਨੇ ਚੰਨੋ ਦਾ ਦਿਲ ਰੱਖਣ ਲਈ ਕਿਹਾ, ਮੈਂ ਤਾਂ ਅੱਗੇ ਹੀ ਸੋਚਦੀ ਸੀ ਵੀ ਤੂੰ ਮੇਰੇ ਨਾਲ ਗੁਰਦੁਆਰੇ ਚੱਲਿਆ ਕਰੇ, ਪਰ ਇਹ ਸੋਚ ਕੇ ਕਿ ਇਸ ਉਮਰ ਦੀ ਨੀਂਦ ਬੜੀ ਅੱਥਰੀ ਹੁੰਦੀ ਹੈ, ਤੈਨੂੰ ਕਹਿਣ ਦਾ ਜਿਗਰਾ ਨਹੀਂ ਕੀਤਾ। ਪਰ ਅੰਦਰੋਂ ਚਿੰਤੀ ਦਾ ਮਨ ਸੋਚਦਾ ਸੀ, ਚੰਦਰੀਏ ਇਸ ਉਮਰ 'ਚ ਉਹਨਾਂ ਦੇ ਤਾਂ ਨੀਂਦ ਮੰਜੇ ਦੇ ਨੇੜਿਓਂ ਦੀ ਵੀ ਨਹੀਂ ਲੰਘਦੀ ਜਿਨ੍ਹਾਂ ਦੀਆਂ ਨੀਂਦਾਂ ਉਹਨਾਂ ਦੇ ਹਾਣੀ ਚੁਰਾ ਕੇ ਲੈ ਜਾਂਦੇ ਨੇ। ਨੂੰਹ ਸੱਸ ਦੋਹਾਂ ਨੇ ਠੰਡੇ ਪਾਣੀ ਨਾਲ ਕੜਾਕੇ ਦੀ ਠੰਡ 'ਚ ਇਸ਼ਨਾਨ ਕੀਤਾ। ਸੱਸ ਦੇ ਬੁੱਢੇ ਹੱਡਾਂ ਨੂੰ ਮਿਲੇ ਹਾਣੀ ਦੇ ਪਿਆਰ ਦੇ ਨਿੱਘ ਨੇ ਠੰਡ ਨਾ ਲੱਗਣ ਦਿੱਤੀ ਅਤੇ ਚੰਨੋ ਦੇ ਅੰਦਰਲੇ ਅੰਦਰਲਾ ਖੌਲ ਰਿਹਾ ਜਵਾਨੀ ਦਾ ਲਾਵਾ ਮਸੀਂ ਠੰਡਾ ਹੋਇਆ। ਇਹ ਤੋਂ ਬਾਅਦ ਨੂੰਹ ਸੱਸ ਦੋਹਾਂ ਦਾ ਨਿਤਨੇਮ ਬਣ ਗਿਆ। ਪਹਿਲਾਂ ਪਹਿਲ ਤਾਂ ਚੰਨੋ ਜਦੋਂ ਅੱਖਾਂ ਬੰਦ ਕਰਕੇ ਬਿਰਤੀ ਲਾਉਣ ਦਾ ਯਤਨ ਕਰਦੀ ਤਾਂ ਉਹਦੀਆਂ ਅੱਖਾਂ ਸਾਵੇਂ ਬੰਤੀ ਦੀ ਸ਼ਕਲ ਪਿਆਰ 'ਤੇ ਕਲੋਲ ਕਰਦੀ ਦਿਸਦੀ। ਪਰ ਫਿਰ ਉਹ ਸੰਭਲਦੀ ਨੇ ਗੁਰੂਆਂ ਦੀ ਤਸਵੀਰ ਮਨ 'ਚ ਵਸਾਈ ਅਤੇ ਹੁਣ ਉਹਨੇ ਮੂੰਹ ਜ਼ਬਾਨੀ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕੰਠ ਕਰ ਲਿਆ ਸੀ ਅਤੇ ਮਨ ਦੇ ਅੱਥਰੇ ਘੋੜੇ ਦੀਆਂ ਲਗਾਮਾਂ ਹੁਣ ਉਹ ਕਦੀ ਨਾ ਢਿੱਲਿਆਂ ਛੱਡਦੀ। ਪੂਰਨ ਨੇ ਗੇਲੂ ਅਤੇ ਪੀਤੂ ਦੇ ਰਿਸ਼ਤੇ ਇੱਕੋ ਘਰ ਦੋ ਸਕੀਆਂ ਭੈਣਾਂ ਨਾਲ ਕਰਕੇ ਉਹਨਾਂ ਦਾ ਵਿਆਹ ਕਰਤਾ। ਤਾਰੂ ਦਾ ਰਿਸ਼ਤਾ ਵੀ ਉਹਨੇ ਇੱਕ ਤਕੜੇ ਘਰ ਕਰਕੇ ਨਾਲ ਹੀ ਵਿਆਹ ਦੇ ਦਿੱਤਾ। ਬੰਤੇ ਨੂੰ ਵਿਆਹ 'ਤੇ ਆਉਣ ਲਈ ਚੰਨੋ ਨੇ ਬੜੀ ਤਾਕੀਦ ਦੀ ਚਿੱਠੀ ਲਿਖਵਾਈ। ਚਿੱਠੀ ਲਿਖਵਾਉਣ ਲੱਗਿਆਂ ਤਾਰੋ ਨੇ ਜਿਵੇਂ ਆਪਣੇ ਬਾਪ ਨੂੰ ਧੀ ਦੇ ਪਿਆਰ ਦੀ ਵੇਦਨਾ ਦਿਲ ਦੀਆਂ ਡੂੰਘਾਈਆਂ 'ਚੋਂ ਨਿਕਲੇ ਸ਼ਬਦਾਂ ਰਾਹੀਂ ਲਿਖਵਾ ਕੇ ਉਹਦੇ ਬਾਪ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ, ਜਿਹਦੀ ਤਸਵੀਰ ਹਾਲੇ ਉਹ ਆਪਣੇ ਦਿਲ 'ਚ ਸਿਰਜ ਰੱਖੀ ਸੀ। ਉਸ ਭੋਲੀ ਨੂੰ ਕੀ ਪਤਾ ਸੀ ਕਿ ਪਰਦੇਸੀ ਕਿਸੇ ਦੇ ਮਿੱਤ ਨਹੀਂ ਹੁੰਦੇ। ਸਾਰਿਆਂ ਨੂੰ ਬੰਤੇ ਦੇ ਵਿਆਹ 'ਤੇ ਆਉਣ ਦੀ ਪੂਰੀ ਆਸ ਸੀ, ਪਰ ਪੂਰਨ ਨੂੰ ਤਾਂ ਪਤਾ ਸੀ ਕਿ ਉਹ ਤੋਂ ਆ ਨਹੀਂ ਹੋਣਾ। ਉਹਦੇ ਮਨ ਦੇ ਵੇਗ ਦਾ ਪਾਣੀ ਵੀ ਕਦੇ ਨਾ ਪੁਲਾਂ ਹੇਠੋਂ ਹੀ ਲੰਘਿਆ ਸੀ। ਵਿਆਹ ਤੋਂ ਕੁਛ ਦਿਨ ਪਹਿਲਾਂ ਬੰਤੇ ਦੀ ਚਿੱਠੀ 'ਤੇ ਪੈਸੇ ਆ ਗਏ। ਚਿੱਠੀ 'ਚ ਲਿਖਿਆ ਸੀ ਕਿ ਉਹ ਕੁਝ ਮਜਬੂਰੀਆਂ ਕਰਕੇ ਨਹੀਂ ਆ ਸਕਦਾ। ਖੱਤ ਸੁਣ ਕੇ ਤਾਂ ਚੰਨੋ ਦਾ ਜਿਵੇਂ ਸੰਸਾਰ ਹੀ ਡੋਲ ਗਿਆ ਹੋਵੇ ਅਤੇ ਤਾਰੋ ਨੂੰ ਚਿੱਠੀ ਪੜ੍ਹ ਕੇ ਆਪਣੇ ਸੁਪਨਿਆਂ 'ਚ ਸਿਰਜੇ ਆਪਣੇ ਬਾਪ ਦੇ ਚਿਹਰੇ ਨੂੰ ਯਾਦ ਕਰਕੇ ਆਪਣੀ ਮਾਂ ਦੇ ਗਲ ਲੱਗ ਕਿੰਨਾ ਹੀ ਚਿਰ ਤਾਹਾਂ ਮਾਰ ਮਾਰ ਰੋਂਦੀ ਰਹੀ। ਬੀਤ ਗਏ ਵਰ੍ਹਿਆਂ 'ਚ ਤਾਰੋ ਨੂੰ ਆਪਣੇ ਬਾਪ ਦੀ ਯਾਦ ਕਦੇ ਇੰਨੀ ਨਹੀਂ ਸੀ ਆਈ ਅਤੇ ਮਿਲਣ ਦੀ ਤਾਂਘ ਮਹਿਸੂਸ ਨਹੀਂ ਸੀ ਹੋਈ ਜਿੰਨੀ ਕਿ ਅੱਜ। ਪੂਰਨ ਨੇ ਪੋਤੀ ਨੂੰ ਬਗਲ 'ਚ ਲੈ ਕੇ ਪਿਆਰ ਦਿੰਦਿਆਂ ਦਿਲਾਸਾ ਦਿੱਤਾ ਅਤੇ ਕਿਹਾ, ਪੁੱਤ ਉਹ ਕਿਤੇ ਨੇੜੇ ਆ, ਜਿਹੜਾ ਐਡੀ ਛੇਤੀ ਆਜੂ ਤੂੰ ਹੌਸਲਾ ਕਰ ਮੇਰੀ ਧੀ, ਮੈਂ ਜੋ ਤੇਰੇ ਕੋਲ ਅਤੇ ਅੱਖਾਂ ਦੇ ਅੱਥਰੂ ਪੂੰਝਦਿਆਂ ਚੰਨੋ ਨੂੰ ਹਿੱਕ ਨਾਲ ਲਾ ਕੇ ਵਰਾਇਆ। ਥੋੜ੍ਹੇ ਸਮੇਂ ਵਿੱਚ ਹੀ ਉਦਾਸੀ ਦੇ ਬੱਦਲ ਛੰਡ ਗਏ ਅਤੇ ਸਾਰਾ ਪਰਿਵਾਰ ਵਿਆਹ ਦੀ ਤਿਆਰੀ ਦੇ ਆਰ 'ਚ ਰੁੱਝ ਗਿਆ। ਤਾਰੋ ਦਾ ਵਿਆਹ ਆਪਣੇ ਪਿੰਡ ਵਿੱਚ ਹੀ ਨਹੀਂ ਸਾਰੇ ਨਵੇਂ ਸ਼ਹਿਰ ਦੇ ਇਲਾਕੇ 'ਚ ਮਿਸਾਲ ਬਣ ਗਿਆ। ਡੋਲੀ ਚੜ੍ਹਨ ਲੱਗਿਆਂ ਜਦੋਂ ਚੰਨੋ ਅਤੇ ਤਾਰੋ ਗਲ ਲੱਗ ਕੇ ਮਿਲੀਆਂ ਤਾਂ ਉਹਨਾਂ ਦੇ ਦਰਦ ਭਰੇ ਹੌਕਿਆਂ ਨੇ ਕੰਧਾਂ ਰੁਆ ਦਿੱਤੀਆਂ। ਕਈ ਥੋੜ੍ਹੇ ਦਿਲ ਵਾਲੇ ਬਰਾਤੀ ਵੀ ਆਪਣੇ ਮੋਢੇ 'ਤੇ ਸਾਫਿਆਂ ਨਾਲ ਅੱਥਰੂ ਪੂੰਝਦੇ ਰਹੇ। ਤਾਰੋ ਦਾ ਮੁਕਲਾਵਾ ਨਾਲ ਹੀ ਤੋਰ ਦਿੱਤਾ ਗਿਆ। ਧੀ ਨੂੰ ਮੁਕਲਾਵੇ ਤੋਰ ਕੇ ਚੰਨੋ ਦੇ ਕਮਰੇ 'ਚ ਚੁੱਪ ਅਤੇ ਉਦਾਸੀ ਉਹਦੀਆਂ ਸਹੇਲੀਆਂ ਬਣ ਗਈਆਂ। ਚਿੰਤੀ ਚੰਨੋ ਨੂੰ ਦਿਲਾਸੇ ਦੇ ਹੌਸਲੇ ਦਿੰਦੀ ਕਈ ਵਾਰ ਆਪ ਵੀ ਫਿੱਸ ਪੈਂਦੀ। ਫਿਰ ਕਿੰਨਾ ਚਿਰ ਕਮਰੇ 'ਚ ਹੌਕਿਆਂ ਦਾ ਹੁੰਗਾਰਾ ਭਰਦੇ ਰਹਿੰਦੇ ਅਤੇ ਫਿਰ ਇੱਕ ਦਿਨ ਜਿਵੇਂ ਹੋਣੀ ਦਾ ਮਾਰੂ ਪੰਜਾ ਇਸ ਘਰ 'ਤੇ ਝਪਟ ਪਿਆ। ਪੂਰਨ ਦੀ ਛਾਤੀ ਦੇ ਖੱਬੇ ਪਾਸੇ ਅਚਾਨਕ ਦਰਦ ਹੋਈ। ਉਹਨੇ ਚਿੰਤੀ ਨੂੰ ਤੇਲ ਮਲਣ ਅਤੇ ਲੋਗੜ ਤੱਤਾ ਕਰਕੇ ਦਰਦ ਵਾਲੀ ਥਾਂ 'ਤੇ ਸੇਕ ਦੇਣ ਲਈ ਕਿਹਾ। ਚਿੰਤੀ ਤੇਲ ਮਲਣ ਲੱਗ ਪਈ ਅਤੇ ਚੰਨੋ ਤਵੇ 'ਤੇ ਲੋਗੜ ਗਰਮ ਕਰ ਕਰ ਬੇਬੇ ਨੂੰ ਫੜਾਉਣ ਲੱਗ ਪਈ ਅਤੇ ਨਾਲ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗ ਪਈ। ਦਰਦ ਪਲ ਪਲ ਵੱਧਦੀ ਗਈ। ਮਿੰਟਾਂ 'ਚ ਹੀ ਸਾਰਾ ਟੱਬਰ ਪੂਰਨ ਦੁਆਲੇ ਇਕੱਠਾ ਹੋ ਗਿਆ। ਮੰਗਲ ਕੋਠੜੀ 'ਚੋਂ ਦੇਸੀ ਸ਼ਰਾਬ ਦਾ ਤਗੜਾ ਹਾੜਾ ਪਾ ਲਿਆ ਆ। ਆਪਣੀ ਬਾਂਹ ਦਾ ਆਸਰਾ ਦੇ ਕੇ ਪੂਰਨ ਨੂੰ ਉਠਾਲਦਿਆਂ ਹੋਇਆਂ ਉਸ ਕਿਹਾ, ਭਾਈਆ ਕੁਛ ਨਹੀਂ ਹੁੰਦਾ, ਫੜ ਪੀ ਘੁੱਟ, ਐਵੇਂ ਠੰਡ ਜਿਹੀ ਲੱਗ ਗਈ ਆ। ਪੂਰਨ ਭਾਵੇਂ ਦਿਲ ਕਰੜਾ ਜਿਹਾ ਕਰਕੇ ਹਾੜਾ ਪੀਤਾ ਗਿਆ, ਪਰ ਉਹਦਾ ਮਨ ਉਹਨੂੰ ਅਸਲੀ ਗੱਲ ਦਾ ਸੁਨੇਹਾ ਦੇ ਰਿਹਾ ਸੀ। ਹਾੜਾ ਪੀ ਕੇ ਉਹਦੇ ਮੂੰਹੋਂ ਇੰਨਾ ਹੀ ਨਿਕਲਿਆ, ਜੇ ਬੰਤਾ ਆ ਹੀ ਜਾਂਦਾ ਤਾਂ ਚੰਗਾ ਹੁੰਦਾ।
ਪਾਸੇ ਪੂਰਨ ਦੇ ਜੀਵਨ ਦੇ ਗੁਟਕੂੰ ਗੁਟਕੂੰ ਕਰਦੇ ਕਬੂਤਰ ਦੇ ਅੰਤਿਮ ਬੋਲ ਸਨ ਅਤੇ ਉਹਦੀ ਧੌਣ ਸੱਜੇ ਪਾਸੇ ਲੁੜਕ ਗਈ। ਚਿੰਤੀ ਦੇ ਕੀਰਨਿਆਂ ਨੇ ਪਿੰਡ ਦੀ ਸਵੇਰ ਦੀ ਚੁੱਪ ਦਾ ਸੀਨਾ ਛਲਣੀ ਕਰ ਦਿੱਤਾ। ਪਲਾਂ 'ਚ ਸਾਰੇ ਪਿੰਡ 'ਚ ਹਾਹਾਕਾਰ ਮੱਚ ਗਈ। ਪੰਜਾਲੀਆਂ 'ਤੇ ਰੱਖੇ ਹਲ ਮੁੜ ਕੰਧਾਂ ਦੀਆਂ ਮੁੱਖ ਨਾਲ ਸਹਿਮ ਕੇ ਲੱਗ ਗਏ। ਉਦਾਸ ਪੰਜਾਲੀਆਂ ਬਲਦਾਂ ਦੀਆਂ ਕੰਨਾਂ ਨੂੰ ਪਲੋਸ ਕੇ ਹਲਾਂ ਦੇ ਮੋਢੀ ਜਾਣ ਲੱਗੀਆਂ। ਹਲਟਾਂ ਦੇ ਕੁੱਤਿਆਂ ਦੀ ਟਿਕ ਟਿਕ ਪਿੰਡ ਦੀ ਉਦਾਸ ਚੁੱਪ ਨਾਲ ਜਾ ਰਲੀ। ਅੱਜ ਜਿਵੇਂ ਪਿੰਡ ਦਾ ਪਿੰਡਾਂ ਮੌਤ ਦੀਆਂ ਗਿਰਜਾਂ ਨੇ ਵਲੂੰਦਰ ਦਿੱਤਾ ਹੋਵੇ, ਪਲਾਂ ਵਿੱਚ ਹੀ ਸਾਰਾ ਪਿੰਡ ਪੂਰਨ ਦੇ ਵਿਹੜੇ 'ਚ ਇਕੱਠਾ ਹੋ ਗਿਆ। ਕੁਝ ਤੀਵੀਆਂ ਚਿੰਤੀ ਦੀਆਂ ਦੰਦਲਾਂ ਭੰਨਣ 'ਚ ਲੱਗੀਆਂ ਹੋਈਆਂ ਸੀ। ਚੰਨੋ ਚਿੰਤੀ ਦੇ ਗਲ ਲੱਗ ਤਾਹਾਂ ਮਾਰ ਮਾਰ ਵਿਰਲਾਪ ਕਰਦੀ ਝੱਲੀ ਨਹੀਂ ਸੀ ਜਾਂਦੀ, ਜਿਵੇਂ ਅੱਜ ਚਿੰਤੀ ਦਾ ਦਰਦ ਚੰਨੋ ਦੇ ਦਰਦ ਨੂੰ ਬਹੁਤ ਪਿੱਛੇ ਛੱਡ ਗਿਆ ਹੋਵੇ। ਗੁਰਦਿੱਤਾ ਅਤੇ ਮੰਗਲ ਮੁੜ ਬਾਪ ਦੇ ਗਲ ਤਾਹਾਂ ਮਾਰ ਮਾਰ ਕੇ ਚੰਬੜਦੇ। ਕੁਝ ਚਿਰ ਦੇ ਰੋਣੇ ਧੋਣੇ ਤੋਂ ਪਿੱਛੋਂ ਪਿੰਡ ਦੇ ਸਿਆਣੇ ਬੰਦਿਆਂ ਨੇ ਚਿੰਤੀ ਦੇ ਪੇਕੀ ਮੁੰਡਿਆਂ ਦੇ ਸਹੁਰੀ ਅਤੇ ਤਾਰੋ ਨੂੰ ਲੈਣ ਬੰਦੇ ਭੇਜਦੇ। ਰੋਂਦੀ ਕੁਰਲਾਉਂਦੀ ਚਿੰਤੀ ਨੇ ਹੋਸ਼ ਜਿਹੀ ਕਰਦਿਆਂ ਜਿਹੜੀ ਗੱਲ ਸਭ ਤੋਂ ਪਹਿਲਾਂ ਕਹੀ ਸੀ, ਗੋਲੂ ਪੁੱਤ ਜਾ ਆਪਣੇ ਚਾਚੇ ਨੂੰ ਤਾਰ ਕਰ ਆ ਵੀ ਆਪਣੇ ਪੇ ਦਾ ਆਖਰੀ ਵਾਰ ਆ ਕੇ ਮੂੰਹ ਦੇਖ ਲਵੇ। ਚਿੰਤੀ ਦੀ ਇਸ ਗੱਲ ਨੇ ਚੰਨੋ ਸਮੇਤ ਪਿੰਡ ਦੀਆਂ ਹੋਰ ਤੀਵੀਆਂ ਦੀਆਂ ਵੀ ਭੁੱਬਾਂ ਕੱਢ ਦਿੱਤੀਆਂ। ਗੇਲੂ ਵੀ ਤਾਹਾਂ ਮਾਰ ਮਾਰ ਕੇ ਦਾਦੀ ਦੀ ਗੱਲ ਨਾਲ ਚੰਬੜ ਗਿਆ। ਸਿਆਣਿਆਂ ਨੇ ਗੇਲੂ ਨੂੰ ਸਮਝਾ ਕੇ ਰੋਕਿਆ, ਤਾਰ ਦਾ ਕੀ ਫਾਇਦਾ, ਉਹਨੇ ਕਿਹੜਾ ਆ ਸਕਣਾ, ਉਂਝ ਵੀ ਤਾਂ ਮਿੱਟੀ ਹੈ। ਦੁਪਹਿਰ ਤਾਂ ਹੀ ਰਿਸ਼ਤੇਦਾਰਾਂ ਨੂੰ ਸੱਦਣ ਗਏ ਬੰਦੇ ਜਦੋਂ ਮੁੜੇ ਤਾਂ ਸਭ ਤੋਂ ਪਹਿਲਾਂ ਤਾਰੋ ਅਤੇ ਉਹਦਾ ਘਰ ਵਾਲਾ ਜਿਉਣ ਸਿਉਂ ਕੁਛ ਬੁੱਢੀਆਂ ਅਤੇ ਬੰਦਿਆਂ ਨਾਲ ਪਹੁੰਚ ਗਏ ਸੀ। ਤਾਰੋ ਨੂੰ ਜੇ ਮਾਂ ਦੇ ਗਲ ਨਾਲੋਂ ਲਾਉਂਦੇ ਤਾਂ ਉਹ ਦਾਦੀ ਦੇ ਗਲ ਨਾਲ ਚੰਬੜ ਜਾਂਦੀ। ਸ਼ਾਇਦ ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਮਾਂ ਅਤੇ ਦਾਦੀ ਦੋਹਾਂ 'ਚੋਂ ਕਿਹਦਾ ਦਰਦ ਵੱਡਾ ਹੈ। ਲੋਹੜੀ ਵੇਲੇ ਤੱਕ ਸਾਰੇ ਰਿਸ਼ਤੇਦਾਰ ਪੁੱਜ ਗਏ। ਪੂਰਨ ਦੀ ਦੇਹ ਨੂੰ ਅੰਤਿਮ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪੁਆਏ ਗਏ ਜੋ ਸਹੁਰਿਆਂ ਨੇ ਲਿਆਂਦੇ ਸੀ। ਰੋਂਦੇ ਕੁਰਲਾਉਂਦੇ ਸੰਬੰਧੀਆਂ ਅਤੇ ਪਿੰਡ ਵਾਲਿਆਂ ਨੇ ਪੂਰਨ ਨੂੰ ਜ਼ਿੰਦਗੀ ਦੇ ਅੰਤਿਮ ਪੜਾਅ ਵੱਲ ਮੋਢਿਆਂ ਪਰ ਚੁੱਕ ਕੇ ਤੋਰ ਲਿਆ। ਜਦੋਂ ਗੁਰਦਿੱਤੇ ਨੇ ਚਿਤਾ ਨੂੰ ਅੱਗ ਵਿਖਾਈ ਤਾਂ ਦੂਰ ਖੜ੍ਹੀ ਚਿੰਤੀ ਨੂੰ ਇੰਝ ਲੱਗਾ ਜਿਵੇਂ ਉਹਦੇ ਸੁਪਨਿਆਂ ਦੀ ਚਿਤਾ ਨੂੰ ਲਾਂਬੂ ਲਾ ਦਿੱਤਾ ਗਿਆ ਹੋਵੇ ਅਤੇ ਉਹ ਗਸ਼ ਖਾ ਕੇ ਡਿੱਗ ਪਈ। ਪੂਰਨ ਦੀ ਆਤਮਕ ਸ਼ਾਂਤੀ ਲਈ ਸਧਾਰਨ ਪਾਠ ਰਖਾਉਣ ਵਾਲੇ ਦਿਨ ਤੋਂ ਭੋਗ ਵਾਲੇ ਦਿਨ ਤੱਕ ਦਾ ਸਮਾਂ ਚਿੰਤੀ ਲਈ ਜਿਵੇਂ ਅੱਖ 'ਚ ਮੱਕੇ ਵਾਂਗ ਲੰਘਿਆ ਹੋਵੇ। ਭੋਗ ਵਾਲੇ ਦਿਨ ਗੁਰਦਿੱਤੇ ਦੇ ਸਹੁਰਿਆਂ ਤੋਂ ਲਿਆਂਦੀ ਪੱਗ ਜਦੋਂ ਮਹਾਰਾਜ ਦੀ ਹਜ਼ੂਰੀ 'ਚ ਗੁਰਦਿੱਤੇ ਦੇ ਸਿਰ ਜ਼ਿੰਮੇਵਾਰੀਆਂ ਦੇ ਭਾਰ ਵਜੋਂ ਰੱਖੀ ਗਈ ਅਤੇ ਬੁੱਢੀਆਂ 'ਚ ਬੈਠੀ ਚਿੰਤੀ ਦੀਆਂ ਤਾਹਾਂ ਨਿਕਲ ਗਈਆਂ। ਉਹਨੂੰ ਮਹਿਸੂਸ ਹੋਇਆ ਜਿਵੇਂ ਅੱਜ ਤੋਂ ਘਰ ਦੀ ਮਾਲਕਣ ਉਹ ਨਹੀਂ ਸੰਤੀ ਬਣ ਗਈ ਹੋਵੇ। ਮੰਗਲ ਦੇ ਸਹੁਰਿਆਂ ਨੇ ਲਿਆਂਦੀ ਪੱਗ ਮੰਗਲ ਦੀ ਬਣਾਤੀ। ਬੰਤੇ ਦੀ ਪੱਗ ਜਦੋਂ ਚੰਨੋ ਦੀਆਂ ਭਰਾਵਾਂ ਨੇ ਚੰਨੋ ਨੂੰ ਫੜਾਈ ਤਾਂ ਉਹ ਪੱਗ ਫੜ ਕੇ ਅੰਦਰ ਲੈ ਗਈ। ਉਸ ਪਾਸ ਰੋਣ ਨਾ ਥੰਮਿਆ ਗਿਆ। ਅੱਜ ਉਹਨੂੰ ਬੰਤੇ ਦੀ ਅਣਹੋਂਦ ਬੁਰੀ ਤਰ੍ਹਾਂ ਰੜਕ ਰਹੀ ਸੀ। ਅੰਗ 6 ਜਿਉਂਦੇ ਪੂਰਨ ਨੇ ਜਿਵੇਂ ਘਰ ਦੀ ਗੰਢ ਬੰਨ੍ਹ ਕੇ ਆਪਣੀ ਬਗਲ 'ਚ ਰੱਖ ਛੱਡੀ ਹੋਵੇ, ਉਹਦੇ ਜਿਉਂਦੇ ਜੀ ਸਾਰੇ ਜੀ ਜਿਵੇਂ ਕਿਸੇ ਮਸ਼ੀਨ ਦੇ ਪੁਰਜੇ ਵਾਂਗ ਆਪੋ ਆਪਣੇ ਥਾਂ ਕੰਮ ਕਰਦੇ ਤੁਰੇ ਜਾਂਦੇ ਹੋਣ। ਨਾ ਕਦੇ ਕਿਸੇ ਨੂੰ ਖਿਆਲ ਆਇਆ ਸੀ ਉਹ ਵੱਧ ਕੰਮ ਕਰਦਾ ਹੈ ਦੂਜਾ ਘੱਟ। ਪੂਰਨ ਨੇ ਦੇ ਮਰਨ ਤੋਂ ਬਾਅਦ ਸੰਤੀ ਨੂੰ ਇਹ ਗੱਲ ਖਟਕਣ ਲੱਗੀ ਕਿ ਉਹਦੇ ਦੋ ਜਵਾਨ ਪੁੱਤ ਬਾਹਰ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਆ ਅਤੇ ਉਹਦੀਆਂ ਦੋਹੇ ਨੂੰਹਾਂ ਨੂੰ ਘਰ ਦੇ ਚੁੱਲ੍ਹੇ ਚੌਂਕੇ 'ਚੋਂ ਹੀ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀ। ਉਹਨੇ ਕਿਹੜੀਆਂ ਧੀਆਂ ਵਿਆਹੁਣੀਆਂ ਅਤੇ ਹੁਣ ਸਾਂਝੇ ਥਾਂ 'ਤੇ ਜਦੋਂ ਮੰਗਲ ਦੀ ਧੀ ਦੇ ਦਾਜ ਲਈ ਕੋਈ ਚੀਜ਼ ਆਉਂਦੀ ਤਾਂ ਸੰਤੀ ਪਹਿਲਾਂ ਤਾਂ ਕਈ ਕਈ ਦਿਨ ਵਿੱਚੇ ਵਿੱਚ ਵਿਸ਼ ਘੁਲਦੀ ਰਹਿੰਦੀ, ਫਿਰ ਹੌਲੀ ਹੌਲੀ ਸੁਣਾ ਸੁਣਾ ਕੇ ਮਿਹਣੇ ਜਿਹੇ ਮਾਰਨ ਲੱਗ ਪਈ। ਮੰਗਲ ਦਾ ਮੁੰਡਾ ਸ਼ਹਿਰ ਹਾਈ ਸਕੂਲ 'ਚ ਪੜ੍ਹਨ ਜਾਂਦਾ। ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਉਹਦੇ ਅਨਪੜ੍ਹ ਮੁੰਡਿਆਂ 'ਤੇ ਕੋਈ ਅਫਸਰ ਲੱਗ ਗਿਆ ਹੋਵੇ। ਕੁੱਕੜ ਕਾਂ ਕੰਬੋ ਕੰਬੀਲਾ ਪਾਲਦੇ, ਜੱਟ ਮੈਂ ਹਾਂ ਸੰਸਾਰ ਕਬੀਲਾ ਗਾਲਦੇ, ਦਾ ਖਾਨ ਕਿਸੇ ਨੇ ਠੀਕ ਹੀ ਤਾਂ ਬਣਾਇਆ। ਸੰਤੀ ਵੀ ਸ਼ਰੀਕ ਦੇ ਪੁੱਤ ਨੂੰ ਪੜ੍ਹਦਾ ਅਤੇ ਤਰੱਕੀ ਕਰਦਾ ਵੇਖ ਕੇ ਕਿਵੇਂ ਜਰ ਸਕਦੀ ਸੀ। ਉਹਨੂੰ ਤਾਂ ਲੱਗ ਰਿਹਾ ਸੀ ਜਿਵੇਂ ਉਹਦਾ ਘਰ ਵਾਲਾ ਅਤੇ ਦੋਵੇਂ ਪੁੱਤਰ ਜੋ ਕਮਾਈ ਕਰਦੇ ਉਹ ਮੰਗਲ ਦੇ ਦੋਹਾਂ ਨਿਆਣਿਆਂ ਦੇ ਢਿੱਡ 'ਚ ਵੜਦੀ ਜਾਂਦੀ ਹੈ। ਜਦੋਂ ਚੰਨੋ ਨੂੰ ਵੀ ਪ੍ਰੀਤੋ ਅਤੇ ਮੰਗਲ ਦੇ ਵਿਰੁੱਧ ਅਤੇ ਉਹਨਾਂ ਦੇ ਨਿਆਣਿਆਂ 'ਤੇ ਹੋ ਰਹੇ ਖਰਚ ਬਾਰੇ ਚੁੱਕਦੀ ਰਹਿੰਦੀ, ਚਿੰਤੀ ਨੂੰ ਵੀ ਕਈ ਵਾਰ ਆਖਦੀ ਰਹਿੰਦੀ
ਰਹਿੰਦੀ ਬੇਬੇ, ਸਾਥੋਂ ਨਹੀਂ ਕਿਸੇ ਦੀਆਂ ਕਬੀਲਦਾਰੀਆਂ ਚੁੱਕ ਹੁੰਦੀਆਂ। ਮੇਰੇ ਪੁੱਤਾਂ ਦੀਆਂ ਖੁੱਚਾਂ ਤਾਂ ਹਲਾਂ ਨੇ ਮਾਰਤੀਆਂ, ਇਹਦਾ ਮੁੰਡਾ ਲਾਡ ਸਾਹਿਬ ਬਣ ਕੇ ਸ਼ਹਿਰ ਪੜ੍ਹਨ ਜਾਂਦਾ ਹੈ, ਅਤੇ ਰਹਿੰਦੀ ਕਸਰ ਧੀ ਦੇ ਦਾਜ ਦੀਆਂ ਚੀਜ਼ਾਂ ਪੂਰੀ ਕਰੀ ਜਾਂਦੀਆਂ ਨੇ। ਨਿੱਤ ਦਿਹਾੜੀ ਕੋਈ ਨਾ ਕੋਈ ਚੀਜ਼ ਖਰੀਦ ਹੁੰਦੀ ਰਹਿੰਦੀ ਹੈ, ਜਿਵੇਂ ਕਿਸੇ ਮਹਾਰਾਜੇ ਦੀ ਧੀ ਦਾ ਵਿਆਹ ਧਰਿਆ ਹੋਵੇ। ਚਿੰਤੀ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਇਹ ਸੁਲਗਦੀ ਹੋਈ ਅੱਗ ਇੱਕ ਦਿਨ ਭਾਂਬੜ ਬਣ ਗਈ ਅਤੇ ਘਰ 'ਚ ਮਹਾਂਭਾਰਤ ਸ਼ੁਰੂ ਹੋ ਗਿਆ। ਫਿਰ ਇੱਕ ਐਸਾ ਸਮਾਂ ਆ ਗਿਆ ਜਿਸ ਦਿਨ ਸਵੇਰ ਨੂੰ ਹਲ ਨਾ ਜੁੜੇ। ਲਵੇਰੀਆਂ ਚੋ ਤਾਂ ਲਈਆਂ ਪਰ ਉਹਨਾਂ ਨੂੰ ਕਿਸੇ ਨੇ ਪੱਠੇ ਨਾ ਪਾਏ, ਅਤੇ ਪਿੰਡ ਦੇ ਕੁਝ ਸਿਆਣੇ ਬੰਦੇ ਦਿੱਤੇ ਹੋਰਾਂ ਦੇ ਘਰ ਉਹਨਾਂ ਨੂੰ ਸਮਝਾਉਣ ਦਾ ਅਤੇ ਇਕੱਠੇ ਇਕੱਠ ਦੇ ਫਾਇਦੇ ਦੱਸਣ ਦਾ ਸਫਲ ਯਤਨ ਕਰਨ ਲੱਗੇ। ਪਰ ਇਕੱਠੇ ਕਿਸੇ ਨੇ ਨਾ ਰਹਿਣਾ ਸੀ ਅਤੇ ਨਾ ਕਿਸੇ ਸਿਆਣੇ ਦੀ ਗੱਲ ਦਾ ਉਹਨਾਂ 'ਤੇ ਅਸਰ ਹੋਇਆ। ਅੰਤ ਸਿਆਣਿਆਂ ਨੇ ਜ਼ਮੀਨ ਚਾਰ ਥਾਈਂ ਇੱਕੋ ਜਿਹੀ ਕਰਕੇ ਗੁਣੇ ਪਾ ਦਿੱਤੇ। ਕੁਦਰਤੀ ਬੰਤੇ ਅਤੇ ਚਿੰਤੀ ਦਾ ਗੁਣਾ ਦੋਹਾਂ ਦੇ ਵਿਚਕਾਰ ਆ ਗਿਆ। ਫਿਰ ਸਿਆਣਿਆਂ ਨੇ ਚੰਨੋ ਅਤੇ ਚਿੰਤੀ ਨੂੰ ਪੁੱਛਿਆ, ਤੁਸੀਂ ਆਪਣੇ ਆਪਣੇ ਹਿੱਸੇ ਦੀ ਜ਼ਮੀਨ ਕਿਸ ਕਿਸ ਨੂੰ ਦੇਣੀ ਹੈ? ਚਿੰਤੀ ਅਤੇ ਚੰਨੋ ਦੇ ਮੂੰਹਾਂ ਨੂੰ ਜਿਵੇਂ ਜੰਦਰੇ ਲੱਗ ਗਏ ਹੋਣ, ਅਤੇ ਚੰਨੋ ਦੀ ਸੋਚ ਹਜ਼ਾਰਾਂ ਮੀਲ ਦੂਰ ਬੈਠੇ ਬੰਤੇ ਕੋਲ ਪਹੁੰਚ ਕੇ ਜਿਵੇਂ ਉਹਨੂੰ ਆਖਰੀ ਹੋਵੇ ਅੜਿਆ, ਹੁਣ ਆ ਕੇ ਆਪਣੇ ਬਾਪ ਦਾਦੇ ਦੀ ਜਾਇਦਾਦ ਤਾਂ ਸਾਂਭ, ਮੈਨੂੰ ਤਾਂ ਜਿਵੇਂ ਸ਼ਾਮ ਲਾਟ ਸਮਝ ਕੇ ਵਿਸਾਰ ਦਿੱਤਾ। ਦੋਹਾਂ ਨੂੰ ਚੁੱਪ ਵੇਖ ਕੇ ਸਿਆਣੇ ਬੰਦਿਆਂ ਨੇ ਆਪ ਹੀ ਫੈਸਲਾ ਕਰਤਾ ਕਿ ਬੰਤੇ ਦਾ ਹਿੱਸਾ ਮੰਗਲ ਵਟਾਈ 'ਤੇ ਵਾਹ ਲਏਗਾ ਅਤੇ ਚਿੰਤੀ ਦਾ ਹਿੱਸਾ ਗੁਰਦਿੱਤਾ, ਕਿਉਂਕਿ ਗੁਣਿਆਂ ਅਨੁਸਾਰ ਬੰਤੇ ਦਾ ਹਿੱਸਾ ਮੰਗਲ ਨਾਲ ਲੱਗਦਾ ਸੀ ਅਤੇ ਚਿੰਤੀ ਦਾ ਹਿੱਸਾ ਗੁਰਦਿੱਤੇ ਨਾਲ। ਇਸ ਤਰ੍ਹਾਂ ਜ਼ਮੀਨ 'ਚੋਂ ਹਿੱਸਿਆਂ 'ਚ ਵੰਡ ਹੋ ਕੇ ਵੀ ਫਿਰ ਦੋ ਹਿੱਸਿਆਂ 'ਚ ਇਕੱਠੀ ਹੋ ਗਈ। ਨਵੀਂ ਹਾੜੀ ਦੀ ਫਸਲ ਨਵੀਂ ਵੰਡ ਅਨੁਸਾਰ ਬੀਜੀ ਜਾਣੀ ਸੀ। ਹਿੱਸੇ ਆਉਂਦੇ ਪਸ਼ੂ ਵੰਡ ਲਏ ਗਏ। ਬੰਤੇ ਅਤੇ ਚਿੰਤੀ ਦੇ ਬਲਦਾਂ ਦਾ ਮੁੱਲ ਪਾ ਕੇ ਮੰਗਲ ਅਤੇ ਗੁਰਦਿੱਤੇ ਨੇ ਰੱਖ ਲਏ। ਚਿੰਤੀ ਅਤੇ ਚੰਨੋ ਦੇ ਹਿੱਸੇ ਇੱਕ ਇੱਕ ਮੱਝ ਆ ਗਈ। ਪੰਚਾਇਤੀ ਬੰਦਿਆਂ ਨੇ ਇਹ ਫੈਸਲਾ ਕੀਤਾ ਕਿ ਚਿੰਤੀ ਦੀ ਮੱਝ ਦੇ ਕੱਖ ਪੱਠੇ ਦੀ ਜ਼ਿੰਮੇਵਾਰੀ ਗੁਰਦਿੱਤੇ ਦੇ ਸਿਰ ਅਤੇ ਚੰਨੋ ਦੀ ਮੱਝ ਦੀ ਮੰਗਲ ਦੇ ਸਿਰ ਹੋਏਗੀ। ਜਿਹੜਾ ਵੀ ਉਹਨਾਂ ਦੀਆਂ ਲਵੇਰੀਆਂ ਦੀ ਠੀਕ ਤਰ੍ਹਾਂ ਦੇਖਭਾਲ ਕਰੇਗਾ, ਉਸ ਪਾਸੋਂ ਆਪਣੀ ਜ਼ਮੀਨ ਛੁਡਾ ਕੇ ਜਿਹਨੂੰ ਮਰਜ਼ੀ ਚਾਹੁਣ ਦੇ ਸਕਣਗੀਆਂ। ਪ੍ਰੀਤੋ ਅਤੇ ਚਿੰਤੀ ਨੇ ਆਪੋ ਆਪਣੇ ਭਾਂਡੇ ਵੱਖ ਕਰ ਲਏ। ਹੁਣ ਘਰ 'ਚ ਇੱਕ ਚੁੱਲ੍ਹਾ ਨਹੀਂ ਤਿੰਨ ਚੁੱਲ੍ਹੇ ਬਣ ਗਏ ਸੀ, ਕਿਉਂਕਿ ਚਿੰਤੀ ਅਤੇ ਚੰਨੋ ਨੇ ਇਕੱਠਿਆਂ ਰਹਿਣ ਦਾ ਫੈਸਲਾ ਕਰ ਲਿਆ ਸੀ। ਘਰ ਦੀ ਵੰਡ ਵੰਡਾਈ ਸਮੇਂ ਵੀ ਅੱਧ ਚੰਨੋ ਅਤੇ ਚਿੰਤੀ ਨੂੰ ਮਿਲ ਗਿਆ। ਹੁਣ ਸੰਤੀ ਨੂੰ ਗਿਆਨ ਹੋਇਆ ਕਿ ਚੌਥੇ ਹਿੱਸੇ ਦਾ ਘਰ ਉਹਦੇ ਪਰਿਵਾਰ ਲਈ ਕਿੰਨਾ ਛੋਟਾ ਹੈ। ਮੰਗਲ ਦੇ ਪਰਿਵਾਰ ਲਈ ਵੀ ਘਰ ਸੁੰਗੜ ਜਿਹਾ ਗਿਆ, ਪਰ ਚਿੰਤੀ ਅਤੇ ਚੰਨੋ ਲਈ ਜਿਵੇਂ ਘਰ ਖਾਲੀ ਖਾਲੀ ਜਿਹਾ ਹੋ ਗਿਆ ਹੋਵੇ। ਤਿੰਨ ਦਲਾਨ ਅਤੇ ਉਹਨਾਂ ਦੇ ਮਗਰ ਬਣੀਆਂ ਦੋ ਦੋ ਕੋਠੜੀਆਂ ਦੀ ਵੰਡ ਕਰਨ ਲੱਗਿਆਂ ਸਿਆਣੇ ਬੰਦਿਆਂ ਨੇ ਫੈਸਲਾ ਕੀਤਾ ਕਿ ਇੱਕ ਇੱਕ ਦਲਾਨ ਅਤੇ ਦੋ ਦੋ ਕੋਠੜੀਆਂ ਮੰਗਲ ਅਤੇ ਗੁਰਦਿੱਤੇ ਨੂੰ ਦੇ ਦਿੱਤੀਆਂ ਜਾਣ। ਚਿੰਤੀ ਅਤੇ ਚੰਨੋ ਨੂੰ ਇੱਕ ਦਲਾਨ ਅਤੇ ਦੋ ਦੋ ਕੋਠੜੀਆਂ। ਪਰ ਇਹ ਮਕਾਨ ਬੰਤੇ ਦੇ ਹਿੱਸੇ ਦਾ ਹੋਏਗਾ ਅਤੇ ਚੁਬਾਰਾ ਵੀ ਚਿੰਤੀ ਵਰਤੇਗੀ। ਉਂਝ ਆਏ ਗਏ ਲਈ ਇਹਨੂੰ ਸਾਂਝਾ ਹੀ ਸਮਝਿਆ ਜਾਏਗਾ। ਨਵੀਂ ਫਸਲ ਦੀ ਤਿਆਰੀ ਵੱਖਰੇ ਅਤੇ ਨਵੇਂ ਉਤਸ਼ਾਹ ਨਾਲ ਦੋਹਾਂ ਧਿਰਾਂ ਨੇ ਸ਼ੁਰੂ ਕੀਤੀ। ਦੋਵੇਂ ਧਿਰਾਂ ਚਿੰਤੀ ਅਤੇ ਚੰਨੋ ਦੀਆਂ ਮੱਝਾਂ ਦਾ ਆਪਣੇ ਪਸ਼ੂਆਂ ਨਾਲੋਂ ਵੱਧ ਖਿਆਲ ਰੱਖਦੀਆਂ। ਮੰਗਲ ਨੂੰ ਹੁਣ ਪਤਾ ਲੱਗਾ ਕਿ ਇਕੱਲੇ ਜੱਟ ਦੀ ਜੂਨ ਬੜੀ ਮਾੜੀ ਹੁੰਦੀ ਹੈ। ਹਲ ਦਾ ਜੋਤਾ ਲਾ ਕੇ ਪੱਠੇ ਵੱਢਣੇ, ਜਦੋਂ ਲੋਕ ਰਾਤ ਦਾ ਰੋਟੀ ਟੁੱਕ ਖਾ ਕੇ ਮੰਜਿਆਂ 'ਤੇ ਜਾ ਕੇ ਟੇਢੇ ਹੁੰਦੇ ਤਾਂ ਮੰਗਲ ਹਾਲੇ ਪੱਠੇ ਕੁਤਰ ਰਿਹਾ ਹੁੰਦਾ। ਉਹਦਾ ਮੁੰਡਾ ਵੀ ਕੁਝ ਮਹੀਨਿਆਂ 'ਚ ਹੀ ਕੰਮ ਨੇ ਮਧੋਲ ਸੁੱਟਿਆ। ਉਸ ਕੋਲੋਂ ਸਕੂਲ ਦਾ ਕੰਮ ਵੀ ਨਾ ਕਰ ਹੁੰਦਾ ਅਤੇ ਸਕੂਲੋਂ ਮਾਰ ਖਾਣੀ ਪੈਂਦੀ, ਅਤੇ ਫਿਰ ਇੱਕ ਦਿਨ ਉਸ ਕਿਤਾਬਾਂ ਸੁੱਟ ਕੇ ਖੇਤੀ ਦੇ ਸੰਦ ਚੁੱਕ ਲਏ। ਪ੍ਰੀਤੋ ਨੂੰ ਮੁੰਡੇ ਦੇ ਪੜ੍ਹਨੋਂ ਹਟਣ ਦਾ ਬੜਾ ਦੁੱਖ ਹੋਇਆ ਅਤੇ ਸੰਤੀ ਦੇ ਤਾਂ ਅੱਜ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ। ਪ੍ਰੀਤੋ ਦੀ ਵੀ ਇੱਕ ਲੱਤ ਹਵੇਲੀ, ਪਸ਼ੂਆਂ ਨੂੰ ਪੱਠਾ ਦਿੱਤਾ ਅਤੇ ਪਾਣੀ ਪਿਲਾਉਣ 'ਚ ਲਈ ਹੁੰਦੀ, ਅਤੇ ਇੱਕ ਲੱਤ ਘਰ ਦਾ ਚੌਂਕਾ ਚੁੱਲ੍ਹਾ ਕਰਨ ਲਈ। ਉਹਨੇ ਹੌਲੀ ਹੌਲੀ ਆਪਣੀ ਧੀ ਦਾ ਦਾਜ ਦੀਆਂ ਚਾਦਰਾਂ ਅਤੇ ਸਿਰਹਾਣੇ ਕੱਢਣੇ ਘੱਟ ਕਰਾ ਕੇ ਚੌਂਕੇ ਚੁੱਲ੍ਹੇ ਅਤੇ ਰੋਟੀ ਟੁੱਕ ਵੱਲ ਵਧੇਰੇ ਸਮਾਂ ਦੇਣ ਲਈ ਤੋਰ ਲਿਆ। ਕੰਮ ਦੇ ਪਏ ਸਚਿੰਤੇ ਬੋਝ ਨੇ ਇੱਕ ਵਾਰ ਤਾਂ ਸਾਰੇ ਟੱਬਰ ਦੀ ਬੋਝ ਜੀ ਮਾਰਤੀ, ਪਰ ਫਿਰ ਹੌਲੀ ਹੌਲੀ ਆਪੋ ਆਪਣੀ ਥਾਂ ਕੋਹਲੂ ਦੇ ਬਲਦ ਵਾਂਗ ਸਿਰਜਿਆਂ ਸੁੱਟ ਕੇ ਜਿਵੇਂ ਕੰਮ ਦੇ ਆਦੀ ਜਿਹੇ ਹੋ ਗਏ। ਗੁਰਦਿੱਤੇ ਦਾ ਟੱਬਰ ਤਾਂ ਜਿਵੇਂ ਵਿਹਲਾ ਵਿਹਲਾ ਜਿਹਾ ਮਹਿਸੂਸ ਕਰਦਾ ਹੋਵੇ। ਸੰਤੀ ਦੀਆਂ ਨੂੰਹਾਂ ਰੋਟੀ ਟੁੱਕ ਕਰਕੇ ਆਪਣੇ ਆਪਣੇ ਨਿਆਣਿਆਂ ਨੂੰ ਸ਼ਿੰਗਾਰਦੀਆਂ ਰਹਿੰਦੀਆਂ ਅਤੇ ਮੁੰਡੇ ਖੇਤੀ ਦੇ ਕੰਮ ਨੂੰ ਜਿਵੇਂ ਕੰਮ ਹੀ ਨਾ ਸਮਝਦੇ ਜਾਂ ਨਾ ਮਹਿਸੂਸ ਕਰਦੇ। ਸੰਤੀ ਕਈ ਵਾਰ ਇਕੱਲੀ ਬੈਠੀ ਸੋਚਦੀ ਜੇ ਬੰਤਾ ਕਿਤੇ ਗੇਲੂ ਨੂੰ ਤੇਲੀਏ ਸੱਦ ਲਵੇ ਤਾਂ ਕਿੰਨਾ ਚੰਗਾ ਹੋਵੇ। ਅਤੇ ਫਿਰ ਉਹਨੇ ਇੱਕ ਦਿਨ ਬਾਕੀ ਟੱਬਰ ਤੋਂ ਚੋਰੀ ਗੇਲੂ ਕੋਲੋਂ ਬੰਤੇ ਨੂੰ ਚਿੱਠੀ ਲਿਖਵਾਈ
कि इहनूं भी अपने कोल सद लै। चिंती ते चन्नू दा मन दिनों दिन नाम सिमरन वल वधेरे लगता गया। इन्हां दिनां च तारू ने पेकी आ के अपना पहला जनेपा कटिया ते पुत्तर नूं जन्म दिता। चिंती ते चन्नू दे भा दा इह करमा वाला मुंडा सी। मुंडे दा नाम करमा रख्या गया। करमा मां ते गया सी। चन्नू ते चिंती ने बड़ी रीझ नाल करमे दा छूछकड़ा तैयार किया। भावें चन्नू ने धी की हर रीझ पूरी की, अपने जवाई नूं गुठी पाई, पर उन्हें महसूस होया जिवें जवाई का लालची मन ए तो भी वध कुछ होर चाह रहा होवे। मुंडे दे जन्म की खबर बंते नूं चिट्ठी राहीं कर दित्ती गई ते बंते ने अपने दोते दे शगन विहारां लई होर पैसे भेज दित्ते। तारू ने दो सालां पिछों जब दूसरे पुत्तर नूं जन्म दिता तां मानो चन्नू दे जमीन ते पैर नहीं सी लग रहे। उन्हें तारू नूं सज्जर सूई झोटी लै दित्ती, घिओ दा पीपा, मुंडे लई सोने दे कंगन, तारू नूं नवें फैशन दे कांटे ते जवाई नूं सोने दा कड़ा पाया। चन्नू ने जदों तारू पासों करमे नूं अपने कोल रखण दी मंग कीती तां तारू ने अपनी माँ दी कल नाल जूझ रही जिंदगी नूं महसूस करदिआं झट हाँ करती। आखण लगी, करमा अज तों तेरा होया। तारू दे घर वाला तां पहलां ही चाहुंदा सी कि उहदा पुत्तर उहदे सहुरे दी जायदाद दा वारस बन जाए। किन्ना निर्मोहा कर दिता मनुख नूं इस पदार्थवादी युग ने, ते मनुख पासों धरत प्राप्ति दा मोह की नहीं करा दिंदा। उहनूं भुल ही जांदा कि अंतिम समय उहदे हिस्से किन्नी जमीन आउणी है। करमा बनते ते चिंती लई जिवें इक नवां खिडौना होवे। उहनूं नहाउंदियां, धुलाउंदियां, शिंगारदियां, ना थकदियां। करमा सोहणा वी तां रज के सी, नज़र लगन तो उहदी गल जां मत्थे ते कालख दा टिक्का ला दिंदियां। सारियां जनानियां समझदियां कि करमा सच्ची करमा वाला है ते चरखा कत्तण लगियां उहनूं फड़ के लिया के उहदा पौंखा लैंदियां ते उहनूं इह कहिणा सिखाउंदियां। पहलां आप कहिंदियां, पौंखिया पौंखिया तूं आया, ते करमा अपनी तोतली आवाज़ 'च कहिंदा, पूनियां थान लगुत्ते हद्दन, ते सारियां हस पैंदियां। हौली हौली करमे नूं जिवें महसूस होण लग पिया होए कि उहदे ही करन वाला जरूरी काम है। अपनियां मामियां जां नानी दे चरखा कत्तदिआं दिने वी कई वार चरखे दीआं मुनियां फड़ के कहिण लग पैंदा, पोथिया पोथिया तूं आया, फिर आप ही कह दिंदा, पूनियां थान लगुत्ते हद्दन। समा बीतदा गया। जदों करमों तों दो कु वरे वड्डे प्रीतू ते गेलू दे मुंडे छोटे छोटे झोलियां च बाल उपदेश पा के हाथ च फटियां फड़ी पिंड च खुले नवें स्कूल जाण लग पए तां करमा वी स्कूल जाण दी जिद करन लगा। चन्नू ते गेलू दे प्रीतू दे छोटे मुंडियां वाल इशारा करके कहा, तूं सेमी होरां नाल स्कूल जाया करें। करमा बड़ा हुंदल हेल ते चुस्त निकलिया। पंजां कु सालां दा ही उह छेआं सत्तां सालां दा लगदा सी। स्कूल दे मास्टरां ने कागज़ां 'च उहदी उम्र 6 साल लिख के स्कूल 'च दाखिल कर लिया। इन्हां दिनां 'च तारू ने एक लड़की नूं जन्म दिता। भावें उह तेलड सी पर सारी इह कहि के मन नूं तसल्ली जी देई जांदे सी कि चलो भरावां दी भैण आई है। मिस्सा जिहा टब्बर सोहणा लगदा ते कई पुराने ख्यालां दे बजुर्ग तां इत्थों तक वी कहि दिंदे कि धी बिना तां कंजरां दा टब्बर हुंदा है। बंता बाहरों भावें लगातार पैसे भेजी जा रहा सी पर आप आउण दा कदे नां नहीं सी। जदों बंते दे पैसे जां चिट्ठी आउंदी तां चन्नू कई कई दिन उदासी दे सागरां 'च गोते खांदी रहिंदी। उह इन्हां दिनां 'च भावें गुरद्वारे जा के बाणी सुणन 'च वध समां लाउंदी, शहीदां दीआं समाधां 'ते मत्था टेकदी, पर फिर भी किसे किसे वेले उहदा मन गोते जे खाण लग पैंदा। उह हर इक नूं खिझ खिझ के पैंदी, करमे वल वी बहुता ध्यान ना दिंदी। फिर जदों अपनी सस दीआं गम दे जवार भाटे नाल उछलदीआं बुढ़ियां अक्खां 'च वेखदी ते उहदी छाती 'चों अपणे ते सस दे सुपनिआं दे मातम दा इक हौका जिहा निकल जांदा। उह अक्खां भर के अपनी सस दे गोडे नाल धीआं वांग लग के जख्मी हिरनी वांग तड़फदी बोलदी, बेबे जी, पता नहीं क्यों किसी किसी वेले इदां मन करदा है जाने इस घर 'चों भज जावां, मैनूं तां इत्थों दी हर इक चीज़ खाण नूं पैंदी है। चिंती उहदी पिट्ठ पलोसदी हुई आखदी, पुत नाम जपिया कर, रब भली करूगा, दिन सदा इक्को जे नहीं रहिंदे, कदी तां जरूर फिरनगे। इह तां ढलदे परछावें हुंदे ने। ते चन्नू दा मन सोचण लग पैंदा, दिन तां लंघ गए ने, हुण तां रातां ही रातां बाकी रहि गईआं ने। इह सोचदिआं उहदा इक हौका जिहा निकल जांदा ते फिर उह सतनाम वाहिगुरू दे जाप नाल डोलदे मन नूं ठुमणा दिंदी। नूं सस पूरन दे नां ते सिख बिठाउंदियां, गुरद्वारे देगां चाढ़दियां,
ਸ਼ਹੀਦਾਂ ਦੀਆਂ ਸਮਾਧਾਂ 'ਤੇ ਵਸਤਰ ਦਿੰਦੀਆਂ, ਮੱਥੇ ਟੇਕਦੀਆਂ, ਦੇਵੀ ਦੀਆਂ ਕੜਾਹੀਆਂ ਦਿੰਦੀਆਂ, ਕੰਜਕਾਂ ਦੇ ਪੈਰ ਧੋਂਦੀਆਂ, ਮੰਗਣਾ ਏ ਫਕੀਰ ਜਾਂ ਗਰੀਬ ਗੁਰਬੇ ਨੂੰ ਖਾਲੀ ਹੱਥ ਨਾ ਜਾਣ ਦਿੰਦੀਆਂ। ਨੂੰਹ ਸੱਸ ਦੋਹਾਂ ਦਾ ਹੀ ਇਹ ਕਰਮ, ਜਿਵੇਂ ਇੱਕ ਦਾ ਆਪਣੇ ਪਤੀ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਦੂਜੀ ਦਾ ਆਪਣੇ ਸੁਹਾਗ ਦੀ ਸਲਾਮਤੀ ਲਈ ਹੋਵੇ, ਕਿੰਨੀ ਮਹਾਨਤਾ ਹੈ ਭਾਰਤੀ ਨਾਰੀ ਦੀ। ਅੰਗ 7। ਫਿਰ ਇੱਕ ਦਿਨ ਕੋਈ ਬਾਊ ਜਿਹਾ ਲੱਗਦਾ ਅੱਧਖੜ ਉਮਰ ਦਾ ਬੰਦਾ ਬੰਤੇ ਅਤੇ ਪੂਰਨ ਦਾ ਘਰ ਪੁੱਛਦਾ, ਜਦੋਂ ਸ਼ਾਹ ਕੁ ਵੇਲੇ ਤੋਂ ਪਿੱਛੋਂ ਗੁਰਦਿੱਤੇ ਹੋਰਾਂ ਦੇ ਘਰ ਆਇਆ ਤਾਂ ਉਹਨੂੰ ਕਿਸੇ ਵੀ ਪਛਾਣਿਆ ਤੱਕ ਨਾ। ਪਛਾਣਨਾ ਵੀ ਕੀ ਸੀ, ਕਿਹੜਾ ਉਹਨੂੰ ਪਹਿਲਾਂ ਕਿਸੇ ਨੇ ਵੇਖਿਆ ਸੀ। ਉਹ ਗੁਰਦਿੱਤੇ ਅਤੇ ਬੰਤੇ ਦਾ ਨਾਂ ਜਾਣਦਾ ਸੀ। ਉਹਨੇ ਚਿੰਤੀ, ਗੁਰਦਿੱਤੇ ਅਤੇ ਮੰਗਲ ਪਾਸ ਪੂਰਨ ਨੂੰ ਚਾਚਾ ਆ ਕੇ ਉਹਦੀ ਮੌਤ ਦਾ ਅਫਸੋਸ ਕੀਤਾ। ਉਹਨੇ ਦੱਸਿਆ, ਮੇਰਾ ਨਾਂ ਲਾਲ ਹੈ, ਮੈਂ ਅਤੇ ਬੰਤਾ ਇਕੱਠੇ ਹੀ ਇੱਧਰੋਂ ਗਏ ਸੀ ਅਤੇ ਇਕੱਠੇ ਹੀ ਰਹਿੰਦੇ ਹਾਂ। ਜਦੋਂ ਚਾਚੇ ਦੀ ਮੌਤ ਦੀ ਚਿੱਠੀ ਬੰਤੇ ਨੂੰ ਮਿਲੀ ਤਾਂ ਉਹ ਬੜਾ ਰੋਇਆ। ਬਸ ਇਹੀ ਤਾਂ ਦੁੱਖ ਆ ਪਰਦੇਸਾਂ ਦੇ ਕਿ ਅਸੀਂ ਆਪਣਿਆਂ ਦੇ ਦੁੱਖ ਸੁੱਖ 'ਚ ਵੀ ਸ਼ਰੀਕ ਨਹੀਂ ਹੋ ਸਕਦੇ। ਜਿਉਂ ਜਿਉਂ ਲਾਲ ਬੰਤੇ ਦੀਆਂ ਗੱਲਾਂ ਅਤੇ ਕੰਮ ਬਾਰੇ ਅਤੇ ਉਸ ਮੁਲਕ ਬਾਰੇ ਦੱਸੀ ਜਾ ਰਿਹਾ ਸੀ, ਤਿਉਂ ਤਿਉਂ ਚੰਨੋ ਨੂੰ ਮਹਿਸੂਸ ਹੁੰਦਾ ਸੀ ਜਿਵੇਂ ਬੰਤਾ ਉਹਦੀਆਂ ਅੱਖਾਂ ਮੂਹਰੇ ਘੁੰਮ ਰਿਹਾ ਹੋਵੇ ਅਤੇ ਉਹਨੂੰ ਜਿਵੇਂ ਲਾਲ ਦੇ ਸਰੀਰ 'ਚੋਂ ਆ ਰਹੀ ਮਹਿਕ ਬੰਤੇ ਦੇ ਸਰੀਰ ਦੀ ਮਹਿਕ ਹੀ ਮਹਿਸੂਸ ਹੋ ਰਹੀ ਹੋਵੇ। ਉਹਨੂੰ ਇੱਕ ਖੁਮਾਰੀ ਜੀ ਚੜ੍ਹਦੀ ਜਾ ਰਹੀ ਹੋਵੇ। ਇਸ ਨਸ਼ੇ ਜਿਹੇ 'ਚ ਹੀ ਉਹਨੇ ਲਾਲ ਲਈ ਚਾਹ ਬਣਾ ਕੇ ਗੇਲੂ ਨੂੰ ਕਿਹਾ, ਪ੍ਰਾਹੁਣੇ ਨੂੰ ਚੁਬਾਰੇ 'ਚ ਲਿਜਾ ਕੇ ਚਾਹ ਪਿਲਾ। ਮੰਗਲ ਨੂੰ ਸੱਦ ਕੇ ਪ੍ਰਾਹੁਣੇ ਦੀ ਟਹਿਲ ਸੇਵਾ ਕਰਨ ਲਈ ਚਿੰਤੀ ਅਤੇ ਚੰਨੋ ਨੇ ਤਾਕੀਦ ਕੀਤੀ। ਮੰਗਲ ਨੇ ਝੱਟ ਹੀ ਕੁੱਕੜ ਵੱਢ ਲਿਆ ਅਤੇ ਪਹਿਲੇ ਤੋੜ ਦੀ ਘਰ ਦੀ ਕੱਢੀ ਸ਼ਰਾਬ ਦੀ ਬੋਤਲ ਚਾਹ ਦੇ ਭਾਂਡੇ ਚੁੱਕਣ ਤੋਂ ਪਹਿਲਾਂ ਹੀ ਪਾਣੀ ਅਤੇ ਕੱਚ ਦੀਆਂ ਗਲਾਸੀਆਂ ਸਮੇਤ ਮੇਜ਼ 'ਤੇ ਜਾ ਟਕਾਈ। ਪੀਣੀ ਸ਼ੁਰੂ ਕਰਨ ਤੋਂ ਪਹਿਲਾਂ ਲਾਲ ਨੇ ਕੁਝ ਜਨਾਨੇ ਸੂਟ ਅਤੇ ਮਰਦਾਵੀਆਂ ਕਮੀਜ਼ਾਂ ਗੇਲੂ ਹੱਥ ਚੰਨੋ ਕੋਲ ਭੇਜਦੀਆਂ। ਚੰਨੋ ਕੱਪੜਿਆਂ ਨੂੰ ਇਸ ਤਰ੍ਹਾਂ ਪਿਆਰ ਨਾਲ ਛੋਹ ਛੋਹ ਕੇ ਵੇਖਦੀ ਸੀ ਜਿਵੇਂ ਆਪਣੇ ਬੰਤੇ ਨੂੰ ਛੂਹ ਰਹੀ ਹੋਵੇ। ਗੰਢਾ ਅਤੇ ਅਚਾਰ ਪਲੇਟ 'ਚ ਰੱਖ ਕੇ ਲੂਣ ਵਾਲਾ ਮੂੰਹ ਕਰਨ ਲਈ ਬੋਤਲ ਦੇ ਨਾਲ ਹੀ ਰੱਖ ਦਿੱਤੇ ਗਏ। ਸਕੌਚ ਵਿਸਕੀ ਅਤੇ ਬੀਅਰ ਦੇ ਪਿਆਕ ਲਾਲ ਨੂੰ ਦੇਸੀ ਸ਼ਰਾਬ ਦੇ ਦੋ ਤਿੰਨਾਂ ਹਾੜਿਆਂ ਨੇ ਨਸ਼ਈ ਜਿਹਾ ਕਰ ਦਿੱਤਾ ਅਤੇ ਉਸ ਕੋਲੋਂ ਸ਼ਰਾਬ ਦੀ ਸਿਫਤ ਕਰਨੋਂ ਨਾ ਰਹਿ ਹੋਇਆ। ਉਹ ਮੰਗਲ ਨੂੰ ਕਹਿਣ ਲੱਗਾ, ਛੋਟੇ ਭਾਈ, ਆਹ ਤਾਂ ਸਾਲੀ ਮੰਡਿਆਲੀ ਰੰਗੀ ਮੰਡਿਆਲੀ ਵਾਂਗ ਲੜਦੀ ਜਾਂਦੀ ਹੈ। ਮੰਗਲ ਨੇ ਹੁੱਬ ਕੇ ਕਿਹਾ, ਵੀਰਾ, 20 ਬੋਤਲਾਂ ਦੀ ਮੱਟੀ 'ਚੋਂ ਪਹਿਲੇ ਤੋੜਦੀ ਆ ਅਤੇ ਫਿਰ ਜਦੋਂ ਤੱਕ ਕੁੱਕੜ ਨੂੰ ਰਾੜਾ ਲੱਗ ਕੇ ਆਇਆ ਦੋਵੇਂ ਰੋਟੀ ਖਾਣ ਜੋਗੇ ਹੋ ਗਏ ਸੀ। ਗੇਲੂ ਵੀ ਦੋ ਕੁਹਾੜਿਆਂ ਨਾਲ ਹੀ ਉੱਡਿਆ ਫਿਰਦਾ ਸੀ। ਲਾਲ ਨੇ ਗੇਲੂ ਨੂੰ ਕੋਲ ਬਿਠਾ ਕੇ ਕਲਾਵੇ 'ਚ ਲੈਂਦਿਆਂ ਕਿਹਾ, ਲੈ ਬਈ ਜੰਗ ਫਲਿਆ, ਤੂੰ ਵੀ ਤਿਆਰ ਹੋ ਜਾ ਆਸਟ੍ਰੇਲੀਏ ਜਾਣ ਲਈ। ਤੇਰੇ ਚਾਚੇ ਨੇ ਤੇਰੇ ਕਾਗਜ਼ ਪੱਤਰ ਮੇਰੇ ਕੋਲ ਘੱਲਿਆ, ਕੱਲ੍ਹ ਨੂੰ ਸਵੇਰੇ ਜਾ ਕੇ ਆਪਾਂ ਨਵੇਂ ਸ਼ਹਿਰ ਤੇਰਾ ਪਾਸਪੋਰਟ ਬਣਨਾ ਦੇ ਆਵਾਂਗੇ। ਗੇਲੂ ਨੂੰ ਤਾਂ ਜਿਵੇਂ ਹੋਰ ਵੀ ਨਸ਼ਾ ਚੜ੍ਹ ਗਿਆ ਹੋਵੇ ਅਤੇ ਮੰਗਲ ਨੂੰ ਆਪਣੀ ਪਹਿਲੀ ਪੀਤੀ ਵੀ ਉਤਰਦੀ ਮਹਿਸੂਸ ਹੋਈ ਅਤੇ ਉਹਨੇ ਲਾਲ ਨੂੰ ਕਿਹਾ, ਵੀਰੇ ਨੂੰ ਕਹੀਂ ਆਪਣੇ ਛੋਟੇ ਭਤੀਜੇ ਬਾਰੇ ਵੀ ਕੁਝ ਸੋਚੇ, ਭਾਵੇਂ ਉਹਦੇ ਮਗਰੋਂ ਹੀ ਜੰਮਿਆ ਸੀ ਪਰ ਹੈ ਬੜਾ ਗੇਲੂ ਵਾਂਗ ਹੀ ਹੁੰਦੜ। ਹੇਲ ਹੁਣ ਤਾਂ ਸੁੱਖ ਨਾਲ ਮੰਗਿਆ ਹੋਇਆ ਹੈ ਅਤੇ ਹਾੜੀ ਚੁੱਕ ਕੇ ਵਿਆਹ ਦੇਣਾ। ਲਾਲ ਨੇ ਉਹਦਾ ਦਿਲ ਰੱਖਣ ਲਈ ਕਿਹਾ, ਛੋਟੇ ਭਾਈ ਫਿਕਰ ਨਾ ਕਰ, ਅਸੀਂ ਸਾਰਿਆਂ ਦਾ ਹੀ ਬੰਨ ਸ਼ੁਰੂ ਕਰਾਂਗੇ। ਅਤੇ ਮੰਗਲ ਨੂੰ ਲੱਗਿਆ ਜਿਵੇਂ ਲਾਲ ਨਹੀਂ ਬੰਤਾ ਉਹਨੂੰ ਤਸੱਲੀ ਦੇ ਰਿਹਾ ਹੋਵੇ ਅਤੇ ਉਹਨੇ ਹਾੜਾ ਹਾੜਾ ਹੋਰ ਪਾ ਕੇ ਲਾਲ ਨੂੰ ਕਿਹਾ, ਚੱਕ ਫਿਰ ਵੀਰਾ, ਸਾਲੀ ਉਬਾਸੀ ਜੀ ਆਉਣ ਨੂੰ ਕਰਦੀ ਸੀ। ਅਤੇ ਲਾਲ ਨੇ ਨਵੇਂ ਹਾੜੇ 'ਚੋਂ ਘੁੱਟ ਭਰ ਕੇ ਗਲਾਸੀ ਖਾਲੀ ਕਰਕੇ ਮੇਜ਼ 'ਤੇ ਜਿਵੇਂ ਖੜਕਾ ਕੇ ਰੱਖੀ ਹੋਵੇ। ਨਸ਼ੇ ਦੀ ਲੋੜ ਅਤੇ ਗੱਲਾਂ 'ਚ ਲਾਲ ਦੇ ਮੂੰਹ ਬੰਤੇ ਦੀ ਇੱਕ ਗੋਰੀ ਨਾਲ ਰਹਿਣ ਦੀ ਗੱਲ ਅਤੇ ਉਹਦੀ ਕੁੱਖੋਂ ਉਹਦੇ ਮੁੰਡਾ ਹੋਣ ਦੀ ਗੱਲ ਜਦੋਂ ਮੰਗਲ ਨੇ ਸੁਣੀ ਤਾਂ ਉਹ ਹੈਰਾਨ ਰਹਿ ਗਿਆ। ਫਿਰ ਲਾਲ ਨੇ ਮੰਗਲ ਨੂੰ ਇਹ ਵੀ ਦੱਸਿਆ ਕਿ ਹੁਣ ਜੱਗੂ ਅਤੇ ਬੰਤਾ ਗੋਰੀ ਤੋਂ ਵੱਖ ਰਹਿੰਦੇ ਆ। ਗੋਰੀ ਬੰਤੇ ਨਾਲ ਲੜ ਕੇ ਵੱਖ ਹੋ ਗਈ ਹੈ, ਇਹਨਾਂ ਸਾਲੀਆਂ ਗੋਰੀਆਂ ਦਾ ਕੋਈ ਇਤਬਾਰ ਆ। ਲਾਲ ਇਹ ਗੱਲ ਮੰਗਲ ਨੂੰ ਇੰਝ ਕਹਿ ਗਿਆ ਜਿਵੇਂ ਮਰਦ ਆਪਣੀਆਂ ਪਤਨੀਆਂ ਦੇ ਬੜੇ ਵਿਸ਼ਵਾਸ ਪਾਤਰ ਹੋਣ। ਪਰ ਨਾਲ ਹੀ ਲਾਲ ਨੇ ਮੰਗਲ ਅਤੇ ਗੇਲੂ ਨੂੰ ਹਦਾਇਤ ਕੀਤੀ, ਇਹ ਗੱਲ ਚੰਨੋ ਨੂੰ ਪਤਾ ਨਾ ਲੱਗੇ। ਤੁਹਾਨੂੰ ਪਤਾ ਹੀ ਆ ਤੀਵੀਆਂ ਦੀ ਆਦਤ ਦਾ, ਇਹ ਸੌਕਣਾਂ ਦਾ ਸਾੜਾ ਨਹੀਂ ਝੱਲ ਸਕਦੀਆਂ। ਉਹਨੇ ਇਹ ਗੱਲ ਇੰਝ ਕਹੀ ਜਿਵੇਂ ਮਰਦ ਰਕੀਬ ਦਾ ਸਾੜਾ ਖਿੜੇ ਮੱਥੇ ਝੱਲਣ ਦੀ ਹਿੰਮਤ ਰੱਖਦੇ ਆ। ਗੱਲਾਂ ਤਾਂ ਕਹਿੰਦੀ ਹੈ ਤੂੰ ਬਸ ਮੈਨੂੰ ਗੱਲ ਤਾਂ ਕਹਿੰਦੀ ਤੂੰ ਮੈਨੂੰ ਬਸ ਮੂੰਹੋਂ ਕੱਢ, ਮੈਂ ਤੈਨੂੰ ਬਸੀਮੇ ਤੋਂ ਕੱਢ ਕੇ ਮੁੜੂੰਗੀ। ਲਾਲ ਦੀ ਦੱਸੀ ਹੋਈ ਇਹੀ ਗੱਲ ਬੰਤੇ ਅਤੇ ਗੋਰੀ ਦੇ ਸੰਬੰਧਾਂ ਬਾਰੇ ਗੱਲ ਨਾਲ ਵਾਪਰੀ
ਮੰਗਲ ਤੇ ਗੇਲੂ ਨੇ ਰਾਤ ਨੂੰ ਨਸ਼ੇ ਦੀ ਲੋਰ 'ਚ ਆਪਣੀਆਂ ਆਪਣੀਆਂ ਤੀਵੀਆਂ ਨਾਲ ਇਹ ਗੱਲ ਕਰਤੀ। ਅਗਲੇ ਦਿਨ ਇਹ ਗੱਲ ਢਲੇ ਹੋਏ ਸਿੱਕੇ ਵਾਂਗ ਚੰਨੋ ਦੇ ਕੰਨੀ ਜਾ ਪਈ। ਦੱਸ ਫੇਰ ਕੀ ਸੀ? ਉਹਨੂੰ ਆਪਣੀ ਦੁਨੀਆ ਉੱਜੜ ਗਈ ਮਹਿਸੂਸ ਹੋਈ। ਹੁਣ ਤੱਕ ਕੀਤੀ ਆਪਣੀ ਤਪੱਸਿਆ ਜਾਈ ਗਈ ਜਾਪੀ 'ਤੇ ਹੰਢਾਇਆ ਸੰਤਾਪ ਹੋਰ ਵੀ ਵੱਧ ਦੁਖਦਾਈ ਮਹਿਸੂਸ ਹੋਣ ਲੱਗਾ। ਅਗਲੇ ਦਿਨ ਲਾਲ ਗੇਲੂ ਨੂੰ ਲੈ ਕੇ ਨਵਾਂ ਸ਼ਹਿਰ ਉਹਦੇ ਪਾਸਪੋਰਟ ਬਣਨ ਦੇਣ ਚਲਾ ਗਿਆ ਅਤੇ ਚੰਨੋ ਅੰਦਰ ਵੜ ਕੇ ਮੂੰਹ ਸਿਰ ਲਪੇਟ ਕੇ ਲੰਮੀ ਪਈ ਯਾਦਾਂ ਦੇ ਜ਼ਖਮਾਂ 'ਤੇ ਆਏ ਖਰਿੰਡਾਂ ਨੂੰ ਛਿੱਲਣ ਲੱਗ ਪਈ, ਜਿਨ੍ਹਾਂ 'ਚ ਵਿਛੋੜੇ ਦੇ ਦਰਦਾਂ ਦਾ ਅਤੇ ਬੰਤੇ ਦੀ ਬੇਵਫਾਈ ਦਾ ਖੂਨ ਸਿਮਣ ਲੱਗ ਪਿਆ। ਉਹ ਸੋਚਣ ਲੱਗੀ, ਕਾਸ਼ ਲਾਲ ਨਾ ਹੀ ਆਉਂਦਾ ਅਤੇ ਉਹ ਇਹ ਗੱਲ ਨਾ ਹੀ ਸੁਣਦੀ। ਪਰ ਫਿਰ ਉਹਦੇ ਮਨ ਦੇ ਕਿਸੇ ਕੋਨੇ 'ਚ ਕੋਈ ਆਸ ਇੱਕ ਹੁੰਗਾਰਾ ਜਿਹਾ ਭਰਦੀ। ਜਦੋਂ ਸੋਚਦੀ ਕਿ ਹੁਣ ਬੰਤਾ ਗੋਰੀ ਤੋਂ ਵੱਖ ਰਹਿੰਦਾ ਅਤੇ ਉਹਦਾ ਪੁੱਤਰ ਜੱਗੂ ਬੰਤੇ ਦੇ ਨਾਲ ਰਹਿੰਦਾ, ਜੱਗੂ ਜੋ ਪਰਦੇਸਾਂ ਦੀ ਕੱਲ 'ਚ ਬੰਤੇ ਦੇ ਦੁੱਖ ਸੁੱਖ ਦਾ ਸਾਥੀ, ਜੱਗੂ ਜੀ ਦੀ ਸ਼ਕਲ ਉਹਨੇ ਵੇਖੀ ਨਹੀਂ ਸੀ। ਲਾਲ ਦੇ ਦੱਸਣ ਮੁਤਾਬਕ ਪ੍ਰੀਤੋ ਦੱਸਦੀ ਸੀ ਕਿ ਨਿਰਾਪੁਰਾ ਭਾਈਏ 'ਤੇ ਗਿਆ। ਚੰਨੋ ਨੂੰ ਮਹਿਸੂਸ ਹੁੰਦਾ ਕਿ ਚਲੋ ਉਹਨਾਂ ਦਾ ਕੋਈ ਵਾਰਸ ਤਾਂ ਇਸ ਦੁਨੀਆ ਨਾਲ ਉਹਦੀ ਸਾਂਝ ਪਾਏਗਾ। ਕੀ ਹੋਇਆ ਜੇ ਉਹਨੇ ਜੱਗੂ ਨੂੰ ਆਪਣੀ ਕੁੱਖੋਂ ਜਨਮ ਨਹੀਂ ਦਿੱਤਾ, ਪਰ ਉਹ ਪੁੱਤਰ ਤਾਂ ਉਹਦੇ ਬੰਤੇ ਦਾ ਹੀ ਹੈ। ਇਹ ਸੋਚਦੀ ਸੋਚਦੀ ਚੰਨੋ ਜਦੋਂ ਗੋਰੀ ਬਾਰੇ ਸੋਚਣ ਲੱਗੀ ਤਾਂ ਉਹਦਾ ਮਨ ਕਹਿੰਦਾ, ਬੜੀਆਂ ਲੁੱਚੀਆਂ ਹੈ ਗੋਰੀਆਂ, ਬੰਦਾ ਇੰਨਾ ਬੇਸਬਰਾ ਵੀ ਕੀ ਆਖ, ਕੰਜਰੀ ਤੋਂ ਥੋੜ੍ਹਾ ਚਿਰ ਵੀ ਆਦਮੀ ਤੋਂ ਬਿਨਾਂ ਨਾ ਰਹਿ ਹੋਇਆ। ਅਤੇ ਫਿਰ ਉਹਨੂੰ ਮਹਿਸੂਸ ਹੋਇਆ ਜਿਵੇਂ ਉਹਦਾ ਮਨ ਆਖ ਰਿਹਾ ਹੋਵੇ, ਵੈਰ ਨੇ ਤੂੰ ਕੀ ਖੱਟ ਲਿਆ ਆਪਣੀਆਂ ਸੱਧਰਾਂ ਦਾ ਕਤਲ ਕਰਕੇ, ਜਿਹਦੇ ਸੁਪਨਿਆਂ ਨੂੰ ਤੂੰ ਹਿੱਕ ਨਾਲ ਲਾ ਕੇ ਥੱਪੜ ਥੱਪੜ ਸੁਆਉਂਦੀ ਰਹੀ, ਉਹ ਕਿਸੇ ਹੋਰ ਦੇ ਸੁਪਨਿਆਂ ਦੀ ਸੇਜ ਮਾਣਦਾ ਰਿਹਾ, ਅਤੇ ਤੂੰ ਆਪਣੀ ਜਵਾਨੀ ਆਪਣਿਆਂ ਹੀ ਸੁਪਨਿਆਂ ਨੂੰ ਹੌਕਿਆਂ ਦੇ ਸਿਵੇ ਰੱਖ ਕੇ ਫੂਕ ਸੁੱਟੀ ਅਤੇ ਇਹਨਾਂ ਸੁਪਨਿਆਂ ਦੀ ਚਿਤਾ ਨੂੰ ਅੱਗ ਲਾਉਣ ਵਾਲਾ ਜਿਵੇਂ ਇਹਨਾਂ ਦੇ ਅਸਤ ਚੁਗਣੋਂ ਵੀ ਭੁੱਲ ਗਿਆ ਹੋਵੇ। ਲਾਡੇ ਵੇਲੇ ਗੇਲੂ ਨੇ ਆ ਕੇ ਦੱਸਿਆ, ਉਹਨੇ ਪਾਸਪੋਰਟ ਬਣਨਾ ਦੇ ਦਿੱਤਾ, ਮਹੀਨੇ ਕੁ ਵਿੱਚ ਹੀ ਪਾਸਪੋਰਟ ਮਿਲ ਜਾਏਗਾ, ਫਿਰ ਸਾਰੇ ਕਾਗਜ਼ ਲੈ ਕੇ ਉਹ ਲਾਲ ਨਾਲ ਆਸਟ੍ਰੇਲੀਆ ਦੀ ਬੈਸੀ ਮਤਲਬ ਅੰਬੈਸੀ ਤੋਂ ਵੀਜ਼ਾ ਲੈਣ ਜਾਏਗਾ। ਗੇਲੂ ਅੱਜ ਬਹੁਤ ਖੁਸ਼ ਦਿਸ ਰਿਹਾ ਸੀ, ਉਹਦੀ ਵਹੁਟੀ ਕੰਮੋਂ ਬਹੁਤ ਉਦਾਸ ਸੀ, ਜਿਵੇਂ ਉਹਨੂੰ ਆਪਣੇ ਪਤੀ ਚੰਨੋ ਦਾ ਹੰਢਾਇਆ ਸੰਤਾਪ ਉਹਦੇ ਆਪਣੇ ਮੂਹਰੇ ਆਉਣ ਵਾਲੀ ਜ਼ਿੰਦਗੀ ਲਈ ਹੰਢਾਉਣ ਵਾਲਾ ਸੰਤਾਪ ਦਿਸ ਰਿਹਾ ਹੋਵੇ। ਪਰ ਸੰਤੀ ਫੁੱਲੀ ਨਾ ਸਮਾਉਂਦੀ, ਉਹਦਾ ਭੇਜਿਆ ਸੁਨੇਹਾ ਬੰਤੇ ਨੇ ਕਿੰਨੇ ਮਾਣ ਨਾਲ ਮੰਨਿਆ ਸੀ। ਗੇਲੂ ਦਾ ਆਸਟ੍ਰੇਲੀਆ ਜਾਣ ਦਾ ਸੰਯੋਗ ਬੜਾ ਜ਼ੋਰਾਵਰ ਨਿਕਲਿਆ, ਮਹੀਨੇ ਕੁ ਵਿੱਚ ਹੀ ਉਹਦਾ ਪਾਸਪੋਰਟ ਬਣ ਕੇ ਆ ਗਿਆ, ਫਿਰ ਥੋੜ੍ਹੇ ਦਿਨਾਂ ਵਿੱਚ ਹੀ ਉਹਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲ ਗਿਆ ਅਤੇ ਉਹਨੇ ਟਿਕਟ ਵੀ ਲਾਲ ਦੀ ਵਾਪਸੀ ਦੀ ਤਰੀਕ ਨਾਲ ਉਸੇ ਜਹਾਜ਼ ਦੀ ਬੁੱਕ ਕਰਵਾ ਦਿੱਤੀ। ਉਹ ਕੰਮੋ ਨੂੰ ਉਦਾਸੀ ਦੀਆਂ ਘੁੰਮਣ ਘੇਰੀਆਂ 'ਚ ਘਿਰੀ ਨੂੰ ਛੱਡ ਕੇ ਜਹਾਜ਼ੇ ਚੜ੍ਹ ਗਿਆ। ਗੇਲੂ ਦੇ ਜਾਣ ਤੋਂ ਬਾਅਦ ਜਦੋਂ ਕਦੀ ਚਿੰਤੀ ਦੀਆਂ ਹਾਨਣਾਂ ਕੰਮੋ ਵੱਲ ਵੇਖਦੀਆਂ ਤਾਂ ਉਹਨਾਂ ਦਾ ਮਨ ਜਿਵੇਂ ਇਹ ਆਖ ਰਿਹਾ ਹੁੰਦਾ ਕਿ ਇਸ ਟੱਬਰ ਦੇ ਘਰ ਦੀ ਕੋਈ ਨਾ ਕੋਈ ਤੀਵੀਂ ਜਿਵੇਂ ਤਿੰਨਾਂ ਪੀੜ੍ਹੀਆਂ ਤੋਂ ਇਹ ਸੰਤਾਪ ਭੋਗ ਰਹੀ ਹੋਵੇ। ਉਹਨਾਂ ਨੂੰ ਸਮਝ ਨਾ ਆਉਂਦੀ ਕਿ ਕਿਹੋ ਜਿਹਾ ਸਰਾਪ ਸੀ, ਉਸ ਔਰਤ ਲਈ ਇਸ ਤੋਂ ਵੱਡਾ ਹੋਰ ਕੋਈ ਸਰਾਪ ਨਹੀਂ ਹੁੰਦਾ। ਤਾਰੋ ਨੇ ਚੌਥੇ ਬੱਚੇ ਪੁੱਤਰ ਨੂੰ ਜਨਮ ਦਿੱਤਾ। ਨਾਨਕਿਆਂ ਅਤੇ ਦਾਦਕਿਆਂ ਦੋਹਾਂ ਵਿੱਚ ਪਹਿਲੇ ਮੁੰਡਿਆਂ ਜਿੰਨੀ ਖੁਸ਼ੀ ਕੀਤੀ ਗਈ, ਪਰ ਤਾਰੋ ਦਾ ਘਰ ਵਾਲਾ ਹੁਣ ਆਪਣੇ ਸਹੁਰਿਆਂ ਦਾ ਇੰਨਾ ਮੋਹ ਨਹੀਂ ਸੀ ਕਰਦਾ। ਜਦੋਂ ਦਾ ਉਹਨੂੰ ਇਹ ਪਤਾ ਲੱਗਾ ਸੀ ਕਿ ਬੰਤੇ ਦਾ ਆਸਟ੍ਰੇਲੀਆ 'ਚ ਇੱਕ ਪੁੱਤਰ ਵੀ ਹੈ, ਉਹਨੂੰ ਆਪਣੇ ਸਹੁਰੇ ਦੀ ਜਾਇਦਾਦ ਆਪਣੇ ਕੋਲੋਂ ਖੁੱਸ ਗਈ ਲੱਗਦੀ ਸੀ। ਪਰ ਉਹ ਦਿਲ ਦੀ ਗੱਲ ਤਾਰੋ ਨਾਲ ਵੀ ਨਹੀਂ ਸੀ ਕਰ ਸਕਦਾ। ਉਂਝ ਵਾਹ ਲੱਗਦੀ ਉਹ ਯਤਨ ਕਰਦਾ ਕਿ ਜਿੰਨਾ ਵੱਧ ਤੋਂ ਵੱਧ ਉਹ ਚੰਨੋ ਪਾਸੋਂ ਬਟੋਰ ਸਕਦਾ ਬਟੋਰ ਲਵੇ। ਉਹ ਸਮਝਦਾ ਜਾਂਦੇ ਚੋਰ ਦੀ ਲੰਗੋਟੀ ਸੀ। ਗੇਲੂ ਦੇ ਜਾਣ ਪਿੱਛੋਂ ਕੰਮੂ ਚੰਨੋ ਅਤੇ ਚਿੰਤੀ ਨਾਲ ਵਧੇਰੇ ਮੋਹ ਕਰਨ ਲੱਗ ਪਈ। ਉਹ ਲੱਗਦੀ ਵਾਹ ਦੋਹਾਂ ਨੂੰ ਰੋਟੀ ਟੁੱਕ ਵੀ ਨਾ ਕਰਨ ਦਿੰਦੀ, ਉਹਨਾਂ ਦੇ ਕੱਪੜੇ ਧੋਂਦੀ, ਉਹਨਾਂ ਦੋਹਾਂ ਦੇ ਤੇਲ ਚੱਸਦੀ, ਉਹਨਾਂ ਦੀਆਂ ਮੱਝਾਂ ਦਾ ਧਾਰਾਂ ਆਪ ਕੱਢ ਕੇ ਲਿਆਉਂਦੀ, ਦੁੱਧ ਰਿੜਕਦੇ ਅਤੇ ਕਰਮੀ ਨੂੰ ਸਵੇਰੇ ਰੋਟੀ ਟੁੱਕ ਖਵਾ ਕੇ ਸਕੂਲ ਤੋਰਦੀ। ਚੰਨੋ ਅਤੇ ਚਿੰਤੀ ਕਈ ਵਾਰ ਉਹਨੂੰ ਕਹਿੰਦੀਆਂ, ਕੁੜੇ ਤੇਰੀ ਸੇਵਾ ਦਾ ਮੁੱਲ ਅਸੀਂ ਕਿੱਦਾਂ ਮੋੜਾਂਗੀਆਂ। ਉਹ ਆਪਣੇ ਮਨ 'ਚ ਉੱਠੇ ਹੌਕੇ ਨੂੰ ਦਬਾਉਂਦੀ ਹੋਈ ਆਖਦੀ, ਮਾਪਿਆਂ ਦੀ ਸੇਵਾ ਤਾਂ ਕਿਸੇ ਕਿਸਮਤ ਵਾਲੇ ਨੂੰ ਵੀ ਨਸੀਬ ਹੁੰਦੀ ਆ ਅਤੇ ਅੱਗੋਂ ਦੋਵੇਂ ਕੰਮੇ ਲਈ ਅਸੀਸਾਂ ਦੀ ਝੜੀ ਲਾ ਦਿੰਦੀਆਂ। ਕਰਮਾਂ ਪੜ੍ਹਨ ਨੂੰ ਹੁਸ਼ਿਆਰ, ਖੇਡਾਂ 'ਚ ਮੋਹਰੀ ਅਤੇ ਸੁਭਾਅ ਦਾ ਬੜਾ ਅਥਰਾ ਨਿਕਲਿਆ। ਸਕੂਲ 'ਚ ਕਦੇ ਕੋਈ ਗੱਲ ਹੁੰਦੀ ਤਾਂ ਹਮੇਸ਼ਾ ਮੋਹਰਲਿਆਂ ਮੁੰਡਿਆਂ ਦੀ ਕਤਾਰ 'ਚ ਹੁੰਦਾ।
ਪਿੰਡ ਵਿੱਚ ਵੀ ਉਹਦੇ ਹਾਣੀ ਜੇ ਕਦੀ ਕੋਈ ਪੁੱਠਾ ਸਿੱਧਾ ਕੰਮ ਕਰਦੇ ਤਾਂ ਉਹਨਾਂ 'ਚ ਕਰਮੇ ਦਾ ਨਾਂ ਆਉਣਾ ਲਾਜ਼ਮੀ ਸਮਝਿਆ ਜਾਂਦਾ। ਕਹਿੰਦੇ ਹੁੰਦੇ ਨੇ ਕਿ ਪਿੰਡ ਦਾ ਦੋਹਤਾ ਤਾਂ ਉਂਝੀ ਮਾਣ ਨਹੀਂ ਹੁੰਦਾ, ਅਤੇ ਫਿਰ ਕਰਮੇ ਵਰਗਾ ਅਥਰਾ ਤਾਂ ਮਾਨੋ ਨਿੰਮ ਦੇ ਚੜ੍ਹੇ ਕਰੇਲੇ ਵਾਲੀ ਗੱਲ ਸੀ। ਉਹਦੀਆਂ ਸਕੀਆਂ ਅਤੇ ਸ਼ਰੀਕੇ 'ਚੋਂ ਲੱਗਦੀਆਂ ਮਾਮੀਆਂ ਮਾਸੀਆਂ ਉਹਦਾ ਦਾਦਾ ਹੱਕਦੀਆਂ ਰਹਿੰਦੀਆਂ, ਤੋ ਸਭ ਨੂੰ ਲੌਂਗੋਵਾਲ ਦੇ ਸਾਧ ਵਾਂਗ ਟਿੱਚੀ ਸਮਝਦਾ। ਜਿਨ੍ਹਾਂ ਦਿਨਾਂ ਵਿੱਚ ਕਰਮੇ ਨੇ ਦਸਵੀਂ ਦਾ ਇਮਤਿਹਾਨ ਦਿੱਤਾ ਉਹਨਾਂ ਦਿਨਾਂ 'ਚ ਦੇਸ਼ ਦੇ ਹੋਰ ਸੂਬਿਆਂ ਵਾਂਗ ਪੰਜਾਬ 'ਚ ਵੀ ਨਕਸਲਵਾੜੀ ਲਹਿਰ ਜ਼ੋਰ ਫੜਦੀ ਜਾ ਰਹੀ ਸੀ। ਨਿੱਤ ਅਖਬਾਰਾਂ 'ਚ ਕਿਸੇ ਨਾ ਕਿਸੇ ਪੁਲਿਸ ਅਫਸਰ ਜਾਂ ਪੁਲਿਸ ਸਟਾਊਟ ਦੇ ਨਕਸਲਵਾੜੀਆਂ ਹੱਥੋਂ ਮਾਰੇ ਜਾਣ ਦੀਆਂ ਖਬਰਾਂ ਛਪਦੀਆਂ। ਇਹ ਲਹਿਰ ਨਵੇਂ ਸ਼ਹਿਰ ਦੇ ਇਲਾਕੇ ਵਿੱਚ ਸਾਰੇ ਪੰਜਾਬ ਨਾਲੋਂ ਵੱਧ ਜ਼ੋਰ ਫੜਦੀ ਜਾ ਰਹੀ ਸੀ। ਪੁਲਿਸ ਨੂੰ ਝੂਠੇ ਗਵਾਹ ਮਿਲਣੇ ਮੁਸ਼ਕਲ ਹੋ ਗਏ। ਪੁਲਿਸ ਇੱਕ ਤਰ੍ਹਾਂ ਨਾਲ ਬੁਖਲਾ ਉੱਠ ਰਹੀ ਸੀ। ਉਹ ਬੰਦਿਆਂ ਵਾਂਗ ਨਕਸਲੀ ਮੁੰਡਿਆਂ ਜਾਂ ਉਹਨਾਂ ਦੇ ਹਿਮਾਇਤੀਆਂ ਦੀ ਬੋਝ ਸੁੰਘਦੀ ਫਿਰਦੀ ਸੀ। ਕਰਮੇ ਵਰਗੇ ਤੇਜ਼ ਦਿਮਾਗ ਅਤੇ ਅੱਥਰੇ ਜਿਹੇ ਮੁੰਡੇ ਦਾ ਝੁਕਾਅ ਇਸ ਪਾਰਟੀ ਵੱਲ ਹੋਣਾ ਕੁਦਰਤੀ ਗੱਲ ਸੀ। ਕਰਮਾ ਦਸਵੀਂ ਪਾਸ ਕਰਕੇ ਨਵੇਂ ਸ਼ਹਿਰ ਕਾਲਜ 'ਚ ਦਾਖਲ ਹੋ ਗਿਆ। ਇੱਥੇ ਆ ਕੇ ਉਹਨੇ ਨਕਸਲਵਾੜੀ ਪਾਰਟੀ ਨਾਲ ਸੰਬੰਧਿਤ ਵਿਦਿਆਰਥੀ ਜਥੇਬੰਦੀ 'ਚ ਦਿਨ ਰਾਤ ਕੰਮ ਕਰਕੇ ਜਥੇਬੰਦੀ ਦੀ ਆਗੂਆਂ 'ਚ ਆਪਣੀ ਥਾਂ ਬਣਾ ਲਈ। ਜਿਵੇਂ ਕਿ ਆਮ ਖੜਕੂ ਲਹਿਰਾਂ 'ਚ ਕੰਮ ਕਰਦੇ ਨੌਜਵਾਨਾਂ 'ਚ ਸਿਧਾਂਤਕ ਸੂਝ ਦੀ ਘਾਟ ਹੁੰਦੀ ਹੈ, ਉਹੀ ਰੋਗ ਇਸ ਲਹਿਰ 'ਚ ਕੰਮ ਕਰਦੇ ਨੌਜਵਾਨਾਂ ਨੂੰ ਵੀ ਚਿੰਬੜਿਆ ਸੀ। ਬਿਨਾਂ ਸਿਹਤ ਤੋਂ ਲਾਏ ਹੋਏ ਤੱਤੇ ਨਾਰੇ ਬਹੁਤੀ ਵਾਰ ਆਪਾਂ ਲੂਣ ਦੇ ਕੰਮ ਆਉਂਦੇ ਹੈ। ਕਰਮਾਂ ਅਤੇ ਉਸ ਵਰਗੇ ਕਈ ਹੋਰ ਗੱਲ ਤਾਂ ਕਰਦੇ ਸੀ ਮਾਰਕਸਵਾਦ ਲੈਨਿਨਵਾਦ ਦੀ ਜਾਂ ਮਾਓਵਾਦ ਦੀ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮਾਰਕਸ ਜਾਂ ਲੈਨਿਨਵਾਦ ਕਿਸ ਬਲਾ ਦਾ ਨਾਂ ਹੈ। ਕਾਲਜ ਦੀਆਂ ਕਿਤਾਬਾਂ 'ਚ ਮਾਓ ਦੀ ਲਾਲ ਕਿਤਾਬ ਲੁਕੋ ਕੇ ਰੱਖਣ ਨੂੰ ਹੀ ਇਹ ਇਨਕਲਾਬੀ ਪੁਣਾ ਸਮਝਦੇ ਸੀ। ਕਈ ਵਾਰ ਇਸ ਤਰ੍ਹਾਂ ਦੇ ਅਨਾੜੀ ਜਦੋਂ ਫੜੇ ਜਾਂਦੇ ਤਾਂ ਪੁਲਿਸ ਦਾ ਛਿੱਤਰ ਵੇਖ ਕੇ ਸਭ ਕੁਝ ਬਕ ਪੈਂਦੇ ਅਤੇ ਇਸ ਤਰ੍ਹਾਂ ਇਸ ਲਹਿਰ ਨੂੰ ਅੱਗੇ ਤੋਰਨ ਦੀ ਥਾਂ ਢਾਹ ਲਾਉਣ ਦਾ ਕੰਮ ਕਰਦੇ। ਕਰਮਾ ਵੀ ਇਸ ਤਰ੍ਹਾਂ ਹੀ ਇੱਕ ਦਿਨ ਕਿਸੇ ਦੇ ਨਾਂ ਲੈਣ 'ਤੇ ਬੱਸ ਸਾੜਨ ਦੇ ਇਲਜ਼ਾਮ 'ਚ ਫੜਿਆ ਗਿਆ। ਬੰਗਿਆਂ ਦਾ ਥਾਣਾ ਇਸ ਲਹਿਰ ਦੇ ਇਨਕਲਾਬੀਆਂ ਨੂੰ ਖਤਮ ਕਰਨ ਲਈ ਉਸ ਵੇਲੇ ਪੰਜਾਬ 'ਚ ਬੁੱਚੜਖਾਨੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਕਰਮੇ ਨੂੰ ਉੱਥੇ ਲਿਜਾ ਕੇ ਜਦੋਂ ਆਰੰਭਕ ਖਾਤਰਦਾਰੀ ਦਾ ਨਮੂਨਾ ਹੀ ਦਿਖਾਇਆ ਗਿਆ ਤਾਂ ਜੋ ਕੁਝ ਪੁਲਿਸ ਕਹੇ ਹਾਂਜੀ ਹਾਂਜੀ ਕਹਿ ਕੇ ਮੰਨੀ ਜਾਵੇ। ਕਰਮੇ ਦੇ ਪਿਓ ਅਤੇ ਮਾਮੇ ਮੰਗਲ ਨੂੰ ਮੰਗਲ ਨੇ ਇਲਾਕੇ ਦੇ MLA ਨੂੰ ਵਿੱਚ ਪਾ ਕੇ ਕੁਝ ਪੁਲਿਸ ਨੂੰ ਚੜਾਵਾ ਚਾੜ ਕੇ ਕਰਮੇ ਨੂੰ ਦੂਜੇ ਦਿਨ ਛੁਡਾ ਤਾਂ ਲਿਆ, ਪਰ ਹੁਣ ਕਰਮਾ ਕਾਲਜ ਦਾ ਕੀ ਡਰਦਾ, ਸ਼ਹਿਰ ਵੱਲ ਵੀ ਮੂੰਹ ਨਹੀਂ ਸੀ ਕਰਦਾ। ਚੰਨੋ ਨੇ ਤਾਰੇ ਕੋਲੋਂ ਬੰਤੇ ਨੂੰ ਚਿੱਠੀ ਲਿਖਵਾਈ ਕਿ ਉਹ ਕਰਮੇ ਨੂੰ ਆਪਣੇ ਕੋਲ ਸੱਦ ਲਵੇ, ਪਰ ਬੰਤੇ ਦਾ ਉੱਤਰ ਉਡੀਕ ਕੇ ਬਿਨਾਂ ਹੀ ਉਹਨਾਂ ਕਰਮੇ ਦਾ ਪਾਸਪੋਰਟ ਬਣਨਾ ਦੇ ਦਿੱਤਾ। ਉਹਨਾਂ ਪੁਲਿਸ ਨੂੰ ਪੈਸੇ ਦੇ ਕੇ ਪਾਸਪੋਰਟ ਲਈ ਲੋੜੀਂਦੀ ਪੁਲਿਸ ਰਿਪੋਰਟ ਵੀ ਠੀਕ ਠਾਕ ਕਰਵਾ ਲਈ। ਪਾਸਪੋਰਟ ਆਉਣ ਦੀ ਦੇਰ ਸੀ ਕਿ ਉਹਨਾਂ ਕਿਸੇ ਏਜੰਟ ਨੂੰ 10,000 ਰੁਪਇਆ ਦੇ ਕੇ ਕਰਮੇ ਨੂੰ ਗ੍ਰੀਸ ਤੋਂ ਸ਼ਿਪ ਵਿੱਚ ਨੌਕਰ ਕਰਵਾ ਦਿੱਤਾ। ਇਹ ਕਾਲ ਅਤੇ ਗੁਪਤ ਕੰਮ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਇਲਾਕੇ 'ਚ ਨਕਸਲਵਾੜੀਆਂ ਵੱਲੋਂ ਕੀਤੀ ਕੋਈ ਵੀ ਵਾਰਦਾਤ ਸਮੇਂ ਕਰਮੇ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਸੀ। ਇਹ ਤਾਂ ਸ਼ੁਕਰ ਸੀ ਕਿ ਉਹਨਾਂ ਦੇ ਗੁਆਂਢੀ ਪਿੰਡ ਦੇ 2 ਸਕੇ ਭਰਾ ਜੋ ਪੁਲਿਸ ਸਟਾਊਟ ਸਨ ਉਹਨਾਂ ਦੇ ਅੱਗੜ ਪਿੱਛੜ ਮਰਨ ਤੋਂ ਪਹਿਲਾਂ ਕਰਮਾ ਗ੍ਰੀਸ ਜਾ ਚੁੱਕਾ ਸੀ, ਨਹੀਂ ਤਾਂ ਕਿਤੇ ਉਹਦਾ ਵੀ ਨਵੇਂ ਸ਼ਹਿਰ ਦੇ ਬੰਗਿਆਂ ਦੇ ਆਸ ਪਾਸ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਵਾਲਾ ਹੀ ਹਾਲ ਹੋਣਾ ਸੀ। ਚੰਨੋ ਅਤੇ ਚਿੰਤੀ ਨੂੰ ਉਸ ਦਿਨ ਤਾਂ ਸੱਚਮੁੱਚ ਹੀ ਪੁਲਿਸ ਵੱਲੋਂ ਕੀਤੀ ਗਈ ਨੇਰਗਰਦੀ ਅਤੇ ਜ਼ੁਲਮ ਦੀ ਅੱਤ ਹੋਈ ਲੱਗੀ ਸੀ। ਜਿਸ ਦਿਨ ਉਹਨਾਂ ਦੇ ਪਿੰਡ ਦੇ ਨਾਲ ਦੀ ਵਗਦੀ ਨਹਿਰ ਦੇ ਪੁਲ 'ਤੇ ਇੱਕ 80 ਸਾਲਾ ਬਜ਼ੁਰਗ ਬਾਬਾ ਬੋੜ ਸਿੰਘ, ਜਿਹਨੂੰ ਪੁਲਿਸ ਦੇ ਕਹਿਣ ਮੁਤਾਬਕ ਮੁਕਾਬਲੇ 'ਚ ਮਾਰਿਆ ਦੱਸਿਆ ਗਿਆ ਸੀ। ਪਿੰਡ ਦੇ ਲੋਕ ਦੱਸਦੇ ਆ ਕਿ ਉਸ ਬਾਬੇ ਦੀਆਂ ਲੱਤਾਂ ਅਤੇ ਬਾਹਾਂ ਭੰਨੀਆਂ ਤੋੜੀਆਂ ਗਈਆਂ, ਬਿਰਧ ਸਰੀਰ ਡਾਂਗਾਂ ਦੀ ਮਾਰ 'ਤੇ ਨੀਲਾ ਕੀਤਾ ਹੋਇਆ ਸੀ, ਜਿਸ ਟਾਲੀ ਨਾਲ ਬੰਨ ਕੇ ਖੜ੍ਹਾ ਕਰਕੇ ਉਹਦੇ ਗੋਲੀਆਂ ਮਾਰੀਆਂ ਗਈਆਂ। ਉਹਦੇ ਮੁੱਢ ਦਾ ਖੂਨ ਦਾ ਤੁਪਕਾ ਵੀ ਨਹੀਂ ਸੀ ਡੁੱਲਿਆ ਹੋਇਆ। ਲੋਕ ਕਹਿੰਦੇ ਮਾਰ ਕੇ ਤਾਂ ਇਹ ਪਿੱਛਿਓਂ ਹੀ ਲਿਆਏ ਸੀ, ਖਬਰੇ ਕਿੱਦਣ ਦਾ ਮਾਰਿਆ ਹੋਵੇ, ਇੱਥੇ ਆ ਕੇ ਤਾਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਡਰਾਮਾ ਹੀ ਕੀਤਾ ਗਿਆ। ਅੰਗ 8 ਕਰਮੇ ਦੇ ਜਾਣ ਤੋਂ ਪਿੱਛੋਂ ਚਿੰਤੀ ਅਤੇ ਚੰਨੋ ਲਈ ਭਰਿਆ ਹੋਇਆ ਘਰ ਭਾਂ ਭਾਂ ਕਰਨ ਲੱਗ ਪਿਆ। ਘਰ ਦੀ ਕੱਲ ਅਤੇ ਕਰਮੇ ਦੀਆਂ ਕਿਤਾਬਾਂ, ਉਹਦਾ ਮੰਜਾ ਬਿਸਤਰਾ ਵੇਖ ਵੇਖ ਚੰਨੋ ਦਾ ਕਲੇਜਾ ਮੂੰਹ ਨੂੰ ਆਉਣ ਲੱਗ ਪੈਂਦਾ। ਉਹਦੀ ਬੁੱਢੀ ਸੱਸ ਉਹਨੂੰ ਬਹੁਤ ਹੀ ਬੁੱਢੀ ਜਾਪਣ ਲੱਗ ਪਈ ਸੀ। ਇਹ ਸ਼ਾਇਦ ਇੱਕ ਜਵਾਨੀ ਦੇ ਘਰੋਂ ਜਾਣ ਦਾ ਹੀ ਅਸਰ ਸੀ।
ਕਈ ਵਾਰ ਉਹਨੂੰ ਯਾਦ ਆਉਂਦਾ ਜਦੋਂ ਕਰਮਾ ਇੱਥੇ ਹੁੰਦਾ ਸੀ ਤਾਂ ਉਹਨਾਂ ਦੇ ਘਰ ਕਿਸ ਤਰ੍ਹਾਂ ਉਹਦੀ ਹਾਣੀਆਂ ਅਤੇ ਉਹਦੇ ਦੋਸਤਾਂ ਦੀਆਂ ਢਾਣੀਆਂ ਜੁੜੀਆਂ ਰਹਿੰਦੀਆਂ ਸੀ। ਉਹ ਸਾਰੇ ਉਹਨੂੰ ਕਰਮੇ ਵਰਗੇ ਲੱਗਦੇ, ਬੜੇ ਸਾਊ ਚੁਲਬਲੇ ਜਿਹੇ, ਪਿਆਰੇ ਪਿਆਰੇ, ਬੀਬੇ ਬੀਬੇ ਮੂੰਹਾਂ ਵਾਲੇ। ਉਹਨੂੰ ਮਾਂ ਜੀ ਕਹਿੰਦੇ ਨਹੀਂ ਸੀ ਥੱਕਦੇ, ਅਤੇ ਜਦੋਂ ਚੌਂਕੇ 'ਚ ਰੋਟੀ ਪਕਾਉਣ ਲੱਗਦੀ ਤਾਂ ਉਹ ਵੀ ਚੌਂਕੇ 'ਚ ਹੀ ਉਹਦੇ ਕੋਲ ਬੋਰੀਆਂ ਵਿਛਾ ਕੇ ਇਕੱਠੇ ਹੀ ਬੈਠ ਜਾਂਦੇ। ਕੋਈ ਲੋਹ ਥੱਲੇ ਅੱਗ ਬਾਲਦਾ, ਕੋਈ ਤੌੜੀ 'ਚੋਂ ਸਾਗ ਪਾਉਂਦਾ, ਉਹ ਮੱਕੀ ਦੀਆਂ ਰੋਟੀਆਂ ਲੋਹ ਤੋਂ ਲੱਥਦੀਆਂ ਦੁੱਧ ਦੇ ਘੁੱਟਾਂ ਵਾਂਗ ਅੰਦਰ ਲੰਘਾਈ ਜਾਂਦੇ। ਉਹ ਸਾਰੇ ਚੰਨੋ ਨੂੰ ਆਪਣੇ ਕਰਮੇ ਦਾ ਰੂਪ ਹੀ ਦਿਸਦੇ, ਭਾਵੇਂ ਕਰਮੇ ਦੇ ਪਹਿਲੀ ਵਾਰ ਫੜੇ ਜਾਣ ਪਿੱਛੋਂ ਹੁਣ ਉਹਦੇ ਜੋਟੀਦਾਰ ਆਉਣੇ ਕੁਝ ਘੱਟ ਹੋ ਗਏ ਸੀ। ਜੇ ਆਉਂਦੇ ਤਾਂ ਹਨੇਰੇ ਸਵੇਰੇ ਦੇਰ ਰਾਤ ਗਈ ਆਉਂਦੇ ਅਤੇ ਤੜਕੇ ਹੀ ਕਿਧਰੇ ਚਲੇ ਜਾਂਦੇ। ਚੰਨੋ ਨੂੰ ਕੁਝ ਪਤਾ ਨਾ ਲੱਗਦਾ ਕਿ ਉਹ ਕਰਮੇ ਦੇ ਮੰਜੇ 'ਤੇ ਇਕੱਠੇ ਹੋ ਕੇ ਬੈਠੇ ਹੌਲੀ ਹੌਲੀ ਕੀ ਗੱਲਾਂ ਕਰਦੇ ਰਹਿੰਦੇ ਆ। ਫਿਰ ਕਰਮਾ ਉਹਨਾਂ ਦੇ ਜਾਣ ਤੋਂ ਪਿੱਛੋਂ ਕੁਝ ਕਾਗਜ਼ ਪੱਤਰ ਜਿਹੇ ਲੁਕਾਉਣ 'ਚ ਰੁੱਝ ਜਾਂਦਾ। ਅਤੇ ਇੱਕ ਦਿਨ ਤੜਕੇ ਜਦੋਂ ਚੰਨੋ ਦੇ ਘਰ ਪੁਲਿਸ ਨੇ ਛਾਪਾ ਮਾਰਿਆ ਤਾਂ ਕੁਦਰਤੀ ਉਸ ਦਿਨ ਕਰਮਾ ਆਪਣੀ ਮਾਂ ਨੂੰ ਮਿਲਣ ਆਪਣੇ ਪਿੰਡ ਗਿਆ ਹੋਇਆ ਸੀ। ਪੁਲਿਸ ਫੋਲਾ ਫਾਲੀ ਕਰਦੀ ਰਹੀ, ਕਰਮੇ ਦੀਆਂ ਕਿਤਾਬਾਂ ਫੋਲਦੇ ਰਹੇ, ਬਿਸਤਰਿਆਂ ਦੀਆਂ ਤਹਿਆਂ ਫੋਲ ਫੋਲ ਕੇ ਗੁੜ ਅਤੇ ਦਾਲਾਂ ਵਾਲੇ ਘੜਿਆਂ ਦੇ ਚੱਪਣ ਚੱਕ ਚੱਕ ਵੇਖਦੇ ਰਹੇ। ਚੰਨੋ ਨੂੰ ਦੱਬ ਕੇ ਮਾਰ ਮਾਰ ਪੁੱਛਦੇ ਰਹੇ, ਬੁੜੀਏ ਤੇਰੇ ਮੁੰਡੇ ਕੋਲ ਨਕਸਲਵਾੜੀਏ, ਡਾਕੂ ਅਤੇ ਲੁਟੇਰੇ ਆਉਂਦੇ ਆ, ਉਹ ਸ਼ਰੀਫ ਲੋਕਾਂ ਦਾ ਕਤਲ ਕਰਦੇ ਆ, ਆਪਣੇ ਕੁਲਗਦੇ ਨੂੰ ਸਮਝਾ ਲੈ, ਨਹੀਂ ਤਾਂ ਕਿਸੇ ਦਿਨ ਸੜਕ 'ਤੇ ਕੁੱਤੇ ਦੀ ਮੌਤ ਮਰਿਆ ਪਿਆ ਹੋ। ਇਹ ਸੁਣ ਕੇ ਚੰਨੋ ਨੂੰ ਕੱਚੀਆਂ ਤਰੇਲੀਆਂ ਜਿਹੀਆਂ ਆ ਗਈਆਂ। ਪੁਲਿਸ ਦੇ ਜਾਣ ਤੋਂ ਬਾਅਦ ਉਹਨੇ ਪ੍ਰੀਤੂ ਨੂੰ ਤਾਰੋ ਦੇ ਪਿੰਡ ਇਹ ਸੁਨੇਹਾ ਦੇ ਕੇ ਭੇਜਿਆ ਵੀ ਕਰਮੇ ਨੂੰ ਕਿਧਰੇ ਉਰੇ ਪੁਰੇ ਹੀ ਰੱਖਿਓ, ਇੱਥੇ ਪੁਲਿਸ ਉਹਨੂੰ ਲੱਭਦੀ ਫਿਰਦੀ ਹੈ। ਇਹ ਤੋਂ ਬਾਅਦ ਕਰਮਾ ਰਾਤ ਬਰਾਤੀ ਘਰ ਆਉਂਦਾ ਅਤੇ ਮੂੰਹ ਨੇਰੀ ਪਿੰਡੋਂ ਚਲਾ ਜਾਂਦਾ। ਫਿਰ ਉਹਦੇ ਗਰੀਸ ਜਾ ਕੇ ਸ਼ਿਪ 'ਚ ਨੌਕਰੀ ਕਰਨ ਤੋਂ ਬਾਅਦ ਹੀ ਚੰਨੋ ਨੇ ਲੋਕਾਂ ਨੂੰ ਉਹਦੇ ਬਾਹਰ ਜਾਣ ਬਾਰੇ ਦੱਸਿਆ। ਕਰਮੇ ਦੇ ਉਹ ਆੜੀ ਹੁਣ ਕਦੇ ਕਦੇ ਕਰਮੇ ਦਾ ਪਤਾ ਕਰਨ ਆਉਂਦੇ। ਪਹਿਲਾਂ ਤਾਂ ਉਹਨੇ ਕਿਸੇ ਨੂੰ ਸੱਚ ਨਾ ਦੱਸਿਆ, ਫਿਰ ਹੌਲੀ ਹੌਲੀ ਉਹਨੇ ਇਹ ਭੇਦ ਉਹਦੇ ਹਾਣੀਆਂ ਨਾਲ ਸਾਂਝਾ ਕਰ ਲਿਆ। ਉਹਦੇ ਸਾਊ ਚਿਹਰਿਆਂ ਵਾਲੇ ਮਿੱਤਰ ਕਰਮੇ ਦੀ ਨਾਨੀ ਦੀ ਦੁੱਖ ਭਰੀ ਜੀਵਨ ਕਹਾਣੀ ਦੇ ਦਰਦੀਲੀ ਵੇਦਨਾ ਨੂੰ ਮਹਿਸੂਸ ਕਰਦੇ ਸੀ। ਉਹ ਇਹ ਵੀ ਸਮਝਦੇ ਸੀ ਕਿ ਵਿਛੋੜੇ ਦੀ ਸਿਉਂਕ ਨੇ ਇਸ ਬੁੱਢੇ ਰੁੱਖ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਅਤੇ ਇਸ 'ਚ ਦਰਦ ਦੇ ਮਾਰੂ ਤੂਫਾਨ ਦਾ ਥਪੇੜਾ ਝੱਲਣ ਦੀ ਹੋਰ ਹਿੰਮਤ ਨਹੀਂ। ਇਸ ਲਈ ਹੁਣ ਉਹ ਜਦੋਂ ਵੀ ਆਉਂਦੇ ਚੰਨੋ ਨੂੰ ਇੰਝ ਮਹਿਸੂਸ ਹੁੰਦਾ ਜਿਵੇਂ ਕਰਮੇ ਦੀ ਜਵਾਨੀ ਦੀ ਮਹਿਕ ਉਹਦੀ ਮਮਤਾ ਨੂੰ ਨਸ਼ਿਆਜ ਹੀ ਜਾਂਦੀ ਹੋਵੇ ਅਤੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਰੋਟੀਆਂ ਖਵਾਉਂਦੀ, ਦੁੱਧ ਪਿਲਾਉਂਦੀ, ਉਹਨਾਂ ਨੂੰ ਪਿਆਰ ਦੇ ਕੇ ਲੰਮੀ ਉਮਰ ਦੀਆਂ ਅਸੀਸਾਂ ਦਿੰਦੀ ਅਤੇ ਉਹਨਾਂ ਨੂੰ ਆਪਣਾ ਖਿਆਲ ਰੱਖਣ ਦੀਆਂ ਨਸੀਹਤਾਂ ਨਾਲ ਘਰੋਂ ਤੋਰ ਕੇ ਬੂਹਿਆਂ 'ਚ ਖੜੀ ਕਿੰਨੀ ਕਿੰਨੀ ਦੇਰ ਉਹਨਾਂ ਜਾਂਦਿਆਂ ਦੀਆਂ ਪਿੱਠਾਂ ਨਿਹਾਰਦੀ ਰਹਿੰਦੀ। ਉਹਨੂੰ ਮਹਿਸੂਸ ਹੁੰਦਾ ਜਿਵੇਂ ਉਹਦਾ ਇੱਕ ਕਰਮਾ ਨਹੀਂ, ਕਈ ਕਰਮੇ ਉਹਦੇ ਦੁੱਖ ਵੰਡਾਉਣ ਲਈ ਉਹਦੇ ਪਾਸ ਹੈ। ਕਈ ਵਾਰ ਜਦੋਂ ਉਹਨਾਂ ਨੂੰ ਰੋਟੀ ਖਵਾਉਂਦੀ ਇਹ ਪੁੱਛਣ ਲੱਗ ਪੈਂਦੀ, ਪੁੱਤ ਤੁਸੀਂ ਕੀ ਕੰਮ ਕਰਦੇ ਹੋ? ਜਦੋਂ ਦੱਸਦੇ, ਮਾਂ ਜੀ ਅਸੀਂ ਚਾਹੁੰਦੇ ਹਾਂ ਕੋਈ ਭੁੱਖਾ ਨਾ ਰਹੇ, ਕੋਈ ਗਰੀਬ ਨਾ ਰਹੇ, ਕੰਮ ਕਰਨ ਵਾਲੇ ਨੂੰ ਉਹਦਾ ਹੱਕ ਮਿਲੇ ਅਤੇ ਕਿਸੇ ਨੂੰ ਸ਼ਾਹਾਂ ਦੇ ਕਰਜ਼ਿਆਂ ਮਾਰੇ ਨੂੰ ਪਰਿਵਾਰ ਛੱਡ ਕੇ ਵਿਦੇਸ਼ਾਂ 'ਚ ਧੱਕੇ ਨਾ ਖਾਣੇ ਪੈਣ। ਅਸੀਂ ਚਾਹੁੰਦੇ ਹਾਂ ਕਿਰਤ ਕਰਨ ਵਾਲਾ ਰੱਜ ਕੇ ਰੋਟੀ ਖਾਵੇ ਅਤੇ ਵਿਹਲੜਾਂ ਨੂੰ ਵੀ ਕੰਮ ਕਰਨਾ ਪਵੇ, ਰਾਜ ਲਾਲੋਆਂ ਦਾ ਹੋਵੇ, ਮਲਕ ਭਾਗੋਆਂ ਦਾ ਨਹੀਂ। ਤਾਂ ਚੰਨੋ ਨੂੰ ਸੁੱਕੀ ਝੀਲ ਵਰਗੇ ਨੈਣਾਂ 'ਚ ਆਇਆ ਹੜ੍ਹ 'ਚ ਪਾਉਣਾ ਔਖਾ ਲੱਗਦਾ। ਉਹ ਸੋਚਦੀ, ਚੰਦਰਿਓ ਜੇ ਕਿਤੇ ਇਸ ਰਾਹ 'ਤੇ ਤੁਰਨ ਵਾਲੇ ਬੰਤੇ ਦੇ ਤੇਲੀਆਂ ਜਾਣ ਤੋਂ ਪਹਿਲਾਂ ਮਿਲ ਪੈਂਦੇ ਤਾਂ ਮੈਂ ਆਪਣੇ ਬੰਤੇ ਨੂੰ ਥਾਪੀ ਦੇ ਕੇ ਉਹਨਾਂ ਦੇ ਨਾਲ ਤੋਰ ਦਿੰਦੀ। ਜਦ ਮੁੰਡੇ ਇਹ ਦੱਸਦੇ, ਮਾਂ ਜੀ ਸਾਡੇ ਦੁਸ਼ਮਣ ਦੋ ਹੈ, ਇੱਕ ਮਲਕ ਭਾਗੋ ਅਤੇ ਦੂਜੀ ਭਾਗੋਆਂ ਦੀ ਰਖਵਾਲੀ ਕਰਨ ਵਾਲੀ ਸਰਕਾਰ। ਕਈ ਵਾਰ ਕਈ ਸਿਆਣੇ ਮੁੰਡੇ ਚੰਨੋ ਨਾਲ ਨਿੱਕੀਆਂ ਨਿੱਕੀਆਂ ਅਤੇ ਸਿੱਧੀਆਂ ਸਾਦੀਆਂ ਸਿਧਾਂਤਕ ਗੱਲਾਂ ਕਰਦੇ ਕਰਦੇ ਮਹਿਸੂਸ ਕਰਨ ਲੱਗ ਪੈਂਦੇ ਜਿਵੇਂ ਉਹ ਇਹ ਗੱਲਾਂ ਚੰਨੋ ਨਾਲ ਨਹੀਂ ਗੋਰਕੀ ਦੀ ਮਾਂ ਨਾਲ ਕਰ ਰਹੇ ਹੋਣ। ਹੁਣ ਭਾਵੇਂ ਪੁਲਿਸ ਚੰਨੋ ਦੇ ਘਰ ਛਾਪੇ ਮਾਰਨ ਨੂੰ ਹਟ ਗਈ ਸੀ, ਪਰ ਜਦ ਕਦੀ ਚੰਨੋ ਅਖਬਾਰ 'ਚ ਛਪੀ ਖਬਰ ਜਿਸ 'ਚ ਉਹਦੇ ਕਰਮੇ ਦੇ ਕਿਸੇ ਦੋਸਤ ਨੂੰ ਪੁਲਿਸ ਮੁਕਾਬਲੇ 'ਚ ਮਾਰਿਆ ਦੱਸਿਆ ਹੁੰਦਾ ਸੁਣਦੀ ਤਾਂ ਉਹ ਕਿੰਨਾ ਕਿੰਨਾ ਚਿਰ ਅੰਦਰ ਵੜ ਕੇ ਮਰਨ ਵਾਲੇ ਦੀਆਂ ਗੱਲਾਂ ਯਾਦ ਕਰ ਕਰ ਰੋਂਦੀ ਰਹਿੰਦੀ ਅਤੇ ਮਰਨ ਵਾਲਿਆਂ 'ਤੇ ਪੁਲਿਸ ਨੂੰ ਫੜਾਉਣ ਵਾਲੇ ਟਾਊਟਾਂ ਨੂੰ ਵੱਧ ਅਸੀਸਾਂ ਦਿੰਦੀ ਰਹਿੰਦੀ। ਉਸ ਦਿਨ ਉਹ ਰੋਟੀ ਨਾ ਖਾਂਦੀ, ਉਹਨੂੰ ਸਮਝ ਨਾ ਲੱਗਦੀ ਕਿ ਬਗਾਨੇ ਪੁੱਤ ਉਹਨੂੰ ਕਿਉਂ ਇੰਨੇ ਆਪਣੇ ਆਪਣੇ ਲੱਗਣ ਲੱਗ ਪਏ ਹੈ। ਚਿੰਤੀ ਦਾ ਸਰੀਰ ਦਿਨੋਂ ਦਿਨ ਹੰਬਦਾ ਜਾ ਰਿਹਾ ਸੀ। ਭਾਵੇਂ ਉਹ ਸਵੇਰੇ ਸ਼ਾਮ ਗੁਰਦੁਆਰੇ ਜਾਣ ਲਈ ਨਾਗਾ ਨਹੀਂ ਸੀ ਪਾਉਂਦੀ, ਪਰ ਸਿਆਲ 'ਚ ਕਈ ਵਾਰ ਤੜਕੇ ਨਹਾਉਣ ਦਾ ਨਾਗਾ ਪੈ ਜਾਂਦਾ ਸੀ। ਅੱਖਾਂ ਦੀ ਜੋਤ ਮੱਧਮ ਪੈ ਗਈ ਸੀ, ਗੋਡਿਆਂ ਦੀ ਮੱਠੀ ਮੱਠੀ ਦਰਦ ਠੰਡ 'ਚ ਮਹਿਸੂਸ ਹੋਣ ਲੱਗ ਪਈ ਸੀ।
ਚਿਹਰੇ ਤੇ ਹੱਥ ਤੇ ਝੁਰੜੀਆਂ ਪੈ ਗਈਆਂ ਸੀ। ਮੂੰਹ 'ਚ ਗਿਣਤੀ ਦੀ ਦੰਦ ਰਹਿ ਗਏ ਸੀ, ਪਰ ਰੋਟੀ ਚਬਾਉਣ 'ਚ ਕੋਈ ਔਖ ਨਹੀਂ ਸੀ। ਉਂਝ ਨੂੰਹ ਸੱਸ ਮਾਵਾਂ ਧੀਆਂ ਵਾਂਗ ਵਕਤ ਨੂੰ ਧੱਕਾ ਦੇਈ ਜਾ ਰਹੀਆਂ ਸੀ। ਜਦੋਂ ਕਦੇ ਗੱਲਾਂ ਗੱਲਾਂ 'ਚ ਕਰਮੇ ਦਾ ਜ਼ਿਕਰ ਵੀ ਆ ਜਾਂਦਾ ਤਾਂ ਦੋਵੇਂ ਉਦਾਸ ਹੋ ਜਾਂਦੀਆਂ। ਉੱਧਰ ਕਰਮੇ ਨੇ ਜਦ ਗ੍ਰੀਸ 'ਚ ਜਾ ਕੇ ਸ਼ਿਪ 'ਤੇ ਨੌਕਰੀ ਸ਼ੁਰੂ ਕੀਤੀ ਤਾਂ ਉਹਨੂੰ ਅਹਿਸਾਸ ਹੋਇਆ ਕਿ ਪੈਸਾ ਕਿਵੇਂ ਬਣਦਾ। ਉਹਨੂੰ ਸ਼ਿਪ ਦੀ ਰਸੋਈ 'ਚ ਭਾਂਡੇ ਧੋਣੇ ਪੈਂਦੇ, ਜੂਠੀਆਂ ਪਲੇਟਾਂ ਦੀ ਜੂਠ ਸਾਫ਼ ਕਰਦਿਆਂ ਕਈ ਵਾਰ ਉਹਨੂੰ ਆਪਣੇ ਪਿੰਡ ਦੀ ਰੱਖੀ ਝੀਰੀ ਦਾ ਖਿਆਲ ਆ ਜਾਂਦਾ, ਜਿਹੜੀ ਪਿੰਡ ਦੇ ਵਿਆਹਾਂ ਸ਼ਾਦੀਆਂ ਵੇਲੇ ਜੂਠੇ ਭਾਂਡੇ ਮਾਂਜਦੀ ਜੂਠ ਨਾਲ ਲਿਬੜੀ ਉਹਦੇ ਮਨ ਨੂੰ ਕਚਿਆਨ ਜਿਹੀ ਨਾਲ ਭਰ ਜਾਂਦੀ ਸੀ। ਅਤੇ ਅੱਜ ਉਹਨੂੰ ਉਹੀ ਕੰਮ ਆਪ ਕਰਨਾ ਪੈ ਰਿਹਾ ਸੀ। ਇੱਕ ਦਿਨ ਸਮੁੰਦਰ 'ਚ ਤੂਫਾਨ ਆ ਗਿਆ, ਜਹਾਜ਼ ਡੋਲਣ ਲੱਗ ਪਿਆ। ਕਰਮੇ ਸਮੇਤ ਸ਼ਿਪ ਵਿੱਚ ਸਵਾਰ ਸਾਰੇ ਲੋਕਾਂ ਨੂੰ ਉਲਟੀਆਂ ਲੱਗ ਗਈਆਂ। ਕੁਝ ਘੰਟਿਆਂ ਵਿੱਚ ਹੀ ਜਿਵੇਂ ਉਲਟੀਆਂ ਨੇ ਕਰਮੇ ਦਾ ਸਾਹ ਸੱਤ ਪੀ ਲਿਆ ਹੋਵੇ। ਸ਼ਿਪ ਲੰਗਰ ਸੁੱਟ ਕੇ ਖੜ੍ਹਾ ਕਰ ਲਿਆ ਗਿਆ। ਸਮੁੰਦਰ ਦੀਆਂ ਲਹਿਰਾਂ ਇਸ ਤਰ੍ਹਾਂ ਸ਼ਿਪ ਵੱਲ ਵੱਧਦੀਆਂ ਆਉਂਦੀਆਂ ਸੀ ਜਿਵੇਂ ਕੋਈ ਬਹੁਤ ਵੱਡਾ ਪਹਾੜ ਦਾ ਪਹਾੜ ਸ਼ਿਪ ਵੱਲ ਤੁਰਿਆ ਆ ਰਿਹਾ ਹੋਵੇ। ਕਈ ਘੰਟਿਆਂ ਬਾਅਦ ਜਦੋਂ ਸਾਗਰ ਸ਼ਾਂਤ ਹੋਇਆ ਤਾਂ ਸ਼ਿਪ ਮੁੜ ਤੁਰ ਪਿਆ। ਕਰਮੇ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਸ ਕੋਲੋਂ ਤਾਂ ਖੜਿਆ ਵੀ ਨਹੀਂ ਜਾ ਸਕਣਾ। ਸ਼ਿਪ ਦੇ ਕਪਤਾਨ ਨੇ ਸਭ ਨੂੰ ਪੀਣ ਲਈ ਕੋਈ ਦਵਾਈ ਦਿੱਤੀ ਜਿਸ ਨਾਲ ਉਹਨਾਂ ਦੇ ਸਰੀਰ ਥੋੜ੍ਹੇ ਜਿਹੇ ਹਿੱਲਣ ਜੁੱਲਣ ਜੋਗੇ ਹੋਏ ਅਤੇ ਫਿਰ ਕੰਮ ਪਹਿਲੀ ਚਾਲੇ ਤੁਰ ਪਿਆ। ਸ਼ਿਪ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਪਾਸਪੋਰਟ ਸ਼ਿਪ ਦੇ ਕਪਤਾਨ ਕੋਲ ਕਬਜ਼ੇ 'ਚ ਹੁੰਦੇ ਸਨ। ਉਹਨਾਂ ਦਿਨਾਂ 'ਚ ਸ਼ਿਪਾਂ 'ਚ ਕੰਮ ਕਰਨ ਵਾਲਿਆਂ ਦੀਆਂ ਤਨਖਾਹਾਂ ਬਹੁਤ ਘੱਟ ਸਨ ਅਤੇ ਪੰਜਾਬੀ ਮੁੰਡੇ ਸ਼ਿਪਾਂ ਵਿੱਚੋਂ ਅਕਸਰ ਕਿਸੇ ਨਾ ਕਿਸੇ ਚੰਗੇ ਮੁਲਕ ਵਿੱਚ ਜਿੱਥੇ ਉਹਨਾਂ ਨੂੰ ਕੋਈ ਸਾਂਭਣ ਵਾਲਾ ਹੁੰਦਾ ਸੀ ਭੱਜ ਜਾਂਦੇ ਸੀ। ਉਹਨਾਂ ਦਿਨਾਂ 'ਚ ਕੰਮੋ ਅਤੇ ਉਹਦੇ ਦੋਹਾਂ ਮੁੰਡਿਆਂ ਦੀ ਗੇਲੂ ਵੱਲੋਂ ਰਾਹਦਾਰੀ ਆ ਗਈ। ਕੰਮੋ ਨੇ ਆਪਣੇ ਭਰਾ ਦੀ ਮਦਦ ਨਾਲ ਆਪਣਾ ਅਤੇ ਦੋਹਾਂ ਮੁੰਡਿਆਂ ਦੇ ਪਾਸਪੋਰਟ ਬਣਵਾ ਲਏ ਅਤੇ ਰਾਹਦਾਰੀ ਦੇ ਕਾਗਜ਼ ਨਾਲ ਲੈ ਕੇ ਦਿੱਲੀ ਆਸਟ੍ਰੇਲੀਆ ਦੀ ਐਮਬੈਸੀ ਵਿੱਚ ਆਪਣੇ ਭਰਾ ਨੂੰ ਨਾਲ ਲੈ ਕੇ ਚਲੀ ਗਈ। ਉਹਨਾਂ ਦੇ ਤਿੰਨਾਂ ਦੇ ਕਾਗਜ਼ ਪੱਤਰ ਵੇਖ ਕੇ ਡਾਕਟਰੀ ਕਰਾਉਣ ਲਈ ਕਾਗਜ਼ ਦੇ ਦਿੱਤੇ। ਡਾਕਟਰੀ ਹੋਣ ਤੋਂ ਬਾਅਦ 2 ਕੁ ਮਹੀਨਿਆਂ ਦੇ ਵਿੱਚ ਕੰਮੋ ਦੇ ਦੋਹਾਂ ਮੁੰਡਿਆਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲ ਗਿਆ। ਕੰਮੋ ਜਦ ਚਾਈ ਚਾਈ ਆਸਟ੍ਰੇਲੀਆ ਨੂੰ ਜਹਾਜ਼ ਚੜ੍ਹਨ ਲਈ ਘਰੋਂ ਤੁਰੀ ਤਾਂ ਚੰਨੋ ਨੇ ਉਹਨੂੰ ਅਸੀਸਾਂ ਅਤੇ ਪਿਆਰ ਦੇ ਕੇ ਕਿਹਾ, ਪੁੱਤ ਆਪਣੇ ਚਾਚੇ ਨੂੰ ਕਹੀਂ ਹੁਣ ਤਾਂ ਆ ਕੇ ਮਿਲ ਜੇ, ਨਾਲੇ ਬੇਬੇ ਜੀ ਵੀ ਹੁਣ ਕੰਧੀ 'ਤੇ ਰੁੱਖੜਾ ਹੀ ਨੇ। ਇਹ ਕਹਿੰਦੇ ਉਹਦੀ ਅੱਖਾਂ 'ਚੋਂ ਪਰਲ ਪਰਲ ਹੰਝ ਮੀਂਹ ਵਰ ਪਿਆ ਅਤੇ ਉਸ ਕੰਮੋ ਦੇ ਦੋਹਾਂ ਮੁੰਡਿਆਂ ਨੂੰ ਪਿਆਰ ਦੇ ਕੇ ਅੰਦਰ ਮੰਜੇ 'ਤੇ ਆ ਡਿੱਗੀ। ਉਹਦਾ ਮਨ ਜਿਵੇਂ ਆਖ ਰਿਹਾ ਹੋਵੇ, ਮੂਰਖੇ ਕਾਹਨੂੰ ਉਹਦਾ ਖਿਆਲ ਕਰਦੀ ਹੈ, ਉਹਨੇ ਕਿਤੇ ਮੁੜਨਾ। ਅਤੇ ਫਿਰ ਸੋਚਣ ਲੱਗ ਪਈ, ਜੇ ਉਹਦਾ ਮੇਰੇ 'ਚ ਮੋਹ ਹੁੰਦਾ ਤਾਂ ਹੁਣ ਨੂੰ ਮੈਨੂੰ ਆਪਣੇ ਕੋਲ ਹੀ ਸੱਦ ਲੈਂਦਾ ਜਿੱਦਾਂ ਗੇਲੂ ਅਤੇ ਕੰਮੋ ਨੂੰ ਸੱਦ ਲਿਆ। ਹਾਲੇ ਕੱਲ੍ਹ ਦੀ ਗੱਲ ਹੈ ਜਦ ਗੇਲੂ ਇੱਥੋਂ ਗਿਆ ਸੀ ਅਤੇ ਝੱਟ ਹੀ ਕੰਮੋ ਨੂੰ ਵੀ ਆਪਣੇ ਕੋਲ ਬੁਲਾ ਲਿਆ। ਇਹ ਸੋਚਦਿਆਂ ਸੋਚਦਿਆਂ ਚੰਨੋ ਦੇ ਹੱਥ ਬੰਤੇ ਨੂੰ ਮਿਲਣ ਦੀ ਰਹਿੰਦੀ ਆਸ ਦਾ ਪੱਲਾ ਵੀ ਖਿਸਕਦਾ ਮਹਿਸੂਸ ਹੋਇਆ ਅਤੇ ਉੱਠ ਕੇ ਮਨ ਨੂੰ ਸਹਾਰਾ ਦੇਣ ਲਈ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗ ਪਈ। ਅੰਗ 9 ਕੰਮੋ ਦੇ ਚਲੇ ਜਾਣ ਬਾਅਦ ਘਰ 'ਚ ਇਕੱਲਤਾ ਦਾ ਦੈਂਤ ਜਿਵੇਂ ਫਿਰ ਮੂੰਹ ਅੱਡ ਕੇ ਖੜ ਗਿਆ ਹੋਵੇ। ਚਿੰਤੀ ਦੇ ਬਿਰਧ ਸਰੀਰ ਨੂੰ ਠੁੰਮਣਾ ਦੇਣ ਵਾਲਾ ਅਤੇ ਸੇਵਾ ਸੰਭਾਲ ਕਰਨ ਵਾਲਾ ਜੀ ਕੰਮੋ ਉਹਨੂੰ ਅਸਹਿਬ ਗੋਚਾ ਦੇ ਗਿਆ। ਕਈ ਆਂਢਣਾ ਗੁਆਂਢਣਾ ਜਦੋਂ ਸੰਤੀ ਅਤੇ ਉਹਦੀ ਵੱਡੀ ਨੂੰਹ ਕੋਲ ਬੈਠੀਆਂ ਚਿੰਤੀ ਅਤੇ ਚੰਨੋ ਦੀ ਕੰਮੋ ਵੱਲੋਂ ਕੀਤੀ ਹੋਈ ਸੇਵਾ ਦੀ ਗੱਲ ਛੇੜਦੀਆਂ ਤਾਂ ਕਹਿੰਦੀਆਂ, ਨਹੀਂ ਭੈਣੇ ਸੇਵਾ ਨੂੰ ਮੇਵਾ ਲੱਗਦਾ। ਤਾਂ ਸੰਤੀ ਦੀ ਛੋਟੀ ਨੂੰਹ ਸੋਚਦੀ ਕਿ ਸੇਵਾ ਉਸ ਕਿਉਂ ਨਾ ਕੀਤੀ। ਸੰਤੀ ਜਿਹੜੀ ਉਮਰ 'ਚ ਭਾਵੇਂ ਚੰਨੋ ਨਾਲੋਂ ਵੱਡੀ ਸੀ ਪਰ ਵੇਖਣ ਵਾਲੇ ਨੂੰ ਚੰਨੋ ਤੋਂ ਛੋਟੀ ਲੱਗਦੀ ਸੀ। ਉਹ ਤਾਂ ਕਿਤੇ ਜੇ ਬਣ ਠਣ ਕੇ ਆਪਣੀਆਂ ਨੂੰਹਾਂ ਨਾਲ ਵਾਂਢੇ ਟਿੰਡੇ ਜਾਂਦੀ ਤਾਂ ਵੇਖਣ ਵਾਲੇ ਨੂੰ ਨੂੰਹ ਸੱਸਦੀ ਥਾਂ ਦਰਾਣੀਆਂ ਜਠਾਣੀਆਂ ਦਾ ਭੁਲੇਖਾ ਪੈਂਦਾ। ਗੁਰਦਿੱਤੇ ਨੂੰ ਤਾਂ ਕਈ ਵਾਰ ਉਹਦੇ ਨਾਲ ਸ਼ਹਿਰ ਗਿਆ ਨਾਵਾਕਫ ਦੁਕਾਨਦਾਰ ਸੰਤੀ ਦਾ ਸਹੁਰਾ ਹੀ ਬਣਾ ਦਿੰਦੇ। ਸੰਤੀ ਕੋਲ ਭਾਵੇਂ ਉਸਦਾ ਘਰ ਵਾਲਾ ਗੁਰਦਿੱਤਾ ਸਦਾ ਰਿਹਾ ਸੀ ਪਰ ਬੰਤੇ ਦੀ ਪਿਆਰੀ ਯਾਦ ਕਈ ਵਾਰ ਉਹਦੇ ਦਿਲ 'ਚ ਪੋਟੇ 'ਚ ਖੁਬੀ ਹੋਈ ਸੂਈ ਵਾਂਗ ਦਰਦ ਦੀ ਝਰਨਾਹਟ ਜਿਹੀ ਛਿੜ ਜਾਂਦੀ ਅਤੇ ਬੰਤੇ ਦੀਆਂ ਰੰਗੀਨ ਯਾਦਾਂ ਦੇ ਗੁਆਚ ਕੇ ਸੁਪਨਿਆਂ ਨੂੰ ਅਤੀਤ ਦੀ ਭੁੱਬਲ 'ਚ ਫਰੋਲ ਫਰੋਲ ਲੱਭਣ ਲੱਗ ਪੈਂਦੀ। ਅਚੇਤ ਹੀ ਉਹਦੇ ਮਨ 'ਚ ਚੰਨੋ ਪ੍ਰਤੀ ਪਿਆਰ ਅਤੇ ਤਰਸ ਦੀ ਭਾਵਨਾ ਉਤਪੰਨ ਹੋ ਪੈਂਦੀ। ਉਹਨੂੰ ਮਹਿਸੂਸ ਹੁੰਦਾ ਬੜਾ ਅਨਰਥ ਹੋਇਆ ਚੰਨੋ ਨਾਲ। ਕੰਮੋ ਦੇ ਜਾਣ ਪਿੱਛੋਂ ਸੰਤੀ ਅਤੇ ਉਹਦੀ ਵੱਡੀ ਨੂੰਹ ਨੇ ਇੱਕ ਕਿਸਮ ਦਾ ਚੰਨੋ ਅਤੇ ਚਿੰਤੀ ਨੂੰ ਆਪਣੇ ਨਾਲ ਹੀ ਰਲਾ ਲਿਆ। ਇੱਕ ਦਿਨ ਜਦ ਚੰਨੋ ਨੇ ਸੰਤੀ ਅਤੇ ਪਿਆਰ ਅਤੇ ਹਮਦਰਦੀ ਤੋਂ ਖੁਸ਼ ਹੋ ਕੇ ਸੰਤੀ ਨੂੰ ਇਹ ਕਿਹਾ ਵੀ ਐਤਕੀ ਸਾਡੇ ਵਾਲੀ ਜ਼ਮੀਨ ਵੀ ਤੁਸੀਂ ਵਾਹ ਲਿਓ, ਤਾਂ ਸੰਤੀ ਨੇ ਕੰਨਾਂ ਨੂੰ ਹੱਥ ਲਾਉਂਦਿਆਂ ਚੰਨੋ ਨੂੰ ਪਿਆਰ ਨਾਲ ਕਿਹਾ, ਨਾ ਮੇਰੀ ਭੈਣ,
ਇਹ ਬਦਖੋਈ ਮੈਂ ਨਹੀਂ ਖੱਟਣੀ। ਜਿਹਦਾ ਵਸਦਾ ਰਹੇ ਮੰਗਲ ਵਾਹੁਣ ਵਾਲਾ, ਸ਼ਰੀਕ ਦੇ ਵਸਦੇ ਦਾ ਹੀ ਭਾਅ ਹੁੰਦਾ, ਉੱਜੜੇ ਦਾ ਨਹੀਂ। ਤਾਂ ਚੰਨੋ ਨੂੰ ਸੰਤੀ ਹੋਰ ਵੀ ਮਹਾਨ ਦਿਸਣ ਲੱਗ ਪਈ। ਉਹਨੇ ਤਾਂ ਸੋਚਿਆ ਸੀ ਸ਼ਾਇਦ ਸੰਤੀ ਨੇ ਉਹਦੀ ਨੂੰਹ ਜ਼ਮੀਨ ਦੇ ਸਿਆੜਾਂ ਪਿੱਛੇ ਉਹਨਾਂ ਨਾਲ ਪਿਆਰ ਅਤੇ ਹਮਦਰਦੀ ਕਰਦੀਆਂ ਸੀ, ਪਰ ਇੱਥੇ ਤਾਂ ਗੱਲ ਹੋਰ ਹੀ ਨਿਕਲੀ, ਨਿਰੋਲ ਪਵਿੱਤਰ ਪਿਆਰ ਅਤੇ ਹਮਦਰਦੀ। ਚੰਨੋ ਦਾ ਬਾਪ ਬੜਾ ਗੁਰਮੁਖ ਬੰਦਾ ਸੀ, ਉਹਦੀ ਮਾਂ ਵੀ ਸਵੇਰ ਵੇਲੇ ਰੱਬ ਦਾ ਨਾਮ ਲੈਣ ਵਾਲੀ ਸੀ। ਚੰਨੋ ਦੇ ਬਾਪ ਅਤੇ ਮਾਂ ਨੇ ਜਿਉਂਦੇ ਜੀ ਆਪਣਾ ਅਖੰਡ ਪਾਠ ਕਰਵਾਇਆ ਸੀ। ਉਹਨਾਂ ਦਾ ਵਿਚਾਰ ਸੀ ਕਿ ਉਹਨਾਂ ਦੇ ਮਰਨ ਤੋਂ ਪਿੱਛੋਂ ਸ਼ਾਇਦ ਉਹਨਾਂ ਦੇ ਪੁੱਤਰ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਨਾ ਕਰਵਾਉਣ। ਲੰਗਰ ਲਾਇਆ ਗਿਆ, ਚੰਨੋ ਵੀ ਅਖੰਡ ਪਾਠ 'ਤੇ ਗਈ। ਮਾਲਪੁਰ ਦੇ ਇਲਾਕੇ 'ਚ ਇਸ ਅਖੰਡ ਪਾਠ ਦੀ ਬੜੀ ਚਰਚਾ ਹੋਈ। ਲੋਕ ਕਹਿੰਦੇ ਸੀ ਦਾਨ ਤਾਂ ਉਹੀ ਹੁੰਦਾ ਜੋ ਆਪਣੇ ਹੱਥੀਂ ਕਰਤਾ ਜਾਏ, ਅਤੇ ਮਗਰੋਂ ਧੀਆਂ ਪੁੱਤ ਕਦੇ ਕਦ ਪੁੱਛਦੇ ਹੈ, ਸਭ ਨੂੰ ਹਿੱਸੇ ਸਾਂਭਣਦੀ ਪੈ ਜਾਂਦੀ ਹੈ। ਇਸ ਬਜ਼ੁਰਗ ਜੋੜੇ ਦੀ ਮਹਿਮਾ ਸਾਰੇ ਇਲਾਕੇ 'ਚ ਹੋ ਰਹੀ ਸੀ। ਅਖੰਡ ਪਾਠ ਦੀ ਚਰਚਾ ਹਾਲੀ ਨਹੀਂ ਸੀ ਮੁੱਕੀ ਜਦੋਂ ਇਹ ਖਬਰ ਸਾਰੇ ਇਲਾਕੇ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਆਪਣੇ ਜਿਉਂਦੇ ਜੀ ਅਖੰਡ ਪਾਠ ਕਰਾਉਣ ਵਾਲਾ ਬਜ਼ੁਰਗ ਚੜ੍ਹਾਈ ਕਰ ਗਿਆ। ਚੰਨੋ ਨੂੰ ਜਦ ਬਾਪ ਦੇ ਪੂਰੇ ਹੋਣ ਦੀ ਖਬਰ ਮਿਲੀ ਤਾਂ ਉਹਦੇ ਭਾਅ ਦੀ ਧਰਤੀ ਡੋਲ ਗਈ। ਉਹ ਸੰਤੀ ਅਤੇ ਪ੍ਰੀਤੋ ਨੂੰ ਨਾਲ ਲੈ ਕੇ ਗੁਰਦਿੱਤੇ ਅਤੇ ਮੰਗਲ ਨਾਲ ਕੁਝ ਹੋਰ ਸ਼ਰੀਕਣੀਆਂ ਅਤੇ ਸ਼ਰੀਕੇ ਦੇ ਬੰਦੇ ਸਣੇ ਬਾਪ ਦੇ ਦਾਗਾਂ ਸਮੇਂ ਨਵੇਂ ਸ਼ਹਿਰ ਤੋਂ ਬੱਸ ਫੜ ਕੇ ਗੜ੍ਹਸ਼ੰਕਰ ਰਾਹੀਂ ਹੁੰਦੇ ਹੋਏ ਮਾਲਪੁਰ ਪਹੁੰਚ ਗਏ। ਉਹਦੀ ਮਾਂ ਉਸ ਵਾਹਿਗੁਰੂ ਦਾ ਭਾਣਾ ਮੰਨ ਕੇ ਲਗਾਤਾਰ ਪਾਠ ਕਰਦੀ ਜਾ ਰਹੀ ਸੀ। ਚੰਨੋ ਤੋਂ ਬਾਪ ਦੇ ਵਿਛੋੜੇ ਦਾ ਸੱਲ ਝੱਲਿਆ ਨਹੀਂ ਸੀ ਜਾਂਦਾ, ਉਸ ਲਈ ਅੱਜ ਬਾਬਲ ਦਾ ਵਿਹੜਾ ਪਰਾਇਆ ਹੋ ਗਿਆ ਸੀ। ਸੰਤੀ ਗੁਰਦਿੱਤੇ ਅਤੇ ਬਾਕੀ ਸ਼ਰੀਕੇ ਦੀ ਮਕਾਨ ਦਾਗਾਂ ਪਿੱਛੋਂ ਵਾਪਸ ਆ ਗਈ ਅਤੇ ਚੰਨੋ ਮਾਂ ਨੂੰ ਹੌਸਲਾ ਦੇਣ ਲਈ ਉੱਥੇ ਰਹਿ ਗਈ। ਇੰਝ ਲੱਗਦਾ ਸੀ ਜਿਵੇਂ ਉਹ ਮਾਂ ਨੂੰ ਨਹੀਂ, ਮਾਂ ਉਹਨੂੰ ਹੌਸਲਾ ਦੇ ਰਹੀ ਹੋਵੇ। ਚੰਨੋ ਦੇ ਬਾਪ ਦੇ ਸਿਵੇ ਦੀ ਅੱਗ ਹਾਲੇ ਠੰਡੀ ਨਹੀਂ ਸੀ ਹੋਈ ਕਿ ਉਹਦੀ ਮਾਂ ਦੀ ਪਾਠ ਕਰਦੀ ਕਰਦੀ ਦੀ ਧੌਣ ਵੀ ਇੱਕ ਪਾਸੇ ਨੂੰ ਲੁੜਕ ਗਈ। ਬਸ ਇਹ ਸੀ ਅੰਤ ਚੰਨੋ ਦੇ ਮਾਂ ਬਾਪ ਦੇ ਖੂਬਸੂਰਤ ਜੀਵਨ ਦੇ ਸਫ਼ਰ ਦਾ। ਚੰਨੋ ਦੇ ਕੀਰਨਿਆਂ ਨੇ ਖੁੱਲ੍ਹੀਆਂ ਅਤੇ ਖੜੀਆਂ ਮੱਝਾਂ ਦੀਆਂ ਅੱਖਾਂ ਵੀ ਗਿੱਲੀਆਂ ਕਰਤੀਆਂ। ਸਿਆਣੇ ਬੰਦੇ ਦੇ ਤੀਵੀਆਂ ਚੰਨੋ ਨੂੰ ਦਿਲਾਸਾ ਦਿੰਦੇ ਕਹਿੰਦੇ, ਕਮਲੀਏ ਕੋਈ ਇਹੋ ਜਿਹੇ ਸਤਯੁਗੀ ਜੀਵਾਂ ਦੀ ਮੌਤ 'ਤੇ ਵੀ ਰੋਂਦਾ ਹੈ, ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ, ਤੁਹਾਡੇ ਮਾਂ ਬਾਪ ਇਸ ਤਰ੍ਹਾਂ ਦੇ ਗੁਰਮੁਖ ਜੀਵ ਸਨ। ਚੰਨੋ ਦੇ ਭਰਾਵਾਂ ਨੇ ਸਧਾਰਨ ਪਾਠ ਤੋਂ ਬਾਅਦ ਆਪਣੇ ਮਾਂ ਬਾਪ ਦੀ ਆਤਮਾ ਦੀ ਸ਼ਾਂਤੀ ਲਈ ਗਰੀਬ ਗੁਰਬੇ ਨੂੰ ਲੰਗਰ ਵਰਤਾਇਆ। ਚੰਨੋ ਦੇ ਵੱਡੇ ਭਰਾ ਦੇ ਸਿਰ ਪਿੰਡ ਦੀ ਪੰਚਾਇਤ ਦੀ ਹਾਜ਼ਰੀ 'ਚ ਉਹਦੇ ਸਹੁਰਿਆਂ ਵੱਲੋਂ ਲਿਆਂਦੀ ਗਈ ਪੱਗ ਬੰਨ੍ਹੀ ਗਈ। ਉਹਨੂੰ ਰਿਵਾਜ਼ ਵਜੋਂ ਦੱਸਿਆ ਗਿਆ ਕਿ ਹੁਣ ਜ਼ਿੰਮੇਵਾਰੀਆਂ ਦੀ ਪੰਡ ਉਹਦੇ ਸਿਰ ਪੈ ਗਈ। ਮਾਂ ਬਾਪ ਦੇ ਭੋਗ ਤੋਂ ਬਾਅਦ ਚੰਨੋ ਜਦੋਂ ਪਿੰਡ ਆਈ ਤਾਂ ਉਹਨੇ ਮਹਿਸੂਸ ਕੀਤਾ ਕਿ ਜਿਵੇਂ ਉਹ ਪਹਿਲਾਂ ਨਾਲੋਂ ਵੀ ਵੱਧ ਇਕੱਲੀ ਹੋ ਗਈ ਹੋਵੇ। ਉਹਦੇ ਸਿਰ ਤੋਂ ਮਾਂ ਬਾਪ ਦਾ ਇੱਕੋ ਇੱਕ ਆਸਰਾ ਵੀ ਉੱਠ ਗਿਆ ਸੀ। ਭਰਾਵਾਂ 'ਤੇ ਕਾਹਦਾ ਮਾਣ ਹੁੰਦਾ ਜਿਹੜਾ ਜੀ ਕਰੇ ਮਿਲਣ, ਜੀ ਕਰੇ ਨਾ ਮਿਲਣ। ਚੰਨੋ ਦੇ ਭਰਾ ਉਂਝ ਪਹਿਲਾਂ ਵੀ ਸਾਲ ਛਮਾਈ ਹੀ ਮਿਲਣ ਲਈ ਆਉਂਦੇ ਸੀ ਅਤੇ ਹੁਣ ਵੀ ਉਸੇ ਤਰ੍ਹਾਂ ਹੀ ਮਿਲਣ ਆਉਂਦੇ ਰਹੇ। ਪਰ ਚੰਨੋ ਨੂੰ ਲੱਗਦਾ ਜਿਵੇਂ ਹੁਣ ਉਹਦਾ ਭਰਾ ਛਮਾਈ ਤਮਾਈ ਨਹੀਂ ਸਗੋਂ ਵਰ੍ਹੇ ਛਮਾਈ ਮਿਲਣ ਆਉਂਦੇ। ਉਹ ਹਰ ਵਾਰ ਆਏ ਭਰਾਵਾਂ 'ਤੇ ਨਹੋਰੇ 'ਤੇ ਰੋਸਾ ਜਿਹਾ ਕਰਨ ਲੱਗ ਪੈਂਦੀ, ਤੁਸੀਂ ਹੁਣ ਛੇਤੀ ਮਿਲਣ ਕਿਉਂ ਨਹੀਂ ਆਉਂਦੇ। ਉਹਨੂੰ ਸ਼ੱਕ ਸੀ ਕਿ ਸ਼ਾਇਦ ਉਹਦੀਆਂ ਭਾਬੀਆਂ ਦੇ ਭਰਾਵਾਂ ਨੂੰ ਮਿਲਣ ਆਉਣ ਤੋਂ ਰੋਕਦੀਆਂ ਹੋਣ। ਔਰਤ ਭਾਵੇਂ ਔਰਤ ਲਈ ਕਿੰਨੀ ਵੀ ਕਿਉਂ ਨਾ ਵਫ਼ਾਦਾਰ ਹੋ, ਹਮਦਰਦ ਬਣ ਕੇ ਵਿਖਾਏ, ਪਰ ਰਿਸ਼ਤਿਆਂ ਦੀਆਂ ਜੜ੍ਹਾਂ ਵਿੱਚ ਬੈਠੀ ਹੋਈ ਵਹਿਮ ਦੀ ਵਿਸ ਕਦੀ ਖਤਮ ਨਹੀਂ ਹੁੰਦੀ। ਜੇ ਸੱਸ ਸੱਚੇ ਦਿਲੋਂ ਵੀ ਮਾਂ ਬਣਨ ਦਾ ਯਤਨ ਕਰਦੀ ਤਾਂ ਨੂੰਹ ਧੀ ਨਹੀਂ ਬਣਦੀ, ਅਤੇ ਜੇ ਨੂੰਹ ਸੱਚੇ ਦਿਲੋਂ ਧੀ ਬਣਨ ਲਈ ਪੂਰੀ ਤਾਣ ਲਾਉਂਦੀ ਤਾਂ ਸੱਸ ਮਾਂ ਬਣਨ ਲਈ ਤਿਆਰ ਨਹੀਂ ਹੁੰਦੀ। ਨਨਾਣਾਂ ਅਤੇ ਭਰਜਾਈਆਂ ਭੁੱਲ ਜਾਂਦੀਆਂ ਕਿ ਉਹਨਾਂ ਦੇ ਰਿਸ਼ਤੇ ਕਿਸੇ ਤਰ੍ਹਾਂ ਕਿਸੇ ਦੂਸਰੀ ਥਾਂ ਹੁੰਦੇ, ਉਹ ਕਦੀ ਵੀ ਭੈਣਾਂ ਨਹੀਂ ਬਣਦੀਆਂ। 99% ਘਰਾਂ ਦੀਆਂ ਅਤੇ ਰੇੜਾਂ ਦਾ ਮੁੱਢ ਇਹਨਾਂ ਰਿਸ਼ਤਿਆਂ ਦੀਆਂ ਜੜ੍ਹਾਂ 'ਚ ਟਿਕਿਆ ਹੋਇਆ ਨਫ਼ਰਤ ਦਾ ਜ਼ਹਿਰ ਹੀ ਹੁੰਦਾ। ਕਾਸ਼ ਔਰਤ ਔਰਤ ਨੂੰ ਸਮਝ ਸਕਦੀ। ਅਤੇ ਫਿਰ ਇੱਕ ਦਿਨ ਦੋਨਾਂ ਦੇ ਚੰਨੋ ਦੇ ਨਾਂ 'ਤੇ ਆਸਟ੍ਰੇਲੀਆ ਤੋਂ ਕਰਮੇ ਦੀ ਚਿੱਠੀ ਆਈ। ਪੀਤੂ ਦੇ ਮੁੰਡੇ ਨੇ ਜਦੋਂ ਚਿੱਠੀ ਪੜ੍ਹ ਕੇ ਸੁਣਾਈ ਤਾਂ ਸਾਰਾ ਟੱਬਰ ਹੈਰਾਨ ਅਤੇ ਬੜਾ ਖੁਸ਼ ਹੋਇਆ। ਉਹਨੇ ਲਿਖਿਆ ਸੀ, ਮੈਂ ਸ਼ਿਪ 'ਚੋਂ ਆਸਟ੍ਰੇਲੀਆ ਜਾ ਕੇ ਉਤਰ ਗਿਆ ਸੀ ਕਿਉਂਕਿ ਸ਼ਿਪ ਵਾਲੇ ਮੈਨੂੰ ਵਾਪਸ ਇੰਡੀਆ ਭੇਜਣ ਲੱਗੇ ਸੀ। ਮੈਂ ਚੋਰੀ ਆਪਣਾ ਸਾਰਾ ਸਮਾਨ ਸ਼ਿਪ ਵਿੱਚ ਛੱਡ ਕੇ ਸ਼ਿਪ ਵਿੱਚੋਂ ਭੱਜਿਆ। ਮੇਰੇ ਕੋਲ ਗੇਲੂ ਮਾਮੇ ਅਤੇ ਬਾਪੂ ਦਾ ਐਡਰੈੱਸ ਹੈਗਾ ਸੀ, ਮੈਂ ਸਿੱਧਾ ਉਹਨਾਂ ਪਾਸ ਪਹੁੰਚ ਗਿਆ। ਮੈਨੂੰ ਵੇਖ ਕੇ ਪਹਿਲਾਂ ਤਾਂ ਸਾਰੇ ਹੈਰਾਨ ਹੀ ਹੋ ਗਏ, ਫਿਰ ਜਦੋਂ ਸਾਰੀ ਗੱਲ ਦੱਸੀ ਤਾਂ ਸਾਰਿਆਂ ਨੇ ਕਿਹਾ, ਤੂੰ ਚੰਗਾ ਕੀਤਾ ਜਿਹੜਾ ਸ਼ਿਪ 'ਚੋਂ ਉਤਰ ਆਇਆ,
ਇੱਥੇ ਗੇਲੂ ਮਾਮੇ ਹੋਰਾਂ ਕੋਲ ਮੇਰੇ ਵਰਗੇ ਹੋਰ ਵੀ ਕਈ ਕੱਚੇ ਮੁੰਡੇ ਹੈ। ਗੇਲੂ ਅਤੇ ਜੱਗੂ ਮਾਮੇ ਸਾਡਾ ਸਾਰਿਆਂ ਦਾ ਬੜਾ ਖਿਆਲ ਰੱਖਦੇ ਆ। ਤੁਸੀਂ ਮੈਨੂੰ ਖਤ ਗੇਲੂ ਮਾਮੇ ਦੇ ਪਤੇ 'ਤੇ ਹੀ ਪਾ ਦਿਆ ਕਰਨਾ ਅਤੇ ਖਤ 'ਤੇ ਮੇਰਾ ਨਾਮ ਮੱਖਣ ਸਿੰਘ ਲਿਖਿਆ ਕਰਨਾ। ਖਤ ਸੁਣ ਕੇ ਚੰਨਣ ਨੂੰ ਲੱਗਿਆ ਜਿਵੇਂ ਉਹਦੀ ਆਪਣੇ ਅੰਦਰ ਦਾ ਇੱਕ ਟੋਟਾ ਬੰਤੇ ਦੇ ਪਾਸ ਪਹੁੰਚ ਗਿਆ ਹੋਵੇ ਅਤੇ ਉਹ ਸੋਚਣ ਲੱਗੀ ਕਿ ਸ਼ਾਇਦ ਹੁਣ ਬੰਤਾ ਆਵੇ ਹੀ ਨਾ, ਕਿਉਂਕਿ ਉਹਦੀ ਇੱਕੋ ਇੱਕ ਧੀ ਦਾ ਵੱਡਾ ਪੁੱਤਰ ਵੀ ਉਸ ਪਾਸ ਪਹੁੰਚ ਗਿਆ। ਮਨੁੱਖੀ ਫਿਤਰਤ ਹੈ ਕਿ ਨਿਰਾਸ਼ਾ 'ਚ ਘਿਰਿਆ ਮਨੁੱਖ ਨਿੱਕੀਆਂ ਨਿੱਕੀਆਂ ਆਸ਼ਾਜਨਕ ਘਟਨਾਵਾਂ ਨੂੰ ਵੀ ਨਾ ਪੱਖੀ ਅਰਥ ਦੇ ਕੇ ਹੋਰ ਨਿਰਾਸ਼ਾ ਦੀਆਂ ਘੁੰਮਣ ਘੇਰੀਆਂ 'ਚ ਫਸ ਜਾਂਦਾ। ਇਹੀ ਹਾਲ ਚੰਨੋ ਦਾ ਸੀ। ਥੋੜ੍ਹੇ ਦਿਨਾਂ ਬਾਅਦ ਤਾਰੂ ਵੀ ਕਰਮੋਂ ਦਾ ਇੱਕ ਖੱਤ ਲੈ ਕੇ ਮਾਂ ਨੂੰ ਮਿਲਣ ਆ ਗਈ। ਤਾਰੂ ਖੁਸ਼ ਸੀ ਕਿ ਚਲੋ ਉਹਨੇ ਤਾਂ ਆਪਣਾ ਬਾਪ ਨਹੀਂ ਵੇਖਿਆ, ਪਰ ਉਹਦੇ ਪੁੱਤਰ ਨੇ ਤਾਂ ਆਪਣੇ ਨਾਨੇ ਨੂੰ ਵੇਖ ਲਿਆ। ਦੂਸਰਾ ਖੁਸ਼ੀ ਦਾ ਕਾਰਨ ਕਰਮੇ ਵੱਲੋਂ ਲਿਖੀ ਇਹ ਗੱਲ ਕਿ ਉਹ ਅਗਲੇ ਖੱਤ 'ਚ 10,000 ਰੁਪਇਆ ਭੇਜ ਰਿਹਾ। ਚਿੰਤੀ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਹੁਣ ਉਹਦੇ ਗੋਡਿਆਂ 'ਚ ਦਰਦ ਹਰ ਵੇਲੇ ਰਹਿੰਦੀ। ਉਹਦੀਆਂ ਅੱਖਾਂ ਦੀ ਲੋਅ ਕਾਫ਼ੀ ਘੱਟ ਗਈ ਸੀ। ਮੂੰਹ ਦੇ ਸਾਰੇ ਦੰਦ ਨਿਕਲ ਗਏ। ਗੁਰਦੁਆਰੇ ਜਾਣ ਵਿੱਚ ਵੀ ਅਕਸਰ ਨਾਕਾ ਪੈ ਜਾਂਦਾ, ਪਰ ਉਂਝ ਤੜਕੇ ਉੱਠਣ ਦਾ ਉਹਦਾ ਨੇਮ ਹਾਲੀ ਨਿਰਵਿਘਨ ਚਾਲੂ ਸੀ। ਉਹ ਗੁਰਦੁਆਰੇ ਜਾਂਦੀ ਚਾਹੇ ਨਾ, ਆਪਣੀ ਮੰਜੀ 'ਤੇ ਬੈਠੀ ਪਾਠ ਕਰਦੀ, ਮਾਲਾ ਫੇਰਦੀ ਰਹਿੰਦੀ। ਸਵੇਰੇ ਸੰਤੀ ਜਾਂ ਉਹਦੀ ਨੂੰ ਗਰਮ ਪਾਣੀ ਨਾਲ ਉਹਦਾ ਮੂੰਹ ਧੁਆਉਂਦੀ ਅਤੇ ਫਿਰ ਚਾਹ ਦੇ ਨਾਲ ਸੰਡੋਲਾ ਜਾਂ ਅਲਸੀ ਦੀਆਂ ਗਰਮ ਕਰਕੇ ਨਰਮ ਕੀਤੀਆਂ ਪਿੰਨੀਆਂ ਉਹਨੂੰ ਖਾਣ ਨੂੰ ਦਿੱਤੀਆਂ ਜਾਂਦੀਆਂ। ਜਿਸ ਦਿਨ ਪਹਿਲੀ ਵਾਰ ਚਿੰਤੀ ਨੂੰ ਤੁਰਨ ਲਈ ਸੋਟੀ ਦਾ ਸਹਾਰਾ ਲੈਣਾ ਪਿਆ, ਉਸ ਦਿਨ ਤੋਂ ਬਾਅਦ ਤਾਂ ਜਿਵੇਂ ਉਹਦਾ ਤਨ ਵੀ ਇਸ ਸੋਟੀ ਦਾ ਹੀ ਹਿੱਸਾ ਬਣ ਕੇ ਰਹਿ ਗਿਆ। ਸੋਟੀ ਉਹਦੇ ਤਨ ਦਾ ਇੱਕ ਹਿੱਸਾ। ਜ਼ਿੰਦਗੀ 'ਚ ਉਹਨੂੰ ਪਹਿਲੀ ਵਾਰ ਆਪਣੇ ਸਰੀਰ ਦੀ ਕਮਜ਼ੋਰੀ ਅਤੇ ਲਾਚਾਰਗੀ ਦਾ ਅਹਿਸਾਸ ਹੋਇਆ। ਉਹਨੇ ਚੰਨੋ ਨੂੰ ਕਿਹਾ, ਪੁੱਤ ਬੰਤੇ ਨੂੰ ਚਿੱਠੀ ਲਿਖਾ ਦੇ ਵੀ ਮੈਨੂੰ ਜੀਂਦੇ ਜੀ ਇੱਕ ਵਾਰੀ ਆ ਕੇ ਮਿਲ ਜਾਏ। ਇਹ ਕਹਿ ਕੇ ਚੁੱਪ ਜੀ ਹੋ ਗਈ, ਜਿਵੇਂ ਸੋਚ ਰਹੀ ਹੋਵੇ ਕਿ ਮੌਤ ਤੋਂ ਬਾਅਦ ਆਪਣੇ ਪੂਰਨ ਨੂੰ ਮੁੜ ਮਿਲ ਪਏਗੀ, ਪਰ ਅੰਦਰਾਂ ਦਾ ਮੋਹ ਉਹਨੂੰ ਜਿਉਂਦੇ ਰਹਿਣ ਲਈ ਧੂ ਜੀ ਪਾ ਰਿਹਾ ਹੋਵੇ। ਕਰਮੇ ਨੇ ਆਸਟ੍ਰੇਲੀਆ ਜਾ ਕੇ ਜਿਵੇਂ ਪੈਸਿਆਂ ਦਾ ਹਾੜੀ ਲਿਆਤਾ ਹੋਵੇ। ਇੱਕ ਵਾਰ ਜਦੋਂ ਬੰਤੇ ਦੇ ਪੈਸੇ ਚੰਨੋ ਨੂੰ ਆਏ ਤਾਂ ਉਸ 'ਚ ਲਿਖਿਆ ਸੀ ਇਹਨਾਂ 'ਚ 2,000 ਰੁਪਇਆ ਕਰਮੇ ਨੇ ਆਪਣੀ ਨਾਨੀ ਨੂੰ ਭੇਜਿਆ। ਪੈਸੇ ਮਿਲਣ 'ਤੇ ਚਿੱਠੀ ਪੜ੍ਹ ਕੇ ਚੰਨੋ ਦਾ ਮਨ ਖੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾਉਂਦਾ। ਵਾਂਢਣਾ ਨੂੰ ਦੱਸਦੀ ਫਿਰਦੀ ਸੀ, ਮੇਰੇ ਪੁੱਤ ਨੇ ਮੈਨੂੰ ਪੈਸੇ ਘੱਲੇ ਨੇ ਅਤੇ ਇਹਨਾਂ ਪੈਸਿਆਂ ਵਿੱਚੋਂ ਉਹਨੇ ਕਰਮੋਂ ਦੀ ਸੁੱਖ ਛਬੀਲੀ ਲਈ 100 ਰੁਪਏ ਦੀ ਅਰਦਾਸ ਗੁਰਦੁਆਰੇ ਕਰਮੇ ਦੇ ਨਾਂ ਕਰਵਾ ਦਿੱਤੀ। ਛੇਤੀ ਬਾਅਦ ਹੀ ਕਰਮੇ ਦਾ ਦੂਜਾ ਖੱਤ ਵੀ ਤਾਰੋ ਅਤੇ ਚੰਨੋ ਨੂੰ ਇਕੱਠਾ ਹੀ ਮਿਲਿਆ, ਜਿਸ 'ਚ ਲਿਖਿਆ ਸੀ ਕਿ ਮੈਂ ਹੁਣ ਆਸਟ੍ਰੇਲੀਆ 'ਚ ਪੱਕਾ ਹੋ ਗਿਆ। ਤਾਰੂ ਨੇ ਤਾਂ ਕਰਮੇ ਦੇ ਪੱਕੇ ਹੋਣ ਦੀ ਬੜੀ ਖੁਸ਼ੀ ਕੀਤੀ, ਪਰ ਚੰਨੋ ਜਿਵੇਂ ਸੋਚ ਰਹੀ ਹੋਵੇ ਕਿ ਕਰਮਾ ਤੇਲੀਏ 'ਚ ਪੱਕਾ ਹੋ ਕੇ ਹੁਣ ਸ਼ਾਇਦ ਮੁੜ ਕੇ ਆਵੇ ਹੀ ਨਾ, ਇਹ ਸੋਚ ਉਹ ਹੋਰ ਵੀ ਉਦਾਸ ਹੋ ਗਈ। ਚੰਨੋ ਨੂੰ ਆਪਣੀ ਦੁੱਖਦਾਈ ਇਕੱਲ ਦਾ ਇੱਕੋ ਇੱਕ ਇਲਾਜ ਆਪਣੇ ਆਪ ਨੂੰ ਨਾਮ ਸਿਮਰਨ ਅਤੇ ਗੁਰਦੁਆਰੇ ਦੀ ਸੇਵਾ 'ਚ ਹੀ ਲੱਭਦਾ ਸੀ। ਕਿਸੇ ਦੇ ਘਰ ਅਖੰਡ ਪਾਠ ਜਾਂ ਕੋਈ ਖੁਸ਼ੀ ਗਮੀ ਦਾ ਸਧਾਰਨ ਪਾਠ ਵੀ ਹੁੰਦਾ ਤਾਂ ਘਰ ਵਾਲੇ ਉਚੇਚੇ ਤੌਰ 'ਤੇ ਚੰਨੋ ਨੂੰ ਬੁਲਾਉਂਦੇ ਅਤੇ ਚੰਨੋ ਵੀ ਅਟੁੱਟ ਸ਼ਰਧਾ ਅਤੇ ਲਗਨ ਨਾਲ ਮਹਾਰਾਜ ਦੀ ਸੇਵਾ ਕਰਦੀ। ਹਰ ਕੋਈ ਉਹਦੀ ਸੇਵਾ ਅਤੇ ਮਹਾਰਾਜ ਵੱਲ ਲਗਨ ਦੀਆਂ ਉਹਦੀ ਪਿੱਠ ਵਿੱਚ ਸਿਫਤਾਂ ਕਰਦਾ। ਕਈ ਸਿਆਣੇ ਮਰਦ ਅਤੇ ਤੀਵੀਆਂ ਤਾਂ ਇੱਥੋਂ ਤੱਕ ਵੀ ਆਖ ਜਾਂਦੇ ਵੀ ਇਹ ਮਹਾਰਾਜ ਦਾ ਹੀ ਪ੍ਰਤਾਪ ਹੈ ਵੀ ਜਵਾਨੀ ਦੀਆਂ ਸਾਰੀਆਂ ਖਾਹਿਸ਼ਾਂ ਉਹਦੇ ਚਰਨੀ ਲੱਗ ਕੇ ਕਾਬੂ ਕਰ ਲਈਆਂ, ਨਹੀਂ ਤਾਂ ਇੱਥੇ ਕਈ ਆਦਮੀਆਂ ਦੇ ਹੁੰਦਿਆਂ ਸੁਣਦਿਆਂ ਵੀ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਦੀਆਂ। ਸੱਚੀ ਬੜੀ ਸ਼ਕਤੀ ਆ ਨਾਮ ਵਿੱਚ। ਅਤੇ ਫਿਰ ਪਤਾ ਨਹੀਂ ਇਹ ਕਹਾਣੀਆਂ ਕਿੱਥੋਂ ਕਿੱਥੋਂ ਦੀ ਲੰਘਦੀਆਂ ਹੋਈਆਂ ਚੰਨੋ ਨੂੰ ਜਵਾਨੀ ਵਿੱਚ ਹੀ ਛੱਡ ਕੇ ਬੰਤੇ ਦੇ ਤੁਰ ਜਾਣ ਨਾਲ ਜਾ ਜੁੜਦੀਆਂ। ਕਈ ਬੰਤੇ ਦੇ ਹਾਣੀ ਬੰਤੇ ਦੀ ਜਵਾਨੀ ਅਤੇ ਸੁੰਦਰਤਾ ਦੀਆਂ ਸਿਫਤਾਂ ਕਰਦੇ ਨਾ ਥੱਕਦੇ, ਅਤੇ ਚੰਨੋ ਦੀਆਂ ਹਾਨਣਾਂ ਚੰਨੋ ਦੀ ਜਵਾਨੀ ਵੇਲੇ ਦੇ ਹੁਸਨ ਦੀਆਂ ਸਿਫਤਾਂ ਅਤ ਕਥਨੀ ਤੋਂ ਵੀ ਗਾਂਹ ਲਗਾ ਦਿੰਦੀਆਂ। ਚੰਨੋ ਦੀ ਬਦਖੋਈ ਜਾਂ ਚੁਗਲੀ ਤਾਂ ਕੋਈ ਕਰਦੀ ਨਹੀਂ ਸੀ, ਪਰ ਉਹਨੂੰ ਆਪਣੀ ਉਪਮਾ ਸੁਣ ਕੇ ਵੀ ਕੋਈ ਬਹੁਤੀ ਖੁਸ਼ੀ ਨਾ ਹੁੰਦੀ। ਉਪਮਾ ਦਾ ਜੇ ਕੋਈ ਫਰਕ ਪੈਂਦਾ ਤਾਂ ਉਹ ਇਹ ਕਹਿ ਕੇ ਪਹਿਲਾਂ ਨਾਲੋਂ ਵੀ ਵੱਧ ਸ਼ਰਧਾ ਅਤੇ ਲਗਨ ਨਾਲ ਮਹਾਰਾਜ ਦੀ ਸੇਵਾ ਕਰਦੀ। ਹੁਣ ਉਹਨੇ ਕਦੇ ਵੀ ਕਿਸੇ ਫਲ ਦੀ ਮੰਗ ਨਹੀਂ ਸੀ ਕੀਤੀ। ਹੁਣ ਉਹਦਾ ਮਨ ਕਦੇ ਕਦਾਈ ਬੰਤੇ ਨੂੰ ਯਾਦ ਕਰਦਾ, ਪਰ ਉਹ ਛੇਤੀ ਆਪਣੇ ਮਨ ਨੂੰ ਮੁੜ ਪਰਮਾਤਮਾ ਦੇ ਚਰਨਾਂ ਨਾਲ ਜੋੜ ਲੈਂਦੀ। ਉਂਝ ਹੁਣ ਉਹਨੂੰ ਬੰਤੇ ਦੇ ਆਉਣ ਦੀ ਵੀ ਕੋਈ ਆਸ ਨਹੀਂ ਸੀ। ਇੱਕ ਦਿਨ ਚਿੰਤੀ ਕੁਝ ਜ਼ਿਆਦਾ ਹੀ ਢਿੱਲੀ ਹੋ ਗਈ। ਸ਼ਹਿਰ ਦੇ ਡਾਕਟਰ ਤੋਂ ਟੀਕਾ ਲਵਾ ਕੇ ਦਵਾਈ ਦੇਣ ਨਾਲ ਉਹ ਕੁਝ ਠੀਕ ਤਾਂ ਹੋ ਗਈ, ਪਰ ਹੁਣ ਤੁਰਨ ਲੱਗਿਆ ਜਿਵੇਂ ਸੋਟੀ ਵੀ ਉਹਨੂੰ ਸਹਾਰਾ ਦੇਣ ਤੋਂ ਜਵਾਬ ਦੇਣ ਲੱਗ ਪਈ ਹੋਵੇ। ਉਹ ਸਾਰਾ ਦਿਨ ਮੰਜੇ 'ਤੇ ਬੈਠੀ ਆਪਣੇ ਕੋਲ ਸਵਾਹ ਪਾ ਕੇ ਰੱਖੇ
ਕੜਾਹੀ 'ਚ ਖੰਘਾਰ ਜਿਹੀ ਥੁੱਕਦੀ ਰਹਿੰਦੀ ਅਤੇ ਹੂੰਗਾ ਜਿਹਾ ਮਾਰ ਹੂੰਗਾ ਜਿਹਾ ਜਿਵੇਂ ਉਹਦੇ ਸਾਹ ਨਾਲ ਉਹਦੇ ਅੰਦਰੋਂ ਆਉਣ ਦੀ ਆਦੀ ਹੋ ਗਿਆ ਹੋਵੇ। ਇੱਕ ਦਿਨ ਉਹਨੇ ਚੰਨੋ ਨੂੰ ਅਤੇ ਸੰਤੀ ਨੂੰ ਕੋਲ ਸੱਦ ਕੇ ਕਿਹਾ, ਪੁੱਤ ਬੰਤੇ ਨੂੰ ਤੱਕੀ ਦੀ ਚਿੱਠੀ ਲਿਖਾ ਦਿਓ ਵੀ ਚਿੱਠੀ ਮਿਲਦੇ ਸਾਰ ਆ ਜਾਏ। ਇਹਨੂੰ ਚਿੱਠੀ ਨਾ ਸਮਝੇ ਤਾਰ ਸਮਝੇ, ਮੈਨੂੰ ਲੱਗਦਾ ਕਿ ਹੁਣ ਬਹੁਤੇ ਦਿਨ ਨਹੀਂ ਕੱਢਣੇ। ਰਾਤੀ ਤੁਹਾਡਾ ਬਾਪੂ ਮੇਰੇ ਸੁਪਨੇ 'ਚ ਆਇਆ ਸੀ ਅਤੇ ਇਸ ਤੋਂ ਅੱਗੇ ਉਸ ਪਾਸੋਂ ਕੋਈ ਗੱਲ ਨਾ ਕਰ ਹੋਈ। ਚੰਨੋ ਨੇ ਬੰਤੇ ਦੀ ਮਾਂ ਨੂੰ ਸਖ਼ਤ ਬਿਮਾਰ ਹੋਣ ਦੀ ਚਿੱਠੀ ਲਿਖਾ ਦਿੱਤੀ। ਹੁਣ ਚਿੰਤੀ ਦੀ ਸੇਵਾ 'ਚ ਤਿੰਨੇ ਨੂੰਹਾਂ ਹਰ ਵੇਲੇ ਹਾਜ਼ਰ ਰਹਿੰਦੀਆਂ। ਮੰਗਲ ਅਤੇ ਗੁਰਦਿੱਤਾ ਵੀ ਮਾਂ ਦਾ ਪੂਰਾ ਖਿਆਲ ਰੱਖਦੇ। ਬੰਤੇ ਨੂੰ ਚਿੱਠੀ ਪਾਉਣ ਤੋਂ ਹਫ਼ਤੇ ਕੁ ਬਾਅਦ ਇੱਕ ਦਿਨ ਤੜਕੇ ਜੇ ਚਿੰਤੀ ਦੇ ਸਵਾਸ ਪੰਖੇਰੂ ਉੱਡ ਗਏ। ਆਂਢਣਾ ਗੁਆਂਢਣਾ ਅਤੇ ਹੋਰ ਪਿੰਡ ਦੇ ਲੋਕ ਜਿਹੜੇ ਕਈ ਦਿਨਾਂ ਤੋਂ ਇਸ ਘੜੀ ਦੀ ਬਿੜਕ ਜੀ ਰੱਖਦੇ ਸੀ, ਉਹ ਥੋੜ੍ਹੇ ਚਿਰ ਵਿੱਚ ਹੀ ਬੰਤੇ ਦੇ ਵਿਹੜੇ ਵਿੱਚ ਇਕੱਠੇ ਹੋ ਗਏ। ਇਸ ਤਰ੍ਹਾਂ ਚਿੰਤੀ ਆਪਣੇ ਪੁੱਤ ਨੂੰ ਮਿਲਣ ਦੀ ਤਾਂਗ ਦਿਲ 'ਚ ਹੀ ਲੈ ਕੇ ਦੁਨੀਆਂ ਤੋਂ ਤੁਰ ਗਈ। ਚਿੰਤੀ ਦੀ ਨਲਾਈ ਧੁਲਾਈ ਕਰਕੇ ਉਹਦੇ ਪੇਕਿਆਂ ਤੋਂ ਹੋਰ ਰਿਸ਼ਤੇਦਾਰਾਂ 'ਤੇ ਆਏ ਦੇ ਆਏ ਤੋਂ ਵੋਟੀ ਵਾਂਗ ਲਾਲ ਸਾਲੂ ਪਾ ਕੇ ਉਹਦੀ ਅਰਥੀ ਸਜਾਈ ਗਈ। ਫੁੱਲੀਆਂ ਪਤਾਸੇ ਛੁਹਾਰਿਆਂ ਦੀ ਸੋਟ ਅਰਥੀ ਉੱਪਰ ਕੀਤੀ ਗਈ। ਚੰਨੋ ਨੇ ਮਾਂ ਦੀ ਮੌਤ ਦੀ ਖਬਰ ਅਤੇ ਉਹਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਜਾਣ ਵਾਲੇ ਪਾਠ ਦੇ ਭੋਗ ਦੀ ਤਰੀਕ ਚਿੱਠੀ 'ਚ ਲਿਖਵਾ ਕੇ ਬੰਤੇ ਨੂੰ ਆਉਣ ਦੀ ਨਾ ਉਮੀਦੀ ਵਿੱਚ ਵੀ ਆਉਣ ਲਈ ਤਾਕੀਦ ਕਰ ਦਿੱਤੀ। ਧੰਨਵਾਦ।